ਧੰਨਵਾਦ। ਉਧਰ ਮਾਨਯੋਗ ਸਰਦਾਰ ਓਪਨ ਵਾਲੀਆਂ ਟੀਮਾਂ ਨੂੰ ਬੇਨਤੀ ਆ ਵੀ ਜਿਹੜੀਆਂ ਪਹੁੰਚੀਆਂ ਅੱਗੇ ਐਂਟਰੀ ਕਰਵਾਓ ਜਲਦੀ। ਉਧਰ ਸਰਦਾਰ ਗੁਰਚਰਨ ਸਿੰਘ ਜੀ ਹੋਰੀ ਆਪਣੇ ਸਾਥੀਆਂ ਨਾਲ ਬੈਠੇ ਨੇ, ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਹੋਰਾਂ ਦਾ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਵੇਖੋ ਨੌਜਵਾਨ ਰਾਮਾ ਟਰਾਈ ਕਰ ਰਿਹਾ ਹੈ ਉਧਰ, ਪਰ ਸ਼ੀਰਾ ਇਸ ਵੇਲੇ ਆਪਣੀ ਟੀਮ ਦੇ ਲਈ ਜ਼ੋਰਦਾਰ ਯਤਨ ਕਰਦਾ ਹੋਇਆ। ਸੱਦੋਵਾਲੀਆ ਕੀ ਫੈਸਲਾ ਹੋਵੇਗਾ? ਉਧਰ ਕੰਮੇ ਵਾਲੀਆਂ ਕਾਕਾ ਤੇ ਸੱਦੋਵਾਲ ਦਾ ਗੁਰਮੀਤ ਇਸ ਕਬੱਡੀ ਦਾ ਫੈਸਲਾ ਦਿੰਦੇ ਹੋਏ ਕਿ ਪੁਆਇੰਟ ਧਾਬੀ ਦਾ। ਉਧਰ ਜਥੇਦਾਰ ਹਰਚਰਨ ਸਿੰਘ ਜੀ ਕਹਿੰਦੇ ਆਹ ਧਾਬੀ ਨੂੰ ਵੀ 100 ਰੁਪਏ ਦੇ ਮਾਲਿਆ ਦੇ ਗੱਫੇ ਦਿੱਤੇ ਜਾਣੇ ਨੇ। ਬਹੁਤ ਬਹੁਤ ਧੰਨਵਾਦ ਹੈ। ਉਧਰ ਐਂਟਰੀ ਕਮੇਟੀ ਵਾਲੇ ਵੀਰਾਂ ਦਾ ਵੀ ਵੱਡਾ ਧੰਨਵਾਦ ਹੈ। ਸਾਡੇ ਵੀਰ ਕੁਲਦੀਪ ਢੀਂਡਸੇ ਹੋਣੀ, ਇੰਦਰਜੀਤ ਸਿੱਧੂ ਹੋਣੀ, ਬਲਜੀਤ ਫੌਜੀ ਹੋਣੀ, ਦੀਪੇ ਲੰਬੜਦਾਰ ਹੋਣੀ, ਬੂਟੇ ਹੋਣੀ, ਬਰਨਾਲੇ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਦਾ ਵੱਡਾ ਧੰਨਵਾਦ। ਉੱਥੇ ਸਰੀ ਸਨੀ ਕੈਨੇਡਾ ਇਸ ਨਗਰ ਦਾ ਮੇਰੀ ਵੀਰੋ ਮਾਨਮੱਤਾ ਹੀਰਾ ਸਵਰਗੀ ਮੇਜਰ ਸਿੰਘ ਦਾ ਸਪੁੱਤਰ, ਉਸ ਵੀਰ ਦਾ ਵੀ ਵੱਡਾ ਧੰਨਵਾਦ। ਇੱਧਰ ਸ਼ੀਪਾ ਟਰਾਈ ਕਰਦਾ ਹੈ ਨੌਜਵਾਨ ਲਾ ਕੇ ਤਕੜਾ ਜਾ ਫੱਗ ਉੱਪੀ ਨੂੰ ਆਪਣੀ ਟੀਮ ਦੇ ਜੱਫ ਇਸੇ ਇੱਕ ਹੋਰ ਪੁਆਇੰਟ ਦਾ ਵਾਧਾ ਕਰਨ ਦਾ ਪੂਰਾ ਜ਼ੋਰਦਾਰ ਯਤਨ ਕਰਦਾ ਹੋਇਆ ਕਿ ਰੇਡਰ ਦੇ ਲਈ ਭਾ ਜ਼ਰੂਰੀ, ਜਾਫੀ ਦੇ ਹੱਥ ਪੱਕੇ, ਜਾਫੀ ਹੋਈ ਮੰਨਿਆ ਜਾਵੇ ਜਿਹੜਾ ਉੜਦੀ ਰੇਡ ਨੂੰ ਡੱਕੇ, ਕਿ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਉੜਦੀ ਰੇਡ ਨੂੰ ਡੱਕੇ। ਇੱਧਰ ਲਾ ਕੇ ਉੜਦੀ ਹੋਈ ਰੇਡ ਨੂੰ ਤਕੜਾ ਜੱਫਾ ਇਸ ਜਾਫੀ ਨੇ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ। ਸਾਰੀ ਮੇਰੀ ਵੀਰਿਓ ਮੈਚਾਂ ਦੇ ਵਿੱਚ ਜਿੱਥੇ ਤਕੜੇ ਮੁਕਾਬਲੇ ਖੇਡੇ ਜਾ ਰਹੇ ਨੇ, ਉੱਧਰ ਸੁਰਿੰਦਰਪਾਲ ਸਿੰਘ ਜੀ ਮੋਹਾਲੀ ਇਸ ਟੂਰਨਾਮੈਂਟ ਦੀ ਜਿੰਦ ਜਾਣੇ, ਬਹੁਤ ਵੱਡਾ ਧੰਨਵਾਦ ਸੁਰਿੰਦਰਪਾਲ ਜੀ ਹੋਰਾਂ ਦਾ, ਸਰਪੰਚ ਬਹਾਲ ਸਿੰਘ ਜੀ, ਜਥੇਦਾਰ ਹਰਚਰਨ ਸਿੰਘ ਹੋਰਾਂ ਦਾ, ਸਰਦਾਰ ਸਰਪੰਚ ਗੁਰਚਰਨ ਸਿੰਘ ਰਾਏ ਸਾਹਿਬ ਦਾ, ਸਰਬਜੀਤ ਸਿੰਘ ਗਿੱਲ ਹੋਰਾਂ ਦਾ, ਸਾਧੂ ਸਿੰਘ ਜੀ ਸਾਬਕਾ ਮੈਂਬਰ ਜਗਰਾਜ ਸਾਡਾ ਵੀਰ ਆਰੇ ਵਾਲਾ, ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਕਿਉਂਕਿ ਜਿਨ੍ਹਾਂ ਸਤਿਕਾਰਯੋਗ ਵੀਰਾਂ ਨੇ ਵੱਡੇ ਸਹਿਯੋਗ ਦਿੱਤੇ ਨੇ ਉਹਨਾਂ ਦੇ ਉੱਦਮ ਦੇ ਸਦਕਾ ਅੱਜ ਫੇਰ ਉਰਾਂ ਦੀ ਧਰਤੀ ਤੇ ਰੰਗ ਭਾਗ ਲੱਗੇ ਨੇ, ਦਰਸ਼ਕ ਦੂਰੋਂ ਨੇੜੇ ਹੁਮੋਂ ਆ ਕੇ ਪੁੱਜੇ ਨੇ। ਉਧਰ ਵੱਡੀ ਕਿਰਪਾ ਹੋਈ ਵਾਹਿਗੁਰੂ ਪਰਮਾਤਮਾ ਦੀ, ਮੌਸਮ ਵੀ ਜਿਹੜਾ ਸਾਥ ਦੇ ਰਿਹਾ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਵੇਖੋ ਅਗਲੀ ਕਬੱਡੀ ਇਸ ਵੇਲੇ ਨੌਜਵਾਨ ਧਾਬੀ ਦੀ ਪਈ। ਉਧਰ ਬੀਤਾ ਟਰਾਈ ਕਰ ਰਿਹਾ ਪਰ ਕਾਕਾ ਕੰਮਿਆਣੀਆਂ ਇਸ ਕਬੱਡੀ ਦਾ ਫੈਸਲਾ ਦੇ ਰਿਹਾ ਕਿ ਨੌਜਵਾਨ ਜਿਹੜਾ ਡਬਲ ਟੱਚ ਕਰਕੇ ਪੁਆਇੰਟ ਧਾਬੀ ਨੂੰ ਮਿਲਿਆ, ਪੁਆਇੰਟ ਭੈਣੀ ਬਾਘਾ ਪਿੰਡ ਦੀ ਟੀਮ ਦਾ। ਚੱਕ ਭਾਈਕਾ ਵਰਸੀ ਭੈਣੀ ਬਾਘਾ ਕਬੱਡੀ 70 ਕਿਲੋ ਭਾਰ ਦਾ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦਾ। ਉਧਰ ਕਹਿੰਦੇ ਪਿੱਥੋਂ ਦੇ ਸ਼ੀਰੇ ਵਰਗੇ, ਜਨੇਤਪੁਰ ਦੇ ਅਮਰੂ ਵਰਗੇ, ਬੁਰਜ ਦੀ ਧਰਤੀ ਦੇ ਡਿੱਪੀ ਧਾਲੀਵਾਲ ਹੋਣੀ, ਗੋਰੂ ਹੋਣੀ, ਸੰਦੀਪ ਸਰਪੰਚ ਹੋਣੀ ਪੁੱਜ ਚੁੱਕੇ ਨੇ ਆਪੋ ਆਪਣੀਆਂ ਟੀਮਾਂ ਲੈ ਕੇ। ਰੈਸਰ ਦੇ ਯੁਵਰਾਜ ਵਰਗੇ, ਦੁਨੀਆ ਦੇ ਸੁਪਰ ਸਟਾਰ ਉਧਰ ਹਮੀਦੀ ਦੇ ਕਾਲੇ ਵਰਗੇ ਅੱਜ ਇਸ ਧਰਤੀ ਤੇ ਖੇਡਣ ਜਾ ਰਹੇ ਨੇ। ਕਿਉਂਕਿ ਗੱਲ ਦੋ ਮੋਟਰਸਾਈਕਲਾਂ ਦੀ ਹੋਣੀ ਹੈ, ਬੈਸਟ ਰੇਡਰ ਤੇ ਜਾਫੀ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦਾ ਕੌਣ ਹੋਵੇਗਾ? ਉਧਰ ਕਹਿੰਦੇ ਮਹਾਰਾਜ ਦੀ ਧਰਤੀ ਤੋਂ ਨੁਕਰਾ ਘੋੜਾ ਜਿੱਤਣ ਵਾਲਾ ਹਿੰਮਤਪੁਰੇ ਦਾ ਦੀਪ ਵੀ ਅੱਜ ਇਸ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਖੇਡਣ ਦੇ ਲਈ ਪੁੱਜ ਰਿਹਾ। ਵੱਡੇ ਮੇਰੇ ਵੀਰੋ ਦੁਨੀਆ ਦੇ ਸੁਪਰ ਸਟਾਰਾਂ ਦੇ ਮੁਕਾਬਲੇ ਖੇਡੇ ਜਾਣੇ ਨੇ। ਇੱਧਰ ਗੋਪੀ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੇਨ ਇਸ ਵੇਲੇ ਰਾਮਜੀਤ ਰਾਮੇ ਦੇ ਨਾਲ ਮੁਕਾਬਲਾ ਹੁੰਦਾ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਖਿੱਚਦੀ ਲਕੀਰ ਕਿ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ। ਫਿੱਡੂ ਛੱਪੇ ਵਾਂਗ ਪਾਓ ਕੌਡੀਆਂ, ਜੇ ਕੱਪ 'ਚ ਬਣਾਉਣਾ ਤੁਸੀਂ ਟੌਰ ਮਿੱਤਰੋ, ਆਹ ਪਿਆ ਕੱਪ ਕਿਹਨੇ ਜਿੱਤਣਾ, ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ, ਕਿ ਆਹ ਪਿਆ ਕੱਪ ਕਿਹਨੇ ਜਿੱਤਣਾ। ਅੱਜ ਕੱਪ ਜਿੱਤਣ ਲਈ, ਮੋਟਰਸਾਈਕਲ ਜਿੱਤਣ ਲਈ, ਪ੍ਰਾਈਜ਼ ਜਿੱਤਣ ਲਈ ਪੰਜਾਬ ਦੀਆਂ ਮੰਨੀਆਂ ਪ੍ਰਵੰਨੀਆਂ ਟੀਮਾਂ ਖੇਡ ਰਹੀਆਂ ਨੇ। ਇੱਧਰ ਮੋਨੂ ਕਬੱਡੀ ਪਾ ਰਿਹਾ, ਉਧਰ ਭੈਣੀ ਬਾਗੇ ਪਿੰਡ ਦਾ ਜਾਫੀ ਕਰਦਾ ਹੋਇਆ ਟਰਾਈ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ। ਨੌਜਵਾਨ ਨੇ ਲੱਕ ਨੂੰ ਭਰਿਆ ਹੋਇਆ ਕਲਾਬਾ, ਇਸ ਵੇਲੇ ਸੱਦੋਵਾਲੀਆ ਗੁਰਮੀਤ ਸਿੰਘ ਫੈਸਲਾ ਦੇ ਰਿਹਾ ਇਸ ਕਬੱਡੀ ਦਾ ਕਿ ਪੁਆਇੰਟ ਜਿਹੜਾ ਮੇਰੀ ਵੀਰ ਕਾਮਨ ਹੁੰਦਾ ਹੋਇਆ। ਅਗਲਾ ਮੈਚ ਨੱਥੋਵਾਲ ਦਾ ਕਿਹੜੀ ਟੀਮ ਦੇ ਨਾਲ ਹੈ ਜੀ? ਇੰਦਰਜੀਤ ਵੀਰ ਇੱਕ ਵਾਰ ਫਿਰ ਅਨਾਊਂਸ ਕਰ ਦਿਓ ਨੱਥੋਵਾਲ ਦਾ ਮੈਚ ਕਿਹੜੀ ਟੀਮ ਦੇ ਨਾਲ ਹੈ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਭੈਣੀ ਬਾਗੇ ਅਤੇ ਰੂਮੀ, ਰੂਮੀ ਤੇ ਨੱਥੋਵਾਲ ਇਸ ਤੋਂ ਅਗਲਾ ਮੈਚ ਹੈ, ਉਹ ਦੋਨੋਂ ਟੀਮਾਂ ਤਿਆਰ ਰਹਿਣਗੀਆਂ। ਇੱਧਰ ਰਾਮਜੀਤ ਸਿੰਘ ਰਾਮਾ ਵੇਖੋ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪੂਰੀ ਜ਼ੋਰਦਾਰ ਟਰਾਈ ਕਰਦਾ ਹੋਇਆ, ਪਰ ਪੁਆਇੰਟ ਧਾਬੀ ਦੇ ਹਿੱਸੇ ਹੈ। ਇਸ ਵੇਲੇ ਭੈਣੀ ਬਾਗਾ ਦੀ ਟੀਮ ਜਿਹੜੀ ਉਹ ਸਟੇਜ ਦੇ ਖੱਬੇ ਹੱਥ ਠੂਰ ਪਿੰਡ ਵਾਲੀ ਸਾਈਡ ਖੇਡ ਰਹੀ ਹੈ, ਔਰ ਰਾਜਾ ਸਾਡਾ ਵੀਰ ਆਰੇ ਵਾਲਾ ਉਸ ਸੜਕ ਵਾਲੀ ਸਾਈਡ, ਰਾਜੇ ਦੇ ਆਰੇ ਵਾਲੀ ਸਾਈਡ ਜਿਹੜੀ ਟੀਮ ਸਟੇਜ ਦੇ ਸੱਜੇ ਹੱਥ ਚੱਕ ਭਾਈਕਾ ਦੀ ਟੀਮ ਹੈ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਬਰਸਾਲ ਦਾ ਗੁੱਗੂ ਮਾਰਦਾ ਹੋਇਆ ਜ਼ੋਰਦਾਰ ਪੱਟ ਦੇ ਉੱਪਰ ਥਾਪੀ, ਕਿ ਰੋਹੇ ਵਰਗੇ ਪੱਟਾਂ ਉੱਪਰ ਮਾਰਨ ਭੁੱਲੀ ਥਾਪੀ।
एक पासे ने रेडर ते ने दूजे पासे जाफी लाओ बेटे पैगे नाल बगाने पता लग जू हुण बिच मदाने कि यार खुराका खादियां दी लाओ कबड्डी करदे फिरदे पुत पंजाबियां दी कि बिच कबड्डी जफे लाउंदे पुत पंजाबियां दी पूरा तकड़ा मैच दोनों टीमां दे खिडारियां दा बरसाल दा गुगू मारदा होया नौजवान झटके खेड कबड्डी दे मैदान दे विच उधर पॉइंट इस वेले भैणी बागे दी टीम दे हिस्से एडजस्ट हुंदा होया मैच समाप्त है जी। चलदे होए मैच दे विचों जिहड़ी टीम भैणी बागा 19.5 पॉइंट ने ते 17 पॉइंट चक भाई दी टीम दे चक भाई का दे है ਇਹ ਤੋਂ ਅਗਲਾ ਮੈਚ ਹੋ ਜਾ ਰਿਹਾ ਹੈ ਨੱਥੋਵਾਲ ਰੂਮੀ ਇਹਨਾਂ ਤੋਂ ਬਾਅਦ ਮੈਚ ਹੋਵੇਗਾ ਦਹਲੀਜ਼ ਭੈਣੀ ਬਾਗਾ ਇਹਨਾਂ ਤੋਂ ਬਾਅਦ ਤਿਆਰ ਰਹੋ ਆ ਮੈਚ ਜਿਹੜਾ ਹੋ ਰਿਹਾ ਇਸ ਤੋਂ ਬਾਅਦ ਦਹਲੀਜ਼ ਭੈਣੀ ਬਾਗਾ ਓਪਨ ਵਾਲੀਆਂ ਟੀਮਾਂ ਨੂੰ ਬੇਨਤੀ ਆ ਵੀ ਜਿਹੜੀਆਂ ਟੀਮਾਂ ਪਹੁੰਚ ਗਈਆਂ ਮੇਰਾ ਵੀਰ ਜਲਦੀ ਆ ਕੇ एंट्री करवा दिया करो ओपन वालिया टीम जेड़िया पहुंच गया आगे एंट्री करवाओ मेरा वीर जल्दी इधर हैंडीकैप्ट वीर स्टेज के सामने गरीब परिवार के नाल संबंध रखता है मैच हो गए हटिया चक भाई का हार गई भैणी बागा जेतू है इस वीर का दर्शकों बेनती है वध तो वध मान सम्मान करना है अपना कर्तव्य कर रहा है क्योंकि किसी का भी दिल नहीं करता होंदा है कि किसी तो कुछ मंगया जावे पर इंसान दियां मजबूरियां इदां दियां परमात्मा दी जिद्दां उहदी नज़र जिद्दां होवे उदां रहना पैंदा है सो आपां वध तो वध इस वीर दा मान सम्मान करिए उधर अज दे इस टूरनामेंट दे नाल जुड़े बैठे समुचे सत्कारयोग वीर हरजीत सिंह राय कनेडियन काला अमृतसरिया इंग्लैंड नरेंद्र पाल नरेंद्र सिंह बैनीपाल कनेडा दर्शन सिंह राय कनेडियन राजेंद्र सिंह जी लंबड़दार अमेरिका वाली सुखदेव सिंह जी इंग्लैंड उन्होंने नाल कमरप्रीत पंगू यूएसए बलवीर सिंह लिट कनेडा इधर इस वीर दे लई एक जोरदार ताड़ी मार दो जिहड़ा स्टेज के सामने अपना करतब कर रहे हैं बाद दे विच इसका वध तो वध मान सम्मान कर देना अजमेर सिंह सैकटरी यूएसए उन्हों का भी असं धन्यवाद करते हैं बूटा बैनीपाल ऑस्ट्रेलिया बलवीर सिंह यूएई जंटी यूएई कुलदीप सिंह हेहर इटली ये सारे सत्कारयोग वीरां दा बहुत बड़ा धन्यवाद है उधर सरपंच साहब का जिथे असी विशेष तौर पर धन्यवाद करते हैं सरदार बहाल सिंह होरां दा नाल चमकौर सिंह जी जसवंत सिंह बलौर सिंह इंस्पैक्टर रला सिंह जी अवतार सिंह जी जथेदार हरचरण सिंह सरपंच बहाल सिंह सारिया सत्कारयोग शख्सियतों का बहुत बहुत धन्यवाद इधर मैच शुरू होने जा रहा है जिहड़ी टीम इस मैच दे विच नथोवाल दी उस स्टेज दे खब्बे हत्थ है ते सड़क वाले पासे जिहड़ी टीम है वो रूमी पिंड दी है पहली कबड्डी रूमी दा राजू खेड कबड्डी दे मैदान दे विच पौंदा होया उधर नथोवाल दा नौजवान जाफी पहला जिहड़ा 1.5 पॉइंट अपनी टीम दे हिस्से जोड़न दे विच सफल हुंदा होया महल कलां दा पिंड कहिंदे दीवाने ने गीतकारी दे खेत्र दे विच बड़ा मशहूर कीता है महल कलां दा दखन अगली कबड्डी पाउण दे लई वेखो वध्या होया कबड्डी दे मैदान दे विच कि वध्या है धावी यारो अगे कबड्डी पाउण नूं तैयार ने जाफी हुण कल्ला कल्ला ढाउण नूं जिहदी हिक विच दम हथ दो ही करेगा लो पता लग जाणा है बाजी यारू कौन सर करेगा उधर नौजवान नथो वालीए गभरू ने ट्राई कीती पिंदे वर्गे इस वेले खेड कबड्डी दे मैदान दे विच अगली कबड्डी नथोवाल दी टीम दी तरफ तों रूमी दी टीम दी तरफ तों खेड कबड्डी दे मैदान दे विच सॉरी फिर पाउंदे लई वध्या होया पिंदे दे लई 100 रुपए दे विशेष तौर ते मान सम्मान जिहड़ी इकबाल साडा वीर विशेष तौर ते मान सम्मान दे रहा बहुत बहुत धन्यवाद पावी नथोवाल ही अगली कबड्डी इधर पिरथी मारदा होया पट्टां ते जोरदार थापियां नथोवाल पिंड निम्मे होरां दा लखे होरां दा जिथे मशहूर कबड्डी कप करवाउंदे ने जगजीत जीते होनी बिल्लू होनी उसे धरती का धावी इधर पिरथी कबड्डी पा रहा है
उधर रूमी वाला जाफी जितों दे कहंदे मनदीप दयाल होरी माने होरी कनेडा दी यंग कबड्डी क्लब दे बहुत बड़े योगदान ने नीटू कांगोरां दे नाल लाली ढेसी होरां नाल गाजीपुरी लखे होरां नाल आ उसे पिंड दा ताबी राजू रूमी वाला नथोवाल दे चार जाफियां ते वध्या होया कबड्डी पाउण दे लई चार गभरू बिल्कुल तैयार ने। इंद्रजीत बैनीपाल ते नरेंद्रपाल कनेडा साडे सत्कारयोग वीर सारे रैफरियां दे लई 100-100 रुपया ते फूर वाले कमल ते दास दे लई कमल लई 500 रुपया ते दास लई 200 रुपए दे मान सम्मान भेज रहे ने बहुत बहुत धन्यवाद है। इधर खेड कबड्डी दे मैदान दे विच नौजवान दी पुट्टी हुई जोरदार खुच खेड कबड्डी दे मैदान दे विच नौजवान जाफी नथोवालिया लाके तकड़ा जफा पाण दा वादा करदा होया नथोवाल दी धरती ते कहंदे 6 तरीक नूं ट्रैक्टर टोचन करवाए जा रही ने प्रधान निम्मे होरी 60 हॉर्स पावर तक दे मुकाबले करवाउण जा रही ने। इधर महल कलां दा दखण वेखो पाउंदा होया कबड्डी इस नौजवान दा स्टाइल कबड्डी दा रसूलपुर दे कालू वर्गा अंदाज कालू वर्गा मस्त मौले खेड कबड्डी दे स्टार वर्गा इस गभरू दा अंदाज है। उधर पर रूमी वाले ने वध के ट्राई कीती रूपा ठूर पिंड दा अपने समय दा मशहूर कबड्डी खिडारी दर्शन धालीवाल होरां दा पेंडू निशान होरां दा इस यार इस वेले फैसला करदा होया इस वेले ताबी दे हिस्से है लै भी नौजवाना गेड़ा जिहड़ा ला दे दर्शकां नूं बेनती है वध तों वध इस वीर दा मान सम्मान करना है। इधर बिंदु रूमी दा कहंदे जिथों दा हनी बहुत वधिया जाफी है खेड कबड्डी दा उसे पिंड दा राजू कबड्डी पा रहा है। उधर गिद्दड़बिंडी पिंड हंते दा दविंदर उहनां दा पिंड है उसे पिंड दा गोपी ट्राई कर रहा नथोवाल दी टीम लई पर पॉइंट इस वेले उधर रुपिंदर संदौड़ जी फैसला दे चुके ने कि ताबी दा पिरथी नथोवाल दा कबड्डी पाउंदा होया कि वेख लो शरीर यार भुख लैंदी पूरी लगदा जरूर इन्हें चुंगी होनी बुरी दौड़ लाई हू नहर दे किनारी ते नाली डंड कढ़ी होणगे कि खेड खेड के कबड्डी यारू पिंड पिंड झंडे कढ़ी होणगे खेड खेड के कबड्डी यारू पिंड पिंड झंडे कढ़ी होणगे। मैदान दे विच नौजवान इस वेले पिरथी पांड लैके वापस अपनी टीम वल जांदा होया इंद्रजीत होरां दा नरेंद्रपाल होरां दा वड्डा धन्नवाद है। इस वेले तकड़ा मैच खेडिया जा रहा दोनों टीमां दे खिडारियां दा इधर पई हुई कबड्डी रूमी वाले स्ताबी दी उधर नौजवान जाफी आ नौजवान जाफी पूरी ट्राई कर रहा है अमरीक वर्गे खिडारी कहंदे बड़े वधिया खिडारी नथोवाल दी धरती दे उधर लाउंदा होया जोरदार कैंची ओपन वाली टीमों नूं बेनती है भी जिहड़ियां पहुंचियां होईयां आ के एंट्री करवाओ जल्दी ओपन वाली टीमां जिहड़ियां पहुंच चुकियां आ के एंट्री करवाओ। इधर जाफी दे लई 100 रुपए दे मान सम्मान इस नथोवालिए लई जथेदार हरचरण सिंह जी कल्ले कल्ले पॉइंट ते मान सम्मान कर रहे ने। उधर नथोवालिए सनी दी पई हुई कबड्डी ते रूमी पिंड दा जाफी लाउंदा होया तकड़ा जफा कि जाफियां दे जफे करी जांदे ने कमाल जाफियां दे जफे करी जांदे ने कमाल। जेड़ा है तो अगला मैच होवेगा दहलीज भैणी बागा खिडारी वीर जल्दी तैयार होके ग्राउंड दे विच पहुंचो। उधर रूमी वाले जाफी दे लई भी जथेदार चरण सिंह होरां वल्लों वड्डे मान सम्मान कीते जा रहे ने। रूमी दा राजू हल्का शरीर उच्चा लंबा कद इधर वध्या होया कबड्डी पाउण दे लई चार जाफियां दी घूमदी होई चेन आपां वेखीए नथोवाल पिंड दे जिथे वधिया खिडारी पैदा कीते समय समय ते। इधर गोपी गिद्दड़बिंडी दा जगराऊं दा एरिया इस नौजवान जाफी दा अज रूमी वाले इस राजू नूं लाउंदा होया जफा खेड दे मैदान दे विच इक होर पॉइंट दा वादा करदा होया। अगला मैच दहलीज वर्सिज भैणी बागे दीआं टीमां दा बहुत तकड़ा मैच खेडिया जाणा है ओह जिहड़ियां दोनों टीमां जल्दी नाल तैयारी करके ग्राउंड दे विच आ जाण। उधर स्टेज ते विराजमान सारियां सत्कारयोग शख्सियतां दा गह गडमा धन्नवाद है। धन धन संत बाबा ईसर सिंह जी महाराज दी पूरी दुनिया भर दे विच बहुत वड्डी देण है जिथे लखां ही प्राणियां नूं मेरी वीरियो गुरू दे लड़ लाया उत्थे मेरी वीरियो जिथे पूरी एक वक्खरी रीत चलाई बाबे नानक दे दर दा संदेश दिता। इधर पॉइंट इस वेले रूपा ठूर ते मनजीत झनेर जी फैसला करदे हुए
नथोवाल की टीम का। उधर अवतार बराड़ूनी हांगकांग दे विच कबड्डी भी 365.com के जरिए वीरी वीरू अज के मैच का आनंद माण रहे ने। हिप्पा साड़ी जिंदगी का बहुत सत्कारयोग वीर है हरदीप सिंह हिप्पा राय कबड्डी 365.com के जरिए जर्मनी के जुड़िया बैठा उस वीर का भी बहुत बड़ा धन्यवाद। कुलदीप लित्तर जी का बहुत बड़ा धन्यवाद है उन्होंने वालों खिडारियों के लिए नाल इंद्रजीत जी होरां वालों बड़े मान सम्मान किए जाने ने। आ कबड्डी से 100 रुपया दिता जाएगा बाद दे विच कमल ठूर जी तो प्राप्त कर लेने। ठूर वाले कमल का भी बहुत बड़ा धन्यवाद है। उधर लोपो का अमन साड़ी जिंदगी का बहुत सत्कारयोग वीर वह भी अज के टूरनामेंट से कुछ समय दरमियान ग्राउंड के अपन हाजरियां लवावेगा। इधर शनि नथोवाल का कबड्डी पाँदा होया समुद्र कद गुंदमा शरीर इधर प्रितपाल सिंह जी इंग्लैंड ते सरपंच बलवीर सिंह जी अच्छर वाली ये जाफी दे ली 200 रुपया देंगे बहुत बहुत धन्यवाद। लै भी इकबाल ये मान सम्मान जी जाफी नूं भज के दे देने बहुत बहुत धन्यवाद। मिन्ना जफा लावेगा तो इकबाल साडा वीर 100 रुपया विशेष तौर पर मान सम्मान करेगा। इधर राजू रूमी वाला सिख सरदार जाफी तो पांड लैके वापस जाता होया। उधर प्रितपाल इंग्लैंड वाले अच्छर वाली अज के टूरनामेंट से खिलाड़ियों के बड़े मान सम्मान कर रहे हैं। जथेदार हरचरण सिंह जी उन्हां दा बड़ा धन्यवाद है। महेशिंदर गरेवाल जी सलाहकार मुख्यमंत्री पंजाब अज के टूरनामेंट से विशेष तौर पर पुज रहे हैं। उत्थे इधर चलते हुए मैच की अगली कबड्डी नथोवाली धाबी खेड कबड्डी के मैदान के पाके एक होर बहुत वधिया पॉइंट का वाधा अपनी टीम के हिस्से करता होया पावी रूमी वाले अगली कबड्डी रूमी की धरती का कहिंदे मान्य होरां दा करवाया जांदा कबड्डी टूरनामेंट बहुत मशहूर है। कनेडा की यंग कबड्डी क्लब कनेडा की धरती से बहुत बड़े बाइक की टीम बनाती है मान्य होरां दी वड्डी देण है। उसे पिंड का धाबी लैके पॉइंट अपनी टीम वल वापस जांदा होया सनी नथोवाल का कबड्डी पा रहा है कि गोल जिहा दायरा विच हंधे तो दिसदे। इस तो अगला मैच जो होना है दहलीज भैणी बागा दोनों टीमों को बेनती है भी जल्दी आ जाओ ग्राउंड के ग्राउंड अपना खाली नहीं होने देना ओपन दे मैच भी कराने फिर दहलीज के भैणी बागे दोनों टीम जल्दी ना पुजन। उधर जिहड़ियां सी कबड्डी ओपन दियां टाइयां पाउण जा रहे हैं मेरी बेनती है कबड्डी ओपन दे जिहड़े खिडारी एंट्री करवाउण तो रह गए ने उह जल्दी ना आपो अपनी एंट्री जरूर करवा देण। असीं 5 मिनट के अंदर अंदर कबड्डी ओपन दियां जिन्नियां टीमां एंटर हो गईआं उहनां दियां टाइयां पाउण जा रहे हैं। उस तो बाद जो एक बार टाइया पा दी प्रबंधकी कमेटी का फैसला कि फिर असं टीम नहीं एंटर करनी है। प्लीज जेकर कोई और टीम एंटर होने तो रह गई तो वह जल्दी ना साड़ी बेनती प्रवान करते हुए खिलाड़ी वीर अपनी टीम जरूर एंटर करवा देन। इधर नथोवाल का धाबी अगली कबड्डी पाँदा होया भैनी बागा ते दहलीज दी टीमां जल्दी पुजन। नौजवान जाफी रूमी वाला फड़दा गुट इस वेले खेड के मैदान के पूरा जोरदार जतन कर रहा है। उधर कले कले गभरू ते रोह पूरा चढ़िया कि कौन जाऊ भज कौन जाऊ फड़िया लाउणगे जाफी जिहड़े जफे कले कले मित्रों जिहड़ा जाऊ भज उहदी बल्ले बल्ले मित्रों। हाँ जी मैच जिहड़ा समाप्त है जी नथोवाल दी टीम इस मैच दी जेतू टीम है। नथोवाल दी टीम इस मैच दी जेतू टीम है। कुलदीप लित्तर इंद्रजीत ते नरिंद्रपाल साडे वीरां वल्लों नरिंद्रपाल बैनीपाल कनेडा उन्हां वल्लों जिहड़े 100 रुपए कमल जी किहदे लई दित्ते गए ने। इधर रूमी की टीम के खिलाड़ियों दे दिते जाण बहुत बहुत धन्यवाद है। उधर हरजीत सिंह जी कैनेडियन साहब दास दे लई मान सम्मान भेज रहे ने पंजाबी मां बोली की सेवा तो खुश होकर बहुत बहुत धन्यवाद हरजीत सिंह जी कैनेडियन साहब का। मेरी बेनती है प्लीज जल्दी दे नाल दहलीज वर्सी भैणी बागा दोनों टीमों के खिलाड़ी खेड कबड्डी के ग्राउंड के आ जाण। दहलीज वर्सी भैणी बागा इस तो अगला मैच खेडिया जाएगा। उधर नाल ही मेरी बेनती है जिहड़ियां टीमां मेरी वीरो कबड्डी ओपन दियां पुज्जियां होईयां ने वो आपो अपनी एंट्री जरूर करवा देण। अज दे इस टूरनामेंट ते जिथे इस नगर का
साढ़े तो सदा लिए विछड़िया होया कबड्डी का महान हीरा मेरी वीरियो स्वर्गी मेजर सिंह कनेडियन साढ़े वीर उन्होंने सपुत्र शनि उरी कनेडा दे विच बसे हुए ने उन्होंने वालों 25,000 रुपए का बहुत बड़ा योगदान इस टूरनामेंट लिए पाया जा रहा है। उत्थे जथेदार हरचरण सिंह राय पंच हरजीत सिंह राय कनेडियन 71,000 रुपए का बड़ा योगदान इस टूरनामेंट लिए भेज रहे हैं। साड़ी जिंदगी दे सत्कारयोग वीर चरणजीत धालीवाल होनी जिथे इस टूरनामेंट की मेरी वीर बड़ी जिम्मेवारी है उस वीर के मोढ़ियां ते नाल काला अमृतसरी इंग्लैंड 61,000 रुपए का बड़ा योगदान इस टूरनामेंट लिए सहयोग पा रहे ने। पैनी वाघा ते दहलीज दोनों टीमां एक मिनट के अंदर अंदर ग्राउंड च आ जाण। अज दे इस टूरनामेंट का जिहड़ा बहुत बड़ा तकड़ा मैच होगा अगला मैच पैनी वाघा वर्सेज दहलीज दोनों टीमां बहुत तकड़ियां टीमां ने दोनों टीमों के खिडारी पुजन सुरेंद्रपाल मोहाली सरपंच बहाल सिंह जी गुरचरण सिंह राय साहब सरपंच साहब और बड़ा धन्यवाद है। गुरजीत राय जी नरेंद्रपाल नरेंद्र साडा वीर बैनीपाल कनेडा दहलीज कैप्टन कमिकर सिंह जी नाल सरदार चमकार सरपंच दर्शन सिंह कनेडा इन्हों सत्कारयोग शख्सियतों का बहुत बहुत धन्यवाद। भैनी वागे की टीम के खिलाड़ी जल्दी ना ग्राउंड के आ जाए दहलीज के नाल बहुत तकड़ा मैच खेडिया जाएगा। दो क्विंटल 20 किलो वजन की जिहड़ी बोरी चुकन जा रहा है इधर साडा सत्कारयोग वीर इस वीर का वध तो वध आपां हौसला अफजाई करिए मेरी सारे दर्शकों नूं बेनती है। पहला जिहड़े घोल आउंदे सन बोरियां चुकनियां मोगदर फेरने मोगलियां फेरनियां मेरी वीरियो वाजीगर अपने करतब करदे सन इहो जिहियां पंजाब दियां बिसरियां होईयां जिहड़ियां खेडां ने साडे तो भुलदियां जा रहियां ने। इस वीर लिए एक जोरदार ताड़ी मार दो सारे दर्शक ते आपां वध तो वध मान सम्मान भी करना इस वीर का। मेरी बेनती है भैनी वाघे की टीम के लिए आखिरी सदा है जी वो टीम एक मिनट के ग्राउंड च पहुंची भैनी वाघे की टीम एक मिनट के अंदर अंदर ग्राउंड च आ जाए। इधर सिख सरदार वीर ने जिहड़ी बोरी अपने लिफ्ट कर दिती है बोरी चुक ली है मारो जोरदार ताड़ी क्योंकि रब ने तोड़ दिती ना तंगी घर विच रौनक रंग बिरंगी उपरों सेहत जिन्हां दी चंगी लख लख शुकर मनाउंदे ने। हेलो इधर वीर ने जिहड़ी बोरी चुक दिती है स्टेज दे सामने बहुत बहुत धन्यवाद लै भी नौजवाना तेरा। उधर दर्शकों भी बेनती है इस वीर का बाद दे विच बाद तो बाद मान सम्मान करिए धन्यवाद है भी नौजवाना तेरा बहुत बहुत। सरदार इंद्रजीत सिंह जी ते नरेंद्रपाल सिंह जी कनेडियन उन्होंने नाल कुलदीप सिंह लित्तर उन्होंने वालों 100 रुपया इस बोरी चुकन वाले वीर दे लई है। उधर मेजर सिंह जी दरबार साउंड वाले वीर का बड़ा धन्यवाद है वह दास दे लई माया दे गप्पे भेज रहे ने पंजाबी मां बोली की सेवा तो खुश होके मेजर सिंह जी उन्हां दा बहुत बड़ा धन्यवाद है। भैनी वाघे की टीम आजो वीरे जल्दी दे नाल नहीं तो असी कोई अंतम फैसला लवेंगे। उधर कबड्डी ओपन दी टीमां दी टाइयां पाउण जा रहे ने साडे सत्कारयोग प्रबंधक वीर जेकर कोई होर भी टीम एंटर होना चाहुंदी है तां ओह प्लीज अपनी एंट्री जल्दी दे नाल करवा देण। कबड्डी पिंडवार ओपन दे खिडारियां नूं साडी एक बार फिर बेनती है कबड्डी ओपन दीआं जिहड़ीआं टीमां दीआं ओह टाइयां पाउण जा रहे ने साडे प्रबंधक वीर। हाँ जी इंद्रजीत जी
जो सैमीफाइनल दी टाइयां पाओगे प्लेयरां दी मंग है कि जरूर सानू सद्दा दे दिओ। ठीक है जी। उधर बहुत बहुत धन्यवाद है भोला चरवाल कनेडा बाबा जीता सिंह जी दा परिवार दा, जगतार चक्कर इंग्लैंड, हरप्रीत चक्कर यूके, गुरप्रीत गोपी झूलड़ा यूके, पोतरा लंबरदार चूड़ सिंह जी, बलवीर सिंह राजगढ़ यूके, यूरा सिंह जी नवा शहर यूके, मंदर सिंह श्रीनीवाल कलां यूके, मनप्रीत मनी यूके, काला अंबरसरिया यूके, कुलविंदर श्रीनीवाल खुरद यूके, सरबजीत लक्की नवा शहर यूके, पवित्र मीदी, इन्हां दा भी अज दे इस कबड्डी कप दे लई बहुत वड्डा योगदान है। ਉਹ ਕਬੱਡੀ 365.com ਦੇ ਜਰੀਏ ਸਾਡੇ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਨਾਲ ਫੇਰੂ ਰਹਿੰਦੇ ਕਬੱਡੀ ਕੱਪ ਨਾਲ ਜੁੜੇ ਬੈਠੇ ਨੇ। ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਧਰ ਸਾਰੀਆਂ ਪਹੁੰਚੀਆਂ ਹੋਈਆਂ ਸੰਗਤਾਂ ਦਾ, ਦਰਸ਼ਕਾਂ ਦਾ ਅਸੀਂ ਪ੍ਰਬੰਧਕੀ ਕਮੇਟੀ ਵੱਲੋਂ ਗਹਿ ਗੱਡ ਮੈਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਟੂਰਨਾਮੈਂਟ ਤੇ ਆਪਣੀ ਤਸ਼ਰੀਫ ਲਿਆਂਦੀ। नरेंद्रपाल सिंह जी, कुलदीप सिंह ते नाल कुलदीप लित्तर जी, इन्हां सत्कारयोग वीरां वल्लों पहली कबड्डी ते 100 रुपए दिता जाएगा। बहुत बहुत धन्यवाद नरेंद्रपाल होरां दा, कुलदीप लित्तर जी दा, सारियां सत्कारयोग शख्सियतां दा। इंद्रजीत बैनीपाल, नरेंद्रपाल सिंह ते कुलदीप लित्तर, इन्हां वीरां वल्लों जिहड़ा पहली कबड्डी ते 100 रुपए दिता जाएगा। ये बाद दे विच अपना साढ़े पॉइंटा वाले वीर तो मान सम्मान प्राप्त कर लेना है, मेरी बेनती है। इधर मैच शुरू होगा, दोनों टीमां ग्राउंड दे विच पुज चुकियां ने। लै वी रुपे वीर मैच शुरू करवा दईए आपां। उधर कबड्डी 365.com दे जरिए अज कहिंदे फेरू राहीं दे कबड्डी कप दा सैकड़ियां दी तादाद दे विच जिहड़ी दर्शक आनंद माण रहे ने। इस मैच दे विच जिहड़ी टीम आपां वेखीए दहलीज दी, वो टीम सड़क वाले पासे है ते दूसरे पासे भैणी वाघा दी टीम ठूर पिंड वाली साइड मेन स्टेज दे खब्बे हथ, वो टीम जिहड़ी भैणी वाघा दी स्टेज दे सज्जे पासे सड़क वाली साइड टीम दहलीज दी, दहलीज कलां ते खुरद जिहड़े बड़े मशहूर पिंड ने। पहली कबड्डी कंगनवाल पिंड कहिंदे कीपे दा पिंड है, कबड्डी दे मशहूर कबड्डी खिडारी दा, उसे पिंड दा तोता कंगनवालिया पहला 1.5 पॉइंट इस वेले दहलीज दी टीम दे हिस्से जोड़दा होया। उधर पहले जिहड़े पॉइंट ते इंद्रजीत होरी साडे कुलदीप लित्तर होरां वल्लों मेरी वीरो 100 रुपए दे मान सम्मान कीते जा रहे ने। उधर अगली कबड्डी खेड कबड्डी के मैदान के इस वेले नौजवान धाबी गोपी इस वेले पाउण दे लई वध्या होया, चार जाफी बिल्कुल तैयार वर तैयार ने। आ नौजवान जाफी दहलीज का ट्राई कर रहा खेड कबड्डी के मैदान के, पर रूपा ठूर वाला इस कबड्डी का फैसला करता होया इसकी पॉइंट गभरू ने अपनी टीम के लिए जोड़ दिता है। पाबी सोनू अगली कबड्डी, आ मुंडे का पिंड भी कहते कंगनवाल है, इस नौजवान धाबी सोनू की पई हुई अगली कबड्डी से आप वेखिए। नौजवान शीरा भैनी वाघे वाला ट्राई करता होया खेड के मैदान के, दोनों खिडारियों के दरम्यान लग्या होया तकड़ा जोर मेरे वीरियो। इस वेले पॉइंट पर सोनू कंगनवालिया दहलीज की टीम के हिस्से जोड़ता होया। हरजीत सिंह जी राय कनेडियन 100 रुपए इस धाबी के लिए मान सम्मान भेज रहे ने। उधर जिंदगी की बहुत सत्कारयोग शख्सियत ने सरदार सुरेंद्र सिंह जी सद्दोवाल, मेरी वीरियो दास के बोलों तो खुश होके 100 रुपए माया के मान सम्मान भेज रहे ने। सरदार सुरेंद्र सिंह जी सद्दोवाल का जिहड़ी सत्कारयोग वीर सखी होरां दे पिता जी ने, बहुत बहुत धन्यवाद है। उधर जथेदार साहब होरां नाल, सरपंच साहब होरां नाल कहिंदे बहुत वड्डा प्यार है। अज इलाके दीआं संगतां, पंच सरपंच मैंबर साहिबान मेरी वीरियो विशेष तौर पर पुज रहे ने, क्योंकि महेशिंदर गरेवाल जी भी कुछ समय तक चेचे तौर पर इस टूरनामेंट से पुजन जा रहे ने। इधर गल खेड कबड्डी की करिए, अगली कबड्डी तोता कंगनवाल का खेड कबड्डी के मैदान के वध्या होया, इस वेले नौजवान शीरा ट्राई कर रहा है। उधर रुपिंदर साडा वीर इस कबड्डी का फैसला कर रहा है कि पॉइंट मेरी वीरियो धाबी का। लै भी इंद्रजीत अगला मैच कहड़िया टीमों का होगा वो जल्दी अनाउंस कर दिए। इधर गोपी वध्या होया कबड्डी पाउण दे लई, इस वेले कि असी पुत हां पिता दसमेर जी दे सीस तली ते धरदे हां, जद लोड़ पैंदी पंथ नूं चरखड़ियां ते वी चढ़दे हां, असी रोम किसे दा नहीं चलदे, सानू अणख प्यारी है
कि पंजाब की धरती सुख से सारी दुनिया तो न्यारी है, पंजाब की धरती सुख से सारी दुनिया तो न्यारी है। उधर हरजीत सिंह जी राय कनेडियन साहब वालों ढाबी के लिए 100 रुपए मान सम्मान दिए जा रहे हैं। इस तो जिहड़ा अगला मैच नाल ही मेरी कबड्डी ओपन दीआं टीमां नूं बेनती है, वो टीम आपो अपनी जल्दी दे नाल एंट्री करवा देण। कबड्डी ओपन दीआं टीमां दे खिडारियां नूं मेरी बेनती है, क्योंकि असी आ मैच तो बाद जिहड़े बहुत जल्द कबड्डी ओपन दीआं टाइयां पा के मैच शुरू करन जा रहे हां, सारियां टीमां ध्यान देण, किसी भी टीम का जिहड़ा लंबा समां इंतजार नहीं होवेगा। इधर तोता कंगणवाल का कबड्डी पाउंदा होया कि जिथे रहिंदे अणखी दलेर ने गभरू ते मस्त अलड़ मुटियारां कि टौरे वेखण वाली हुंदी। आ सेमीफाइनल मैच जिहड़ा होना जी, इहदियां टाइयां लग्गियां कढ़न। एक खिडारी भी आ जाओ साडे कोल जिहड़े खेडदे आ। हेलो, उधर सेमीफाइनल मैचां दीआं जिहड़ियां टाइयां पाईआं जा रहीआं ने, प्लीज सारे जिहड़े खिडारी ने ओह जल्दी ना इक इक प्लेयर उत्थे टाइयां वाली स्टेज ते जरूर पुज जावे, क्योंकि उधर टाइयां पा के उस तो बाद अगलियां टीमां नूं आपां सद्दा देणा है। इधर सोनू इस वेले कबड्डी के मैदान के कंगन वाली आ किपे का पेंडू कबड्डी पाने के लिए वध्या होया कि जिथे रहिंदे अणखी दलेर ने गभरू ते मस्त अलड़ मुटियारा टौरे वेखण वाली हुंदी। यारो इथों दे सरदारा संधु सुखबीर आखे तुसी पढ़िया होना बिच किसे किताब, मेरा सोहना ही देश पंजाब जिथे रहिंदे लोक नवाब, नहीं उह झलदे किसे दी दाब, मेरा बसदा रहे पंजाब के मेरा बसदा रहे पंजाब, पंजाब गुरां दे नाम ते बसदा है। वाजां वाली सरकार दी अपार कृपा है पंजाब दी धरती ते, पंजाबियां दी मां खेड कबड्डी दे बहुत तकड़े मुकाबले अज फेरू रही दी धरती, किसे जान पहचान दा मोहताज नहीं, कबड्डी दे जिते वर्गे स्टार खिडारी पैदा कीते ने। जिहड़ा इस तों बाद मैच होवेगा 70 किलो सेमीफाइनल दा, नथोवाल जांडसर सहौर जिहड़ी इन्हां जो टीम जितूगी वो 22 दे विच चली गई। हेलो, पहले सेमीफाइनल दीआं टीमां नथोवाल ते जांडसर सहौर इस मैच दे समाप्त होने तो पहला पहला ग्राउंड दे विच पुज्जण, साडी बेनती है। नथोवाल ते जांडसर सहौर जिहड़ा पहला सेमीफाइनल कबड्डी 70 किलो भार का खेडिया जाएगा। अज के इस टूरनामेंट से वेस्ट रेडर ते जाफी नूं एलसीडियां दित्तियां जा रही ने, उत्थे कबड्डी ओपन दे वेस्ट रेडर ते जाफी नूं मेरी वीरो पलटीने मोटरसाइकिल दिते जा रहे ने। उधर कबड्डी दे विच मान सम्मानां दी गल, नुकरे घोड़े लंडियां जीपां फोर ट्रैक्टर मेरी वीरो जिथे मान सम्मान बुलेट मोटरसाइकलां दे मोटरसाइकलां दे फ्रिजां दे कारां दे, अज कबड्डी दे विच धन धन होई पई है, वड्डे मान सम्मान मिलते ने कि जिहदा पहला मुल सी कौडी खांदी सी बस ठेडे, हुण तां जो भी जुड़िया नाल कबड्डी वह बिच नोटां दे खेडे कि हाकम वालिया फड़ लई है रफ्तार कबड्डी ने, पिंडा वाले मुंडे बनाते स्टार कबड्डी ने, कि पिंडा वाले मुंडे बनाते स्टार कबड्डी ने। वाकई कबड्डी ने कई घर की गरीबी दूर करती, कई जहाजा के झूठे दवाते, कई विदेशों की सैर करवाती, कई का नाम दुनिया के मेरे वीरों कले कले दर्शक की जवान उत्ते चेते हो गया। इधर कंगणवाल का तोता कबड्डी पाउंदा होया इस वे खेड के मैदान के उधर उच्चे लंबे कद का जाफी वेखो ट्राई कर रहा है, इस धाबी डकन की रखन की जफा लाने की पूरी जोरदार ट्राई होगी इस गभरू की खेड के मैदान के। पर आप देखिए पॉइंट दहलीज का गोरा बैनीपाल जी कनेडियन साहब वालों 100 रुपया इस धाबी के लिए मान सम्मान दिए जा रहे हैं। उधर फेरू राई दे कहिंदे बहुत सारे लोग जिथे कनेडा की धरती से वसते ने, उत्थे साडे ही प्योरी यार जिथे जर्मन दे विच वसे हुए ने, कोई इंग्लैंड वसदा, कोई मेरी वीरो नॉर्वे दे विच बैठा, कोई होंगकोंग दे विच बैठा, कोई मेरी वीरो अमेरिका की धरती से बैठा। अज कबड्डी 365.com दे नाल जुड़े हुए ने सारे सत्कारयोग वीरां दा बहुत बड़ा धन्नवाद है फेरू राई दी प्रबंधकी कमेटी वालों। इधर कबड्डी के मैदान के इस वेले नवजन सोनू पाउंदा होया कबड्डी, हल्के संघर्ष तो बाद पॉइंट लगे वापस अपनी टीम वल जांदा होया नथोवाल।
ਲੋ ਨੱਥੋਵਾਲ ਵਰਸੇ ਜੰਡਸਰ ਸਹੌਰ ਜਿਹੜਾ ਅਗਲਾ ਮੈਚ ਹੈ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਨੱਥੋਵਾਲ ਵਰਸੇ ਜੰਡਸਰ ਸਹੌਰ ਉਧਰ ਜਾਫੀ ਨੇ ਵਾਹਾਂ ਦੇ ਬਲ ਦੇ ਨਾਲ ਧਾਬੀ ਨੂੰ ਹਲਕਾ ਧੱਕਾ ਮਾਰ ਕੇ ਜ਼ੋਰ ਦੇ ਨਾਲ ਮੇਰੀ ਵੀਰੂ ਗਰਾਊਂਡ ਦੇ ਵਿੱਚੋਂ ਬਾਹਰ ਕਰਨ ਦੀ ਜ਼ਬਰਦਸਤ ਕੋਸ਼ਿਸ਼ ਕੀਤੀ ਇੱਧਰ ਅਗਲੀ ਕਬੱਡੀ ਤੋਤਾ ਕੰਗਣ ਵਾਲੀ ਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਗੁੰਦਿਆ ਹੋਇਆ ਸਰੀਰ ਇਸ ਨੌਜਵਾਨ ਧਾਬੀ ਦਾ ਕਿ ਗੁੰਦੇ ਹੋਏ ਸਰੀਰਾਂ ਵਿੱਚ ਨੇ ਨਰੋਈਆਂ ਅੱਡੀਆਂ ਇਹ ਚੁੰਘਦੇ ਨੇ ਬੂਰੀਆਂ ਤੇ ਖੇਡਦੇ ਕਬੱਡੀਆਂ ਇਹ ਚੁੰਘਦੇ ਨੇ ਬੂਰੀਆਂ ਤੇ ਖੇਡਦੇ ਕਬੱਡੀਆਂ ਉਧਰ ਹਰਜੀਤ ਸਿੰਘ ਜੀ ਰਾਏ ਸਾਹਿਬ ਹੋਰਾਂ ਦਾ ਵੱਡਾ ਧੰਨਵਾਦ ਹੈ ਕੈਨੇਡਾ ਦੀ ਧਰਤੀ ਤੇ ਕਬੱਡੀ 365.com ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਇੱਧਰ ਗੋਪੀ ਕਬੱਡੀ ਪਾ ਰਿਹਾ ਹੈ ਉਧਰ ਨੌਜਵਾਨ ਜਾਫੀ ਦਹਿਲੀਜ ਵਾਲਾ ਟਰਾਈ ਕਰਦਾ ਹੋਇਆ ਦਹਿਲੀਜ ਪਿੰਡ ਸਰਦਾਰ ਨਛੱਤਰ ਸਿੰਘ ਜੀ ਮੇਰੀ ਵੀਰ ਉਹ ਖੇਡ ਕਬੱਡੀ ਦੇ ਵਧੀਆ ਬੁਲਾਰੇ ਨੇ ਉਹਨਾਂ ਦਾ ਪਿੰਡ ਹੈ ਉਸੇ ਪਿੰਡ ਦਾ ਆ ਨੌਜਵਾਨ ਪਰ ਦੂਸਰੇ ਪਾਸੇ ਉਸੇ ਟੀਮ ਦੇ ਲਈ ਕੰਗਣ ਵਾਲੀਆ ਸੋਨੂ ਕਬੱਡੀ ਪਾਉਂਦਾ ਹੋਇਆ ਕਿ ਇਸ ਵੇਲੇ ਮੈਦਾਨ ਦੇ ਵਿੱਚ ਵਧਿਆ ਇੱਧਰ ਸ਼ੀਰਾ ਹਲਕਾ ਪੁਸ਼ ਕੀਤਾ ਨੌਜਵਾਨ ਨੇ ਰੁਪਿੰਦਰ ਸੰਦੌੜ ਵਾਲਾ ਇਸ ਕਬੱਡੀ ਦਾ ਫੈਸਲਾ ਕਰਦਾ ਹੋਇਆ ਕਿ ਅੰਕ ਮੇਰੀ ਵੀਰੂ ਜਾਫੀ ਦਾ ਦਰਬਾਰ ਡੀਜੇ ਸਾਊਂਡ ਦਾ ਵੱਡਾ ਧੰਨਵਾਦ ਹੈ ਸਰਦਾਰ ਮੇਜਰ ਸਿੰਘ ਹੋਰਾਂ ਦਾ ਉਧਰ ਪੰਜਾਬ ਲਾਈਟ ਭਾਗੀਕਿਆਂ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਅੱਜ ਦੇ ਇਸ ਟੂਰਨਾਮੈਂਟ ਤੇ ਸਰਚ ਲਾਈਟਾਂ ਲਾ ਰਹੇ ਨੇ ਕਿਉਂਕਿ ਅਕਸਰ ਗਰਾਊਂਡਾਂ ਦੇ ਵਿੱਚ ਓਪਨ ਦੀਆਂ ਟੀਮਾਂ ਦੇ ਮੈਚ ਦੇਰੀ ਨਾਲ ਸ਼ੁਰੂ ਹੁੰਦੇ ਨੇ ਖਿਡਾਰੀ ਰੋਜ਼ ਹਰ ਰੋਜ਼ ਖੇਡ ਕੇ ਨਿੱਤ ਰੋਜ਼ ਖੇਡ ਕੇ ਥੱਕੇ ਹੁੰਦੇ ਨੇ ਮੈਚ ਲੇਟ ਹੁੰਦੇ ਨੇ ਹਨੇਰਾ ਆਉਣਾ ਸੁਭਾਵਿਕ ਹੈ ਇਸ ਲਈ ਲਾਈਟਾਂ ਵਾਲੇ ਵੀਰਾਂ ਦੀ ਵੱਡੀ ਲੋੜ ਪੈਂਦੀ ਹੈ ਭਾਗੀਕਿਆਂ ਵਾਲਿਆਂ ਦੀਆਂ ਲਾਈਟਾਂ ਬੜੀਆਂ ਮਸ਼ਹੂਰ ਨੇ ਜਿਸ ਤਰ੍ਹਾਂ ਭਗਤੇ ਵਾਲਿਆਂ ਦੀਆਂ ਲਾਈਟਾਂ ਬਹੁਤ ਮਸ਼ਹੂਰ ਨੇ ਇੱਧਰ ਤੋਤਾ ਕੰਗਣਵਾਲ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਸ ਵੇਲੇ ਕਿ ਪਾਈ ਜਾਂਦੇ ਨੇ ਕਬੱਡੀਆਂ ਚੁੱਕ ਚੁੱਕ ਕੇ ਧਾਬੀ ਤੁਰਦੇ ਮੈਦਾਨੀ ਪੱਬ ਚੁੱਕ ਚੁੱਕ ਕੇ ਲਿਸ਼ਕਦੇ ਨੇ ਪਿੰਡੇ ਫਿਰੇ ਹਰ ਇੱਕ ਫਬਦਾ ਲਓ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਤਾਂ ਹੀ ਤਾਂ ਵੇਖੋ ਜ਼ੋਰ ਲੱਗਦਾ ਕਿ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਤਾਂ ਹੀ ਤਾਂ ਵੇਖੋ ਜ਼ੋਰ ਲੱਗਦਾ ਇੱਧਰ ਰੁਪਿੰਦਰ ਦਾ ਫੈਸਲਾ ਕਿ ਪੁਆਇੰਟ ਭੈਣੀ ਬਾਘੇ ਦੀ ਟੀਮ ਦਾ ਅਗਲੀ ਕਬੱਡੀ ਗੋਪੀ ਭੈਣੀ ਬਾਘੇ ਵਾਲਾ ਪਾਉਂਦਾ ਹੋਇਆ ਉੱਚਾ ਲੰਬਾ ਕੱਦ ਗੋਰਾ ਨਿਸ਼ੋ ਜਾਂ ਰੰਗ ਹਲਕਾ ਝੁਕਿਆ ਹੋਇਆ ਨੌਜਵਾਨ ਧਾਬੀ ਝੁਕਿਆ ਇਸ ਕਰਕੇ ਨਹੀਂ ਕਿ ਕੋਈ ਈਨ ਮੰਗਦਾ ਝੁਕਣਾ ਖੇਡ ਕਬੱਡੀ ਦਾ ਸਟਾਈਲ ਹੈ ਕਬੱਡੀ ਦਾ ਅੰਦਾਜ਼ ਹੈ ਕਬੱਡੀ ਦਾ ਮੇਰੀ ਵੀਰੂ ਇਸ ਵੇਲੇ ਗੱਭਰੂ ਦਾ ਬੋਲਿਆ ਹੋਇਆ ਧਾਬਾ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਉੱਡਦੀ ਹੋਈ ਮਾਂ ਮਿੱਟੀ ਦੀ ਧੂੜ ਕਿ ਸਬਰ ਸਿਦਕ ਤੋਂ ਡੋਲੀ ਨਾ ਤੂੰ ਪੁੱਤ ਪੰਜਾਬ ਦੇ ਆ ਮਿੱਟੀ ਚੁੱਕ ਮੱਥੇ ਲਾਵਣਗੇ ਤੇਰਿਆਂ ਰਾਮਾਂ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਮਾਂ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਮਾਂ ਦੀ ਉਧਰ ਸੱਦੋ ਵਾਲੀਏ ਸਰਦਾਰ ਸੁਰਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਨੇ ਇੱਧਰ ਸ਼ੀਰਾ ਟਰਾਈ ਕਰ ਰਿਹਾ ਪਰ ਰੁਪਿੰਦਰ ਸੰਦੌੜ ਇਸ ਕਬੱਡੀ ਦਾ ਫੈਸਲਾ ਦਿੰਦਾ ਹੋਇਆ ਕਿ ਪੁਆਇੰਟ ਧਾਬੀ ਦੀ ਰੀਡਰ ਦੇ ਹਿੱਸੇ ਐਡਜਸਟ ਹੋ ਰਿਹਾ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਹੋਈਆਂ ਨੇ ਉਹ ਕਿਰਪਾ ਕਰਕੇ ਜਲਦੀ ਨਾਲ ਆਪਣੀ ਐਂਟਰੀ ਜ਼ਰੂਰ ਕਰਵਾ ਦੇਣ ਅਸੀਂ ਟਾਈਆਂ ਪਾਉਣ ਜਾ ਰਹੇ ਹਾਂ ਉਧਰ ਅਸੀਂ ਟਾਈਆਂ ਪਾਉਣ ਲੱਗੇ ਹਾਂ ਜਿਹੜੀਆਂ ਟੀਮਾਂ ਦੇ ਮੈਂ ਨਾਮ ਅਨਾਊਂਸ ਕਰਾਂਗਾ ਉਹ ਜਲਦੀ ਨਾਲ ਆਪਣੀ ਐਂਟਰੀ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਟੀਮਾਂ ਨੂੰ ਟਾਈਆਂ ਦੇ ਵਿੱਚ ਨਹੀਂ ਰੱਖਿਆ ਜਾਵੇਗਾ ਅਚਰਵਾਲ ਰਸੂਲਪੁਰ ਵਰਸਜ ਤੀਸਰੀ ਟੀਮ ਕਿਹੜੀ ਹੈ ਜੀ ਪਲੀਜ਼ ਦੱਸੋ ਰੈਸਰ ਰੈਸਰ ਦੀ ਟੀਮ ਇਹ ਤਿੰਨੋਂ ਟੀਮਾਂ ਆਪੋ ਆਪਣੀ 2 ਮਿੰਟ ਦੇ ਅੰਦਰ ਅੰਦਰ ਐਂਟਰੀ ਫੀਸ ਜਮ੍ਹਾਂ ਕਰਵਾ ਦੇਣ ਨਹੀਂ ਤੇ ਅਸੀਂ ਇਹਨਾਂ ਟੀਮਾਂ ਨੂੰ ਟਾਈਆਂ ਦੇ ਵਿੱਚ ਨਹੀਂ ਰੱਖਾਂਗੇ ਟੀਮਾਂ ਮੈਂ ਇੱਕ ਵਾਰ ਫਿਰ ਅਨਾਊਂਸ ਕਰ ਰਿਹਾ ਅਚਰਵਾਲ ਰਸੂਲਪੁਰ ਤੇ ਰੈਸਰ ਇਹ ਜਿਹੜੀਆਂ ਟੀਮਾਂ ਜਲਦੀ ਨਾਲ ਆਪਣੀ ਐਂਟਰੀ ਜਮ੍ਹਾਂ ਕਰਵਾ ਦੇਣ ਇਹ ਅਸੀਂ ਟਾਈਆਂ ਪਾਉਣ ਜਾ ਰਹੇ ਹਾਂ ਨੱਥੋਵਾਲ ਵਰਸੇ ਜੰਡਸਰ ਸਹਾਰ ਕਬੱਡੀ 70 ਕਿਲੋ ਦਾ ਪਹਿਲਾ ਸੈਮੀਫਾਈਨਲ ਖੇਡਿਆ ਜਾਵੇਗਾ ਦੋਨੋਂ ਟੀਮਾਂ ਗਰਾਊਂਡ 'ਚ ਆ ਜਾਣ ਜਿਹੜੀ ਟੀਮ ਇਸ ਮੈਚ ਦੀ ਵਿਨਰ ਟੀਮ ਹੋਵੇਗੀ ਜੇਤੂ ਟੀਮ ਹੋਵੇਗੀ ਉਹ ਟੀਮ 22 ਦੇ ਵਿੱਚ ਹੈ ਮੇਰਾ ਖਿਆਲ ਸਿੱਧੀ ਫਾਈਨਲ ਖੇਡੇਗੀ ਪਲੀਜ਼ ਨੱਥੋਵਾਲ ਵਰਸਿਜ ਜੰਡਸਰ ਸਹਾਰ ਦੀਆਂ ਟੀਮਾਂ ਗਰਾਊਂਡ
हेलो 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 तू मारवाज भी ना बिट्टू मारी बाज करा टीमा नू राउंड जाऊं पैनी बागा ते जड़ा दहलीज दा मैच खेडा गया दहलीज दी टीम उस मैच दी जेतू टीम है अगला मैच नथोवाल ते जंडसर सहार दिया टीमा दस मिनट हो गए उस टीम नू सदा दित्ते नू हाले तक टीम ग्राउंड दे विच नहीं आई हां लास्ट जड़ा दो मिनट दा समा दित्ता जा रहा है दोनों टीमा दे खिलाड़ियों नू मेरी बेनती है कृपा करके दो मिनट दे अंदर अंदर नथोवाल ਵਰਸੇ ਜੰਡਸਰ ਸਹੌਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਉਧਰ ਇੰਸਪੈਕਟਰ ਰਾਲਾ ਸਿੰਘ ਜੀ ਜਿਹੜੇ ਸਾਡੇ ਦੋ ਸਤਿਕਾਰਯੋਗ ਵੀਰ ਕਲੀ ਵਾਲੇ ਕਲੀ ਦੀ ਸੇਵਾ ਕਰ ਰਹੇ ਨੇ ਉਹਨਾਂ ਲਈ 50-50 ਰੁਪਏ ਦੇ ਮਾਨ ਸਨਮਾਨ ਭੇਜ ਰਹੇ ਨੇ ਇੰਸਪੈਕਟਰ ਰਾਲਾ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਆਪਾਂ ਸਾਰੇ ਰਲ ਮਿਲ ਕੇ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਮੌਸਮ ਜਿਹੜਾ ਸਾਨੂੰ ਥੋੜਾ ਹੋਰ ਸਾਥ ਦੇਵੇ ਤਾਂ ਜੋ ਕਿਉਂਕਿ ਟੀਮਾਂ ਬਹੁਤ ਤਕੜੀਆਂ ਪੁੱਜੀਆਂ ਹੋਈਆਂ ਅੱਜ ਦੇ ਇਸ ਟੂਰਨਾਮੈਂਟ ਤੇ ਏਡੇ ਵੱਡੇ ਪ੍ਰਬੰਧ ਕੀਤੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਕਿ ਅੱਜ ਦਾ ਜਿਹੜਾ ਦਿਨ ਇੱਕ ਵਧੀਆ ਕਰਾਰਾ ਜਿਹਾ ਦਿਨ ਲੱਗੇ ਤਾਂ ਜੋ ਦਰਸ਼ਕ ਏਡੀ ਦੂਰੋਂ ਦੂਰੋਂ ਪੁੱਜੇ ਨੇ ਉਹਨਾਂ ਦੇ ਵੀ ਦਿਲਾਂ ਦੀਆਂ ਪੂਰੀਆਂ ਹੋ ਜਾਣ ਤੇ ਪ੍ਰਬੰਧਕਾਂ ਦਾ ਕੀਤਾ ਹੋਇਆ ਮਿਹਨਤ ਦਾ ਮੁੱਲ ਵੀ ਪਾ ਦੇਵੇ ਸੱਚੇ ਪਾਤਸ਼ਾਹ ਵਾਹਿਗੁਰੂ ਮੌਸਮ ਜਿਹੜਾ ਖੁਸ਼ਗਵਾਰ ਰਵੇ ਜਿਹੜੀ ਕਿਣ-ਮਿਣ ਹੈ ਇਹ ਪਲੀਜ਼ ਵਾਹਿਗੁਰੂ ਪਰਮਾਤਮਾ ਨਾ ਪਾਵੇ ਨਥੋਵਾਲ ਵਰਸਿਜ ਜੰਡਸਰ ਸਹੌਰ ਦੋਨੇ ਟੀਮਾਂ ਹਾਲੇ ਤੱਕ ਗਰਾਊਂਡ 'ਚ ਨਹੀਂ ਪਹੁੰਚੀਆਂ ਜੀ ਸਾਡੀ ਇੱਕ ਵਾਰ ਫਿਰ ਬੇਨਤੀ ਹੈ ਇਹ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜਣ ਉਧਰ ਸਾਡਾ ਬਹੁਤ ਸਤਿਕਾਰਯੋਗ ਵੀਰ ਹਰਵਿੰਦਰ ਸਿੰਘ ਜੀ ਜੋ ਪਿਛਲੇ ਇਸ ਟੂਰਨਾਮੈਂਟ ਦੇ ਖਜ਼ਾਨਚੀ ਸਨ ਉਹ ਮੇਰੀ ਵੀਰੋ ਸਾਊਦੀ ਅਰਬ ਦੀ ਧਰਤੀ ਤੇ ਬੈਠੇ kabaddi365.com ਦੇ ਜ਼ਰੀਏ ਪੂਰਾ ਆਨੰਦ ਮਾਣ ਰਹੇ ਨੇ ਹਰਵਿੰਦਰ ਸਿੰਘ ਜੀ ਸਾਊਦੀ ਅਰਬ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਮੇਰੀ ਬੇਨਤੀ ਹੈ ਕਿਰਪਾ ਕਰਕੇ ਜਲਦੀ ਤੋਂ ਜਲਦੀ ਨਥੋਵਾਲ ਵਰਸਿਜ ਨਥੋਵਾਲ ਵਰਸਿਜ ਜੰਡਸਰ ਸਹੌਰ ਦੀਆਂ ਦੋਨੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਜੀ ਸਾਡੀ ਬੇਨਤੀ ਹੈ ਕਿਉਂਕਿ ਪਹਿਲਾਂ ਹੀ ਦੇਰੀ ਜਿਹੜੀ ਬਹੁਤ ਹੋ ਚੁੱਕੀ ਹੈ ਇਸ ਲਈ ਆਪਾਂ ਹੋਰ ਜ਼ਿਆਦਾ ਦੇਰ ਨਾ ਲਈਏ ਟੀਮਾਂ ਸਹਿਯੋਗ ਦੇਣ ਨਥੋਵਾਲ ਵਰਸਿਜ ਜੰਡਸਰ ਸਹੌਰ ਦੀਆਂ ਟੀਮਾਂ ਤੁਰੰਤ ਗਰਾਊਂਡ ਦੇ ਵਿੱਚ ਆ ਜਾਣ ਉਧਰ ਕਬੱਡੀ ਓਪਨ ਦੀਆਂ ਟਾਈਆਂ ਪਾਉਣ ਜਾ ਰਹੇ ਨੇ ਪ੍ਰਬੰਧਕ ਵੀਰ ਜਿਹੜੀਆਂ ਟੀਮਾਂ ਨੇ ਐਂਟਰੀ ਫੀਸ ਨਹੀਂ ਦਿੱਤੀ ਉਹ ਜਲਦੀ ਨਾਲ ਐਂਟਰੀ ਫੀਸ ਦੇ ਦੇਣ ਤੇ ਜਿਹੜੇ ਖਿਡਾਰੀ ਟੀਮ ਐਂਟਰ ਕਰਵਾਉਣ ਤੋਂ ਹਾਲੇ ਰਹਿੰਦੇ ਨੇ ਉਹ ਪਲੀਜ਼ ਹੈਲੋ ਉਹ ਜਿਹੜੀਆਂ ਟੀਮਾਂ ਆਪਣੀ ਐਂਟਰੀ ਕਰਵਾ ਦੇਣ ਜਿਹੜੀਆਂ ਟੀਮਾਂ ਨੇ ਐਂਟਰੀ ਹਾਲੇ ਨਹੀਂ ਕਰਵਾਈ ਨਥੋਵਾਲ ਤੇ ਜੰਡਸਰ ਸਹੌਰ ਉਹ ਜਿਹੜੀਆਂ ਦੋਨੋਂ ਟੀਮਾਂ ਨੂੰ ਅਸੀਂ ਲਾਸਟ 2 ਮਿੰਟ ਦਾ ਸਮਾਂ ਦਿੱਤਾ ਸੀ ਟੀਮਾਂ ਹਾਲੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈਆਂ ਇਸ ਗੱਲ ਦਾ ਭਲੀ ਭਾਂਤ ਪਤਾ ਹੁੰਦਾ ਹੈ ਕਿ ਅਸੀਂ ਸੈਮੀਫਾਈਨਲ 'ਚ ਪੁੱਜ ਗਏ ਹੁਣ ਤਾਂ ਸਾਨੂੰ ਨਹੀਂ ਕੱਟਿਆ ਜਾਵੇਗਾ ਪਰ ਖਿਡਾਰੀ ਵੀਰੋ ਜੇ ਏਡੇ ਵੱਡੇ ਤੁਹਾਡੇ ਲਈ ਪ੍ਰਬੰਧ ਕੀਤੇ ਜਾ ਸਕਦੇ ਨੇ ਇੰਨੇ ਸੱਦੇ ਦਿੱਤੇ ਜਾ ਸਕਦੇ ਨੇ ਤਾਂ ਇੱਕ ਜਿਹੜੀ ਆਵਾਜ਼ ਇਹ ਵੀ ਹੋ ਸਕਦੀ ਹੈ ਕਿ ਦੋਨੋਂ ਟੀਮਾਂ ਕੱਢ ਦਿੱਤੀਆਂ ਗਈਆਂ ਕਮੇਟੀ ਦਾ ਜਿਹੜਾ ਫੈਸਲਾ ਉਹ ਟੱਲ ਹੁੰਦਾ ਹੈ ਬਾਅਦ ਦੇ ਵਿੱਚ ਰੌਲਾ ਅਪੀਲ ਦਲੀਲ ਦਾ ਕੋਈ ਫਾਇਦਾ ਨਹੀਂ ਇਸ ਲਈ ਤੁਸੀਂ ਸਹਿਯੋਗ ਦਿਓ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਓ ਆਪਾਂ ਬਾਰ ਬਾਰ ਟੀਮਾਂ ਨੂੰ ਸੱਦੇ ਦਿੰਦੇ ਬਾਰੇ ਕੋਈ ਵਧੀਆ ਨਹੀਂ ਲੱਗਦੀ ਟੀਮਾਂ ਜਲਦੀ ਲਾਉਣ ਤਾਂ ਜੋ ਮੈਚ ਸ਼ੁਰੂ ਕਰਵਾ ਸਕੀਏ ਨਥੋਵਾਲ ਵਰਸੇ ਜੰਡਸਰ ਸਹੌਰ ਦੀਆਂ ਟੀਮਾਂ 1 ਮਿੰਟ ਦੇ ਅੰਦਰ ਅੰਦਰ ਗਰਾਊਂਡ 'ਚ ਆ ਜਾਣ ਜੀ ਮੇਰੀ ਬੇਨਤੀ ਹੈ ਇਹਨਾਂ ਟੀਮਾਂ ਦੇ ਖਿਡਾਰੀਆਂ ਨੂੰ ਤਾਂ ਜੋ ਮੈਚ ਜਿਹੜਾ ਸ਼ੁਰੂ ਕੀਤਾ ਜਾ ਸਕੇ ਉਧਰ ਅੱਜ ਦੇ ਇਸ ਟੂਰਨਾਮੈਂਟ ਦੇ ਸਮੁੱਚੇ ਸਹਿਯੋਗੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਹਰੀ ਸਿੰਘ ਹੋਰੀ ਸਰਦਾਰ ਨਾਰ ਸਿੰਘ ਜੀ ਮੁਕੰਦ ਸਿੰਘ ਜੀ ਮੈਂਬਰ ਸਾਹਿਬ ਔਰ ਬਲਵਿੰਦਰ ਸਿੰਘ ਜੀ ਹੋਰਾਂ ਦਾ ਵੱਡਾ ਧੰਨਵਾਦ ਹੈ ਇਸ ਟੂਰਨਾਮੈਂਟ ਦੇ ਬਹੁਤ ਸਤਿਕਾਰਯੋਗ ਸਹਿਯੋਗੀ ਵੀਰ ਨੇ ਮੇਰੀ
एक बार फिर बेनती है नथोवाल वर्स जंडसर सहौर दी टीमां प्लीज जल्दी ग्राउंड दे विच आ जाण तां जो मैच जिहड़ा शुरू किया जा सके। साडी वार वार बेनती है इन्हां टीमां दे खिडारियां नूं नथोवाल वर्स जंडसर सहौर दोनों टीमां जल्दी ग्राउंड च आ जाण जी। हाँ जी जिन्हें ओपन दे खिडारी आए आपो अपनी टीमां दी एंट्री कराओ फिर असीं टाइयां खड़नियां। ओपन दे खिडारी वीरां नूं बेनती करी जांदी आ कि आप दीआं टीमां एंटर कराओ तां असीं टाइयां खड़ीए। सहौर दी जिहड़ी टीम ओह पहुंच चुकी है नथोवाल दी टीम भी जल्दी पुज जावी। नथोवाल वर्सिस सहौर दा पहला सेमीफाइनल दर्शक वीरो बहुत तकड़ा मैच खेडिया जाएगा दोनों टीमों का। उच्च कोटि दीआं टीमां बहुत सारे मुकाबलियां तों बाद जिहड़ी क्रीम पुजी है इन्हां टीमों की कबड्डी 70 किलो भार दीआं टीमां ने क्योंकि अज हर एक टीम का पूरा जतन है कि अपनी टीम नूं जेतू करार दिता जाए क्योंकि बेस्ट रेडर के जाफी लिए वड्डे मान सम्मान दिते जा रहे हैं। एल सी डियां दित्तियां जाणियां इस टूरनामेंट से। नथोवाल की टीम हले तक फिर नहीं ग्राउंड दे विच आई साडी फिर बेनती है वो टीम जल्दी पुज जावे। उधर कबड्डी ओपन दीआं टाइयां पैण लगियां ने जेकर कोई होर भी टीम एंटर होना चाहती है तो वो टीम जल्दी ना पुज जावे। मेरी बेनती है कृपा करके जल्दी नाल नथोवाल की टीम पहुंचे ता जो अगला जिहड़ा मैच शुरू किया जा सके। उधर कबड्डी 365.com के जरिए जुड़े बैठे हरजीत सिंह जी राय कनेडियन काला अमृतसरिया इंग्लैंड नरेंद्र सिंह जी बैनीपाल कनेडा दर्शन सिंह जी राय कनेडा रजिंदर सिंह जी लंबड़दार यूएसए सुखदेव सिंह जी इंग्लैंड कमलप्रीत भंगू यूएसए उन्हां दे नाल बलवीर सिंह लैट कनेडा सुरजीत सिंह कनेडियन अजमेर सिंह जी सैकटरी यूएसए बूटा बैनीपाल आस्ट्रेलिया बलबीर सिंह जी यूएई जंटी यूएई कुलदीप सिंह हेयर इटली हरविंदर सिंह जी साबका खजानची सऊदी अरब वाले सारे सत्कारयोग एनआरआई वीरां दा बहुत वड्डा धन्नवाद है जो कबड्डी 365.com के जरिए अज दे इस कबड्डी कप दे नाल जुड़े बैठे ने। मेरी बेनती है नथोवाल की टीम जल्दी ना ग्राउंड दे विच पहुंच जावे तां जो अगला जिहड़ा आपां मैच शुरू करवा सकीए। इधर असीं लास्ट एक मिनट का समा नथोवाल की टीम लिए दे रहे हैं क्योंकि साढ़े को 70 किलो टीमां बहुत आईया सन पर प्रबंधकी कमेटी ने उन्हां टीमां नूं वापस मोड़ दिता है क्योंकि टीमां ज्यादा होने करके उन्हां नूं नहीं एंटर किया। टीमां लेट आईया सी बेशक पर नथोवाल की टीम नूं साडी वार वार बेनती है वो टीम के खिडारी जल्दी ग्राउंड च आ जाण तां जो मैच शुरू किया जा सके। नथोवाल वर्स जंडसर सहौर दीआं टीमां दा मैच है जदों तक मैच शुरू हुंदा है मैच दे शुरू होण तों पहलां पहलां इधर हरियाणे वाले वीर पुजे हुए ने अपनी रेल चला के दिखाउणगे दर्शकों का मनोरंजन होवेगा। हेलो हेलो असी कबड्डी ओपन दीआं टाइयां पाउण जा रहे हां जी। सिर्फ असी 16 टीमां ही एंटर करनियां ने साडे कोले 14 टीमां हो चुकियां दो टीमां बाकी ने। इधर हरियाणे वालों की रेल बहुत फुल स्पीड ते स्टेज वल नूं आ रही है एक जोरदार ताड़ी मार दो इन्हां दे लई क्योंकि ग्राउंड बहुत वधिया इसलिए अज रेल भी तेज है नहीं तां रोड़ियां तों डरदे इह भी बहुत हौली हौली आउंदे हुंदे ने। बहुत धन्नवाद है तुहाडा इन्हां दा दर्शकां नूं बेनती है वध तों वध मान सम्मान करना है आपां। उधर हेलो हेलो उधर गुरप्रीत सिंह जी झोलड़ा अपने साथियों के समेत पूरे ग्रुप समेत पुजे ने। गुरप्रीत जी उरां दा इत्थे पुजन ते प्रधान चरणजीत उरां वालों साडे वीर हरविंदर सिंह उरां वालों जिथे वड्डा धन्नवाद है समुचे सत्कारयोग वीरां दा करमजीत सिंह जी मीत प्रधान उरां वालों गुरमीत सिंह जी राय जनरल सकत्तर गुरसेवक सिंह सोनी कुलदीप काका पम्मा राय अमृतपाल मोहाली
ਇਹ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਇੱਧਰ ਪਹਿਲਾ ਸੈਮੀਫਾਈਨਲ ਕਬੱਡੀ 70 ਕਿਲੋ ਭਾਰ ਦਾ ਸ਼ੁਰੂ ਹੁੰਦਾ ਹੋਇਆ, ਇੱਕ ਪਾਸੇ ਜਿਹੜੀ ਟੀਮ ਨੱਥੋਵਾਲ ਦੀ, ਦੂਸਰੇ ਪਾਸੇ ਜ਼ਿਲ੍ਹਾ ਬਰਨਾਲਾ ਦੀ ਟੀਮ ਹੈ ਜੰਡਸਰ ਸਹੌਰ, ਸਹੌਰ ਪਿੰਡ ਵਰਸ ਨੱਥੋਵਾਲ ਦੀਆਂ ਟੀਮਾਂ ਦਾ ਬਹੁਤ ਤਕੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਉੱਧਰ ਪ੍ਰਬੰਧਕੀ ਕਮੇਟੀ ਵੱਲੋਂ ਜਿਹੜੀ ਮੇਰੀ ਵੀਰੋ ਸਖ਼ਤ ਤਾੜਨਾ ਇਸ ਟੀਮ ਦੇ ਲਈ, ਇਸ ਮੈਚ ਦੀਆਂ ਦੋਨੋਂ ਟੀਮਾਂ ਲਈ ਕੀਤੀ ਜਾ ਰਹੀ ਹੈ ਕਿ ਜੇਕਰ ਟੀਮਾਂ ਮੈਚ ਫਿਕਸ ਕਰਕੇ ਖੇਡਣਗੀਆਂ, ਜੇਕਰ ਰਲੀਆਂ ਹੋਈਆਂ ਤਾਂ ਟੀਮਾਂ ਜ਼ਰੂਰ ਕੱਟੀਆਂ ਜਾਣਗੀਆਂ। ਇਹ ਟੀਮਾਂ ਦੇ ਖਿਡਾਰੀ ਪਹਿਲਾਂ ਧਿਆਨ ਦੇਣ, ਕਿਉਂਕਿ ਕਿਸੇ ਵੀ ਗੱਲ ਨੂੰ ਲੈ ਕੇ ਜੇਕਰ ਇਹ ਕਲੀਅਰ ਹੁੰਦਾ ਕਿ ਟੀਮਾਂ ਰਲੀਆਂ ਹੋਈਆਂ ਤਾਂ ਟੀਮਾਂ ਕੱਟੀਆਂ ਜਾਣਗੀਆਂ। ਹੈਲੋ ਲਓ ਮੈਚ ਸ਼ੁਰੂ ਹੋਵੇਗਾ। ਦੋਨੋਂ ਟੀਮਾਂ ਕਬੱਡੀ ਦੇ ਗਰਾਊਂਡ ਦੇ ਵਿੱਚ ਪੁੱਜ ਚੁੱਕੀਆਂ ਨੇ। ਜਿਹੜੀ ਟੀਮ ਸਹੌਰ ਦੀ ਹੈ ਉਹ ਸਟੇਜ ਦੇ ਸੱਜੇ ਪਾਸੇ ਸੜਕ ਵਾਲੀ ਸਾਈਡ ਖੇਡਣ ਜਾ ਰਹੀ ਹੈ, ਦੂਸਰੇ ਪਾਸੇ ਜਿਹੜੀ ਟੀਮ ਹੋਵੇਗੀ ਉਹ ਮੇਰੀ ਵੀਰੋ ਨੱਥੋਵਾਲ ਜ਼ਿਲ੍ਹਾ ਲੁਧਿਆਣਾ ਗਵਾਂਢੀ ਪਿੰਡ ਦੀ ਟੀਮ ਹੈ। ਦੋਨੋਂ ਟੀਮਾਂ ਦਾ ਬਹੁਤ ਵਧੀਆ ਮੈਚ ਸ਼ੁਰੂ ਹੁੰਦਾ ਹੋਇਆ ਅੱਜ ਜਿੱਥੇ ਇਸ ਧਰਤੀ ਤੇ ਬਹੁਤ ਤਕੜੇ ਮੁਕਾਬਲੇ ਕਬੱਡੀ ਓਪਨ ਦੇ ਖੇਡੇ ਜਾ ਰਹੇ ਨੇ। ਕੱਲ ਨੂੰ ਕਬੱਡੀ ਓਪਨ ਦੇ ਮੈਚ ਬੱਸੀਆਂ ਦਾ ਗਵਾਂਢੀ ਪਿੰਡ ਹੈ ਬੁਰਜ ਨਕਲੀਆਂ, 1 ਤਰੀਕ ਬੁਰਜ ਨਕਲੀਆਂ ਦੇ ਕਬੱਡੀ ਟੂਰਨਾਮੈਂਟ ਦੀ ਹੈ। ਚੰਨੇ ਔਲਖ ਗੁਰ ਜਗਤਾਰ ਹੋਣੀ ਸਾਡੇ ਵੀਰ ਸੱਦੇ ਦੇ ਰਹੇ ਨੇ। 2 ਤਰੀਕ ਕੁੱਤਵਾ ਤੇ ਜਲੂਰ ਦੇ ਕਬੱਡੀ ਕੱਪ ਦੀ ਹੈ, 4 ਤਰੀਕ ਕਾਲਸਾਂ ਦੇ ਕਬੱਡੀ ਕੱਪ ਦੀ ਹੈ। ਕਾਲਸਾਂ ਦੀ ਧਰਤੀ ਤੇ ਕਬੱਡੀ ਓਪਨ ਨੂੰ 3 ਪ੍ਰਾਈਜ਼ ਦਿੱਤੇ ਜਾ ਰਹੇ ਨੇ, ਬਹੁਤ ਤਕੜਾ ਮੈਚ। 4 ਤਰੀਕ 4 ਮਾਰਚ ਜਿਹੜੀ ਕਾਲਸਾਂ ਦੇ ਟੂਰਨਾਮੈਂਟ ਦੀ, 5 ਤਰੀਕ ਗੱਬਰ ਸੇਖ ਹੋਰਾਂ ਵੱਲੋਂ ਕਰਵਾਏ ਜਾ ਰਹੇ ਸੇਖੇ ਦੇ ਕਬੱਡੀ ਕੱਪ ਦੀ ਹੈ, 6 ਤਰੀਕ ਜਿਹੜੀ ਮਾਂਗੇਵਾਲ ਦੇ ਕਬੱਡੀ ਟੂਰਨਾਮੈਂਟ ਦੀ ਹੈ, ਮਾਂਗੇਵਾਲ ਦੀ ਧਰਤੀ ਤੇ ਬਹੁਤ ਤਕੜਾ ਟੂਰਨਾਮੈਂਟ 6 ਮਾਰਚ ਨੂੰ ਕਬੱਡੀ ਓਪਨ ਦੇ ਮੈਚ ਨੇ। 7 ਤਰੀਕ ਬੁਰਜ ਹਰੀ ਸਿੰਘ ਦੇ ਕਬੱਡੀ ਟੂਰਨਾਮੈਂਟ ਦੀ ਹੈ, 5, 6 ਤੇ 7 ਤਰੀਕ ਬੁਰਜ ਹਰੀ ਸਿੰਘ, ਡਿੱਪੀ ਧਾਲੀਵਾਲ ਹੋਣੀ, ਗਗਨ ਧਾਲੀਵਾਲ ਹੋਣੀ, ਗੁਰੂ ਗਿੱਲ ਮੱਖਣ ਹੋਰਾਂ ਵੱਲੋਂ ਕਰਵਾਏ ਜਾ ਰਹੇ ਪੰਜਾਬ ਦੇ ਪ੍ਰਸਿੱਧ ਕਬੱਡੀ ਕੱਪ ਦੀ ਹੈ, ਜਿੱਥੇ 7 ਤਰੀਕ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਵੈਸਟ ਰੇਡਰ ਜਾਫੀ ਨੂੰ। ਹਾਂਜੀ, ਓਪਨ ਦੇ ਖਿਡਾਰੀ ਬੁਰਜ ਹਰੀ ਸਿੰਘ, ਬਾਬਾ ਬੁੰਗਾ ਸਾਹਿਬ ਕਲੱਬ ਮਾਲਕ ਬੁਰਜ ਹਰੀ, ਬਾਬਾ ਰੋਡੂ ਸਾਹਿਬ ਕਲੱਬ ਕੌਂਕੇ ਰਾਮਾ, ਤੇਜ ਕਲੱਬ ਜਗਰਾਓਂ, ਤਾਰੀ ਕਲੱਬ ਬੀਲਾ, ਬਾਬਾ ਸਾਧੂ ਰਾਮ ਕਲੱਬ ਰਸੂਲਪੁਰ, ਇਹਨਾਂ ਦੇ ਖਿਡਾਰੀ ਸਾਡੇ ਕੋਲ ਆ ਜਾਓ, ਅਸੀਂ ਟਾਈਆਂ ਕੱਢਣ ਲੱਗੇ ਹਾਂ। ਉੱਧਰ ਕਬੱਡੀ ਓਪਨ ਦੀਆਂ ਟਾਈਆਂ ਪਾਈਆਂ ਜਾ ਰਹੀਆਂ ਨੇ, ਜਿਹੜੀਆਂ ਟੀਮਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਉਹਨਾਂ ਟੀਮਾਂ ਦਾ ਇੱਕ ਇੱਕ ਖਿਡਾਰੀ ਜਲਦੀ ਨਾ 1 ਮਿੰਟ ਦੇ ਅੰਦਰ ਅੰਦਰ ਸਟੇਜ ਦੇ ਖੱਬੇ ਪਾਸੇ ਪਹੁੰਚ ਜਾਣ। ਉੱਧਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ 8 ਮਾਰਚ ਸਹਿਜੜੇ ਦੇ ਕਬੱਡੀ ਕੱਪ ਦੀ ਹੈ, ਛੀਨੀਵਾਲ ਕਲਾਂ ਦੇ ਲਾਗੇ ਕਰਕੇ ਮੂਮ ਦੇ ਲਾਗੇ ਸਹਿਜੜਾ ਪਿੰਡ ਬਹੁਤ ਮਸ਼ਹੂਰ ਹੈ, 8 ਤਰੀਕ ਸਹਿਜੜੇ ਦੇ ਕਬੱਡੀ ਕੱਪ ਦੀ ਹੋਵੇਗੀ, 9 ਤਰੀਕ ਮੂਮ ਦੇ ਟੂਰਨਾਮੈਂਟ ਦੀ ਹੈ, 7, 8, 9 ਤਰੀਕ ਮੂਮ ਗਵਾਂਢੀ ਪਿੰਡ ਹੈ ਇਸ ਏਰੀਏ ਦਾ, ਤੇ 9 ਤਰੀਕ ਹੀ ਟਿੱਬੇ ਦੇ ਕਬੱਡੀ ਕੱਪ ਦੀ ਹੈ, 24 ਤਰੀਕ ਸੰਘੇੜੇ ਦੇ ਕਬੱਡੀ ਟੂਰਨਾਮੈਂਟ ਦੀ, ਇਸ ਇਲਾਕੇ ਦੇ ਬਹੁਤ ਮਸ਼ਹੂਰ ਟੂਰਨਾਮੈਂਟ ਜਿਹੜੇ ਅਗਲੇ ਖੇਡੇ ਜਾਣੇ ਨੇ। ਇੱਧਰ ਬਹੁਤ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਮਹਾਰਾਜ ਦੀ ਧਰਤੀ ਤੋਂ ਸੈਦੋ ਦੇ ਮੱਖਣ ਨੇ ਬਤੌਰ ਜਾਫੀ ਨੁਕਰਾ ਘੋੜਾ ਜਿੱਤਿਆ ਤੇ ਹਿੰਮਤਪੁਰ ਦੇ ਦੀਪ ਨੇ ਬਤੌਰ ਧਾਬੀ ਨੁਕਰਾ ਘੋੜਾ ਜਿੱਤਿਆ। ਮੇਰੀ ਵੀਰੋ ਅੱਜ ਕਹਿੰਦੇ ਦੁਨੀਆਂ ਦੇ ਸੁਪਰ ਸਟਾਰ ਉਹ ਖਿਡਾਰੀ ਇਸ ਧਰਤੀ ਤੇ ਖੇਡਣ ਦੇ ਲਈ ਪੁੱਜ ਰਹੇ ਨੇ। ਵੱਡੀ ਮੁਬਾਰਕਬਾਦ ਹੈ ਪ੍ਰਬੰਧਕੀ ਕਮੇਟੀ ਨੂੰ, ਇਸ ਧਰਤੀ ਤੇ ਦੁਨੀਆਂ ਦੇ ਕਹਿੰਦੇ ਕਹਾਉਂਦੇ ਸੁਪਰ ਸਟਾਰ ਅੱਜ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ। ਕਬੱਡੀ ਦੇ ਵਿੱਚ ਮਾਨਾਂ ਸਨਮਾਨਾਂ ਦੀ ਗੱਲ ਬਹੁਤ ਵੱਡੀ ਪੱਧਰ ਤੱਕ ਪੁੱਜ ਗਈ। ਗੱਗੜਪੁਰ ਦੀ ਧਰਤੀ ਤੇ ਬੱਗਿਆਂ ਦੇ ਮੰਗੀ ਨੂੰ VMW ਗੱਡੀ ਦੇ ਕੇ ਐਂਡੀ ਧੁੱਗੇ ਹੋਰਾਂ ਨੇ, ਬਬਲ ਸੰਗਰੂਰ ਹੋਰਾਂ ਨੇ ਮੇਰੇ ਵੀਰੋ ਕਬੱਡੀ ਜਗਤ ਦਾ ਇੱਕ ਚਿਹਰਾ ਮੇਰੀ ਵੀਰੋ ਵੱਖਰਾ ਪੈਦਾ ਕਰ ਦਿੱਤਾ ਹੈ। ਹੁਣ ਕਬੱਡੀ ਦੇ ਵਿੱਚ ਮਾਨਾਂ ਸਨਮਾਨਾਂ ਦੀ ਗੱਲ ਬਹੁਤ ਵੱਡੀ ਪੱਧਰ ਤੇ ਆਉਣ ਲੱਗੀ ਹੈ, ਕੋਈ ਘਾਟ ਨਹੀਂ। ਵਾਹਿਗੁਰੂ ਪਰਮਾਤਮਾ ਦੀ ਉਪਾਰ ਬਖਸ਼ਿਸ਼, ਵੱਡੀ ਕਿਰਪਾ ਹੈ ਖੇਡ ਕਬੱਡੀ ਤੇ। ਇੱਧਰ ਪਹਿਲਾ ਸੈਮੀਫਾਈਨਲ ਸ਼ੁਰੂ ਹੋਵੇਗਾ।
ਦੱਸੋ। ਹਾਂਜੀ ਹਾਂਜੀ ਇੱਧਰ ਸੈਮੀਫਾਈਨਲ ਸ਼ੁਰੂ ਹੋਣ ਜਾ ਰਿਹਾ ਹੈ। ਹਾਂਜੀ ਪ੍ਰਬੰਧਕੀ ਕਮੇਟੀ ਵੱਲੋਂ ਬੇਨਤੀ ਹੈ ਦੋਨੋਂ ਟੀਮਾਂ ਦਾ ਇੱਕ ਇੱਕ ਸਪੇਅਰ ਖਿਡਾਰੀ ਵਾਧੂ ਖਿਡਾਰੀ ਇੱਧਰ ਸਟੇਜ ਦੇ ਸਾਹਮਣੇ ਆ ਜਾਵੇ ਤਾਂ ਜੋ ਜਿਹੜੇ ਮਾਨ ਸਨਮਾਨ ਨੇ ਉਹ ਤੁਸੀਂ ਨਾਲ ਦੀ ਨਾਲ ਪ੍ਰਾਪਤ ਕਰੀ ਜਾਵੋ। ਦੋਨੋਂ ਟੀਮਾਂ ਆਪਣਾ ਇੱਕ ਇੱਕ ਸਪੇਅਰ ਖਿਡਾਰੀ ਸਟੇਜ ਵਾਲੇ ਪਾਸੇ ਭੇਜ ਦੇਣ ਸਾਡੀ ਬੇਨਤੀ ਹੈ। ਇੱਧਰ ਮੈਚ ਸ਼ੁਰੂ ਹੁੰਦਾ ਹੋਇਆ ਸਹੌਰ ਦੀ ਟੀਮ ਸੜਕ ਵਾਲੇ ਪਾਸੇ ਹੈ ਤੇ ਦੂਸਰੇ ਪਾਸੇ ਨੱਥੋਵਾਲ ਦੀ ਟੀਮ ਜਿਹੜੀ ਸਟੇਜ ਦੇ ਖੱਬੇ ਪਾਸੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪੈਂਦੀ ਹੋਈ ਇਸ ਨੌਜਵਾਨ ਗਗਨ ਸਹਾਰ ਵਾਲੇ ਦੀ ਉਧਰ ਅਮਰੀਕ ਟਰਾਈ ਕਰ ਰਿਹਾ ਹੈ ਪਰ ਕਾਕਾ ਕੰਮੇ ਆਣੀ ਇਸ ਕਬੱਡੀ ਦਾ ਫੈਸਲਾ ਦਿੰਦਾ ਹੋਇਆ ਕਿ ਪੁਆਇੰਟ ਧਾਵੀ ਦਾ। ਹਾਂਜੀ ਓਪਨ ਦੇ ਖਿਡਾਰੀ ਬੁਰਜ ਹਰੀ ਸਿੰਘ ਬਾਬਾ ਬੁੰਗਾ ਸਾਹਿਬ ਕਲੱਬ ਮਾਲਕ ਬੁਰਜ ਹਰੀ ਬਾਬਾ ਰੋਡੂ ਸਾਹਿਬ ਕਲੱਬ ਕੌਂਕੇ ਰਾਮਾ ਤੇਜ ਕਲੱਬ ਜਗਰਾਓਂ ਤਾਰੀ ਕਲੱਬ ਬੀਲਾ ਬਾਬਾ ਸਾਧੂ ਰਾਮ ਕਲੱਬ ਰਸੂਲਪੁਰ ਇਹਨਾਂ ਦਾ ਇੱਕ ਖਿਡਾਰੀ ਸਾਡੇ ਕੋਲ ਆ ਜਾਓ ਅਸੀਂ ਇਹਨਾਂ ਦੀਆਂ ਟਾਈਆਂ ਕੱਢਣ ਲੱਗੇ ਹਾਂ। ਹੈਲੋ ਇਸ ਤੋਂ ਅਗਲੇ ਮੈਚਾਂ ਦੀਆਂ ਜਿਹੜੀਆਂ ਕਬੱਡੀ ਓਪਨ ਦੀਆਂ ਟਾਈਆਂ ਪਾਈਆਂ ਗਈਆਂ ਨੇ ਉਹ ਟੀਮਾਂ ਜਲਦੀ ਨਾਲ ਤਿਆਰੀ ਕਰ ਲੈਣ। ਇੱਧਰ ਮਹਿਲ ਕਲਾਂ ਦਾ ਦੱਖਣ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਚਮਕੌਰ ਸਿੰਘ ਜੀ ਪੰਚ ਸਾਹਿਬ ਵੱਲੋਂ ਕੱਲੇ ਕੱਲੇ ਪੁਆਇੰਟ ਤੇ ਮੇਰੀ ਵੀਰੋ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਨੌਜਵਾਨ ਧਾਵੀ ਆ ਨੌਜਵਾਨ ਕਹਿੰਦੇ ਅਮਰੀਕ ਸਿੰਘ ਨਾਮ ਹੈ ਖੰਨੇ ਦੇ ਲਾਗੇ ਕਰਕੇ ਪੰਜਰੁੱਖਾ ਪਿੰਡ ਹੈ ਇਸ ਧਾਵੀ ਦਾ ਪੰਜਾਬ ਦਾ ਬਹੁਤ ਮਸ਼ਹੂਰ ਪਿੰਡ ਪੰਜਰੁੱਖਾ ਉਸੇ ਪਿੰਡ ਦਾ ਧਾਵੀ ਉਧਰ ਪਰ ਗਿੱਦੜਵਿੰਡੀ ਦਾ ਗੋਪੀ ਟਰਾਈ ਕਰ ਰਿਹਾ ਜੱਫਾ ਲਾਉਣ ਦੀ ਪਰ ਪੰਜਰੁੱਖੇ ਦਾ ਅਮਰੀਕ ਸਿੰਘ ਇਸ ਵੇਲੇ ਸਹਾਰ ਦੀ ਟੀਮ ਦੇ ਹਿੱਸੇ ਬਹੁਤ ਤਕੜੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਪਿਰਥੀ ਕਬੱਡੀ ਦੇ ਮੈਦਾਨ ਦੇ ਵਿੱਚ ਪਾ ਰਿਹਾ। ਉਧਰ ਸਰਦਾਰ ਚਮਕੌਰ ਸਿੰਘ ਜੀ ਪੰਚ ਸਾਹਿਬ ਦਾ ਵੱਡਾ ਧੰਨਵਾਦ ਹੈ ਖਿਡਾਰੀਆਂ ਦੇ ਵੱਡੇ ਮਾਨ ਸਨਮਾਨ ਕਰ ਰਹੇ ਨੇ। ਹਮੀਦੀ ਪਿੰਡ ਹੈ ਇਸ ਜਾਫੀ ਦਾ ਲੱਖੀ ਨਾਮ ਹੈ ਪਰ ਟਰਾਈ ਕੀਤੀ ਜਾਫਾ ਨਹੀਂ ਲਾ ਸਕਿਆ। ਝਨੀਰ ਦੇ ਮਨਜੀਤ ਸਿੰਘ ਜੀ ਫੈਸਲਾ ਦੇ ਰਹੇ ਨੇ ਕਿ ਪੁਆਇੰਟ ਨੱਥੋ ਵਾਲੀ ਆ ਪਿਰਥੀ ਆਪਣੀ ਟੀਮ ਲਈ ਜੋੜਦਾ ਹੋਇਆ। ਅਗਲੀ ਕਬੱਡੀ ਗਗਨ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਿ ਨੂਨਾ ਇੱਕ ਪਾਲਾ ਤੈਨੂੰ ਥੰਮ ਕਬੱਡੀ ਦੇ ਲੋਕ ਫੈਨ ਨੇ ਯਾਰੋ ਸੰਦੀਪ ਤੇ ਮੰਗੀ ਦੇ ਜਿੰਨੀਆਂ ਰੇਡਾਂ ਪਾਵੇ ਉਨੀਆਂ ਮੋੜ ਲਿਆਉਂਦਾ ਏ ਨੱਚਦਾ ਟੱਪਦਾ ਪਾੜੇ ਵੱਲ ਨੂੰ ਯਾਰੋ ਦੁੱਲਾ ਆਉਂਦਾ ਏ ਦੂਰ ਦੂਰ ਤੱਕ ਸੁਖਮਨ ਦੀਆਂ ਵੀ ਹੁੰਦੀਆਂ ਨੇ ਗੱਲਾਂ ਸੁੱਖ ਗੰਗੋਰਾਂ ਬਾਲਿਆ ਕੌਡੀ ਵਿੱਚ ਪੰਜਾਬੀਆਂ ਨੇ ਮਾਰੀਆਂ ਨੇ ਮੱਲਾਂ ਕਿ ਸੁੱਖ ਗੰਗੋਰਾਂ ਬਾਲਿਆ ਕੌਡੀ ਵਿੱਚ ਪੰਜਾਬੀਆਂ ਨੇ ਮਾਰੀਆਂ ਨੇ ਮੱਲਾਂ। ਲੈ ਵੀ ਇੰਦਰਜੀਤ ਪਹਿਲਾ ਮੈਚ ਕਿਹੜੀਆਂ ਕਿਹੜੀਆਂ ਟੀਮਾਂ ਦਾ ਜਲਦੀ ਨਾਲ ਅਗਲੀਆਂ ਟੀਮਾਂ ਅਨਾਊਂਸ ਕਰ ਦੇ ਤਾਂ ਜੋ ਆਪਾਂ ਗਰਾਊਂਡ ਨੂੰ ਖਾਲੀ ਨਾ ਹੋਣ ਦੇਈਏ ਉਹਨਾਂ ਟੀਮਾਂ ਨੂੰ ਸੱਦਾ ਦੇ ਕੇ ਲਿਸਟ ਗਰਾਊਂਡ ਦੇ ਵਿੱਚ ਭੇਜ ਦਈਏ। ਇੱਧਰ ਮਹਿਲ ਕਲਾਂ ਦਾ ਦੱਖਣ ਵੇਖੋ ਵਧਿਆ ਹੋਇਆ ਕਬੱਡੀ ਦੇ ਮੈਦਾਨ ਦੇ ਵਿੱਚ ਓਪਨ ਵਾਲਾ ਖਿਡਾਰੀ ਸਾਡੇ ਕੋਲੇ ਇੱਕ ਇੱਕ ਪਹੁੰਚੇ ਅਸੀਂ ਟਾਈਆਂ ਕੱਢਣੀਆਂ ਜਲਦੀ ਆ ਜਾਓ ਸਾਡੇ ਕੋਲੇ ਇੱਕ ਇੱਕ ਖਿਡਾਰੀ ਓਪਨ ਵਾਲੇ। ਇੱਧਰ ਗੁਰਜੀਤ ਸਿੰਘ ਜੀ ਰਾਏ ਕੈਨੇਡੀਅਨ 100 ਰੁਪਏ ਇਸ ਲੱਖੀ ਉਮੀਦੀ ਵਾਲੇ ਦੇ ਲਈ ਮਾਨ ਸਨਮਾਨ ਕਰ ਰਹੇ ਨੇ ਨਾਲ ਚਮਕੌਰ ਸਿੰਘ ਜੀ ਪੰਚ ਸਾਹਿਬ ਉਹਨਾਂ ਵੱਲੋਂ ਵੀ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਖਿਡਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਇੱਧਰ ਅਮਰੀਕ ਖੰਨੇ ਵਾਲਾ ਪੰਜਰੁੱਖੇ ਦੀ ਧਰਤੀ ਦਾ ਧਾਵੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਇੱਕ ਕੰਨੀ ਤੇ ਪਿੰਦਾ ਨਾਲ ਅਮਰੀਕ ਨਾਲ ਮਿੰਨਾ ਨੱਥੋਵਾਲ ਦਾ ਤੇ ਗੋਪੀ ਗਿੱਦੜਵਿੰਡੀ ਦਾ ਪਰ ਉਧਰ ਪੁਆਇੰਟ ਅਮਰੀਕ ਸਿੰਘ ਮੇਰੀ ਵੀਰੂ ਇਸ ਵੇਲੇ ਆਪਣੀ ਟੀਮ ਸਹਾਰ ਦੇ ਹਿੱਸੇ ਜੋੜਦਾ ਹੋਇਆ ਇਸ ਕਬੱਡੀ ਤੇ 100 ਰੁਪਏ ਦਿੱਤਾ ਜਾਵੇਗਾ ਸਰਦਾਰ ਚਮਕੌਰ ਸਿੰਘ ਜੀ ਪੰਚ ਸਾਹਿਬ ਹੋਰਾਂ ਵੱਲੋਂ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਵੇਖੋ ਨੌਜਵਾਨ ਇਸ ਵੇਲੇ ਪੂਰੀ ਟਰਾਈ ਕਰਦਾ ਹੋਇਆ ਬਹੁਤ ਖੇਡ ਕਬੱਡੀ ਦਾ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਇਸ ਵੇਲੇ ਫੜਿਆ ਗੁੱਟ ਨੌਜਵਾਨ ਜਾਫੀ ਦੀ ਜ਼ਬਰਦਸਤ ਕੋਸ਼ਿਸ਼ ਹੈ ਪਰ ਅੰਕ ਖੈਰੇ ਨੇ ਟਰਾਈ ਕੀਤੀ ਪੁਆਇੰਟ ਧਾਵੀ ਦਾ। ਉਧਰ ਹਰਜੀਤ ਸਿੰਘ ਜੀ ਤੇ ਜਥੇਦਾਰ ਹਰਚਰਨ ਸਿੰਘ ਜੀ ਕਹਿੰਦੇ ਵੀ ਜਿੰਨੇ ਵੀ ਜੱਫੇ ਹਮੀਦੀ ਵਾਲਾ ਸਿੱਖ ਸਰਦਾਰ ਲੱਖੀ ਲਾਵੇਗਾ ਹਰ ਇੱਕ ਜੱਫੇ ਤੇ 100 ਰੁਪਏ ਦਿੱਤਾ ਜਾਵੇਗਾ। ਇੰਸਪੈਕਟਰ ਰਾਲਾ ਸਿੰਘ ਜੀ ਵੱਲੋਂ 50 ਰੁਪਏ ਸਿੱਖ ਸਰਦਾਰ ਖਿਡਾਰੀ ਦੇ ਲਈ ਮਾਨ ਸਨਮਾਨ ਪੁੱਜੇ ਨੇ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਤੇ ਨੌਜਵਾਨ ਵਧਿਆ ਹੋਇਆ ਗਗਨ ਸਹਾਰ ਵਾਲਾ ਇੱਕ ਹੋਰ ਪੁਆਇੰਟ ਦਾ ਵਾਧਾ ਕਰਦਾ ਹੋਇਆ ਪਿੰਡਾ ਤੇ ਮਿੰਨਾ ਜਿੰਨੇ ਜੱਫੇ ਲਾਉਣਗੇ ਇਕਵਾਲ ਸਾਡਾ ਵੀਰ ਹਰ ਇੱਕ ਜੱਫੇ ਤੇ 100 ਰੁਪਏ ਦਾ ਮਾਨ ਸਨਮਾਨ ਕਰੇਗਾ ਪਿੰਡਾ ਨੱਥੋਵਾਲੀ ਅਤੇ ਮਿੰਨਾ ਜਿੰਨੇ ਜੱਫੇ ਲਾਉਣਗੇ। ਆ ਜਾਫੀ ਦੇ ਲਈ ਕਹਿੰਦੇ ਕੱਲੇ ਕੱਲੇ ਜੱਫੇ ਤੇ 100 ਦਿੱਤਾ ਜਾਣਾ ਹੈ। ਜਥੇਦਾਰ ਹਰਚਰਨ ਸਿੰਘ ਹੋਰਾਂ ਵੱਲੋਂ ਹਰਜੀਤ ਸਿੰਘ ਜੀ ਹੋਰਾਂ ਵੱਲੋਂ ਇੱਧਰ ਲਾ ਕੇ ਤਕੜਾ ਜੱਫਾ
ਲੱਖੀ ਮੇਰੀ ਵੀਰਿਓ ਗਵਾਂਢੀ ਪਿੰਡ ਮਹਿਲ ਕਲਾਂ ਵਾਲੀ ਦੱਖਣ ਦਾ ਪਿੰਡ ਹੈ ਹਮੀਦੀ ਪਿੰਡ ਦਾ ਲੱਖੀ ਲਾਕੇ ਤੱਕੜਾ ਜੱਫਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਅਮਰੀਕ ਸਿੰਘ ਇਸ ਵੇਲੇ ਪੰਜਰੁੱਖੇ ਵਾਲਾ ਕਬੱਡੀ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਮੈਚ ਤੋਂ ਪਹਿਲਾਂ ਇਹ ਰੱਬ ਨੂੰ ਚੇਤੇ ਕਰਦੇ ਨੇ ਟੇਕ ਧਰਤੀ ਮਾਂ ਨੂੰ ਮੱਥਾ ਵਿੱਚ ਗਰਾਉਂਡ ਤੇ ਵੜਦੇ ਨੇ ਕਿ ਜਿੱਤਣ ਲਈ ਇਹ ਮੈਚ ਨੂੰ ਵੱਧ ਵੱਧ ਜੱਫੇ ਲਾਉਂਦੇ ਨੇ ਕਿ ਸੁੱਖ ਗੰਗੋਰਾਂ ਵਾਲਿਆ ਇਹ ਖੇਡ ਖੇਡ ਕੇ ਕਬੱਡੀ ਪੂਰਾ ਨਾਂ ਚਮਕਾਉਂਦੇ ਨੇ ਕਿ ਸੁੱਖ ਗੰਗੋਰਾਂ ਵਾਲਿਆ ਇਹ ਖੇਡ ਖੇਡ ਕੇ ਕਬੱਡੀ ਪੂਰਾ ਨਾਂ ਚਮਕਾਉਂਦੇ ਨੇ ਪੂਰਾ ਨਾਮ ਚਮਕਦਾ ਜਿਨ੍ਹਾਂ ਨੇ ਮਿਹਨਤ ਕੀਤੀ ਉਧਰ ਚਮਕੌਰ ਸਿੰਘ ਜੀ ਪੰਚੁਰਾਂ ਦਾ ਧੰਨਵਾਦ ਹੈ ਕੱਲੇ ਕੱਲੇ ਪੁਆਇੰਟ ਤੇ ਮਾਇਆ ਦੇ ਗੱਫੇ ਦੇ ਰਹੇ ਨੇ ਆ ਜਾਫੀ ਦਾ ਨਾਮ ਕਹਿੰਦੇ ਤੋਤਾ ਖੇਡ ਕਬੱਡੀ ਦਾ ਇੱਕ ਵਧੀਆ ਜਾਫੀ ਨੌਜਵਾਨ ਤੋਤਾ ਸਹੌਰ ਵਾਲਾ ਇਸ ਵੇਲੇ ਮੈਦਾਨ ਦੇ ਵਿੱਚ ਨੱਥੋਵਾਲ ਦੇ ਸ਼ਨੀ ਦੀ ਪਈ ਹੋਈ ਕਬੱਡੀ ਤੇ ਤਕੜਾ ਜੱਫਾ ਲਾਉਣ ਦੀ ਜ਼ੋਰਦਾਰ ਕੋਸ਼ਿਸ਼ ਕੀਤੀ ਨੌਜਵਾਨ ਤੋਤਾ ਲਾ ਕੇ ਜੱਫਾ ਸਹੌਰ ਵਾਲਾ ਇੱਕ ਹੋਰ ਪੁਆਇੰਟ ਦਾ ਵਾਧਾ ਕਰਦਾ ਹੋਇਆ ਸਹੌਰ ਦੀ ਟੀਮ ਦੇ ਲਈ ਕਹਿੰਦੇ ਵਧੀਆ ਮੇਰੀ ਵੀਰੋ ਸਹਿਯੋਗ ਦੇ ਰਿਹਾ ਮਿੰਦਾ ਸਾਡਾ ਵੀਰ ਯੂਐਸਏ ਵਾਲਾ ਸਹੌਰ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਮਿੰਦੇ ਦਾ ਵੀ ਵੱਡਾ ਧੰਨਵਾਦ ਹੈ ਇੱਧਰ ਗਗਨ ਕਬੱਡੀ ਪਾਉਂਦਾ ਹੋਇਆ ਸਹੌਰ ਦੀ ਟੀਮ ਦੀ ਕਹਿੰਦੇ ਕੋਚਿੰਗ ਦੀ ਜਿਹੜੀ ਸੇਵਾ ਉਹ ਠੂਰ ਵਾਲੇ ਰੂਪੇ ਨੇ ਮੇਰੀ ਵੀਰੋ ਆਪਣੀ ਹਿੱਸੇ ਲਈ ਜਿਸ ਨੌਜਵਾਨ ਨੇ ਇਹਨਾਂ ਵਧੀਆ ਖਿਡਾਰੀਆਂ ਨੂੰ ਪੈਦਾ ਕੀਤਾ ਹੈ ਹੀਰੇ ਤਰਾਸੇ ਠੂਰ ਵਾਲੇ ਰੂਪੇ ਨੂੰ ਵੀ ਮੁਬਾਰਕਬਾਦ ਹੈ ਪਰ ਇੱਧਰ ਗਿੱਦੜਵਿੰਡੀ ਦਾ ਗੋਪੀ ਨੱਥੋਵਾਲ ਦੀ ਟੀਮ ਦੇ ਲਈ ਬਹੁਤ ਜ਼ੋਰਦਾਰ ਟਰਾਈ ਕਰਕੇ ਆਪਣੀ ਟੀਮ ਦੇ ਹਿੱਸੇ ਪਾਉਣ ਦਾ ਵਾਅਦਾ ਕਰਦਾ ਹੋਇਆ ਮਹਿਲ ਕਲਾਂ ਦਾ ਦੱਖਣ ਵੇਖੋ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਨੇ ਇੱਕ ਕੰਨੀ ਤੇ ਨੋਨਾ ਦੂਸਰੀ ਤੇ ਲੱਖੀ ਗਿਆਨੀ ਆ ਨੋਨਾ ਟਰਾਈ ਕਰਦਾ ਹੋਇਆ ਪਰ ਨੌਜਵਾਨ ਮਹਿਲ ਕਲਾਂ ਦਾ ਦੱਖਣ ਵੇਖੋ ਵਧਿਆ ਹੋਇਆ ਪਾਉਣ ਲੈ ਕੇ ਆਪਣੀ ਟੀਮ ਵੱਲ ਉਧਰ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਪਾਈਆਂ ਜਾ ਰਹੀਆਂ ਨੇ ਜੇਕਰ ਕੋਈ ਹੋਰ ਵੀ ਟੀਮ ਐਂਟਰ ਹੋਣਾ ਚਾਹੁੰਦੀ ਹੈ ਤਾਂ ਉਹ ਜਲਦੀ ਨਾਲ ਆਪਣੀ ਐਂਟਰੀ ਕਰਵਾ ਦੇਣ ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਅਮਰੀਕ ਪੰਜਰੁੱਖੇ ਦਾ ਕਬੱਡੀ ਪਾਉਂਦਾ ਹੋਇਆ ਮਿੰਨਾ ਤੇ ਭਿੰਦਾ ਜਿੰਨੇ ਜੱਫੇ ਲਾਉਣਗੇ ਇਕਬਾਲ ਸਾਡਾ ਵੀਰ ਕੱਲੇ ਕੱਲੇ ਪੁਆਇੰਟ ਤੇ 100-100 ਰੁਪਇਆ ਦੇਵੇਗਾ ਇੱਧਰ ਅਮਰੀਕ ਨੇ ਅਮਰੀਕ ਨੂੰ ਟਰਾਈ ਕੀਤੀ ਜੱਫਾ ਲਾਉਣ ਦੀ ਪਰ ਪੁਆਇੰਟ ਧਾਬੀ ਦੇ ਹਿੱਸੇ ਹੈ ਸੁਰਿੰਦਰਪਾਲ ਮੋਹਾਲੀ ਜੀ ਦਾ ਅਸੀਂ ਤਹਿ ਦਿਲ ਨੂੰ ਵੱਡਾ ਧੰਨਵਾਦ ਕਰਦੇ ਹਾਂ ਇੱਕ ਨੇਕ ਉੱਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਨੇ ਸਰਦਾਰ ਸੁਰਿੰਦਰਪਾਲ ਹੋਰੀ ਜਿੱਥੇ ਵੱਡੀ ਦੇਣ ਹੈ ਇਲਾਕੇ ਦੇ ਸਮਾਜ ਸੇਵਕ ਮੇਰੀ ਵੀਰੋ ਸਮਾਜ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹੋ ਜਿਹੇ ਇਨਸਾਨ ਪਰਮਾਤਮਾ ਬਹੁਤ ਘੱਟ ਤੇ ਕਦੇ ਕਦੇ ਪੈਦਾ ਕਰਦਾ ਹੈ ਇੱਧਰ ਦੱਖਣ ਦੀ ਪਾਈ ਕਬੱਡੀ ਤੇ ਵੇਖੋ ਨੌਜਵਾਨ ਜਾਫੀ ਇਸ ਖਿਡਾਰੀ ਦੇ ਲਈ ਗੋਰਾ ਕੈਨੇਡਾ ਸਾਡਾ ਵੀਰ 100 ਰੁਪਏ ਦੇ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਕਰ ਰਿਹਾ ਹੈ ਇੱਧਰ ਨੌਜਵਾਨ ਲਾ ਕੇ ਤਕੜਾ ਜੱਫਾ ਸਹੌਰ ਵਾਲਾ ਆਪਣੀ ਟੀਮ ਦੇ ਲਈ ਖੈਰਾ ਨਾਮ ਹੈ ਇਸ ਜਾਫੀ ਦਾ ਇੱਕ ਹੋਰ ਪੁਆਇੰਟ ਦਾ ਵਾਧਾ ਕਰਦਾ ਹੋਇਆ ਉਧਰ ਚਮਕੌਰ ਸਿੰਘ ਜੀ ਪੰਚ ਸਾਹਿਬ ਉਹ ਵੀ ਖਿਡਾਰੀਆਂ ਦੇ ਲਈ ਮਾਨ ਸਨਮਾਨ ਕਰ ਰਹੇ ਨੇ ਜਥੇਦਾਰ ਮੇਰੀ ਵੀਰ ਹਰਚਰਨ ਸਿੰਘ ਹੋਰਾਂ ਵੱਲੋਂ ਸਿੱਖ ਸਰਦਾਰ ਖਿਡਾਰੀਆਂ ਦੇ ਵਿਸ਼ੇਸ਼ ਤੌਰ ਤੇ ਮਾਨ ਕੀਤੇ ਜਾ ਰਹੇ ਨੇ ਪਿੰਦਾ ਨੱਥੋਵਾਲ ਦਾ ਨਿੰਮੇ ਹੋਰਾਂ ਦਾ ਲੱਖੇ ਹੋਰਾਂ ਦਾ ਪਿੰਡੂ ਬਾਈ ਬਿੱਲੂ ਹੋਰੀ ਬਹੁਤ ਤਕੜਾ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਜਗਜੀਤ ਜਿੱਤੇ ਹੋਰਾਂ ਦਾ ਪਿੰਡੂ ਇੱਧਰ ਲਾ ਕੇ ਤਕੜਾ ਜੱਫਾ ਪੁਆਇੰਟ ਜੋੜਦਾ ਹੋਇਆ ਜਥੇਦਾਰ ਹਰਚਰਨ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਤੇ ਨਾਲ ਇਕਬਾਲ ਸਿੰਘ ਸਾਡਾ ਵੀਰ ਫੇਰੂ ਰਾਈ ਵਾਲਾ ਉਹ ਵੀ ਵੱਡੇ ਮਾਨ ਸਨਮਾਨ ਕਰ ਰਿਹਾ ਹੈ ਉਧਰ ਕਬੱਡੀ 365.com ਦੇ ਜ਼ਰੀਏ ਸਾਡੇ ਵੀਰ ਹਰਵਿੰਦਰ ਹੋਣੀ ਸਾਊਦੀ ਅਰਬ ਵਿੱਚ ਜੁੜੇ ਬੈਠੇ ਨੇ ਆ ਵੇਖੋ ਸਿੱਖ ਸਰਦਾਰ ਫੜਦਾ ਗੁੱਟ ਮਾਰਦਾ ਕੈਂਚੀ ਖੇਡ ਕਬੱਡੀ ਦਾ ਬਹੁਤ ਤਕੜਾ ਜਾਫੀ ਹਮੀਦੀ ਪਿੰਡ ਦਵਿੰਦਰ ਕਾਲੇ ਦਾ ਪਿੰਡ ਹੈ ਖੇਡ ਕਬੱਡੀ ਦੇ ਮਹਾਨ ਕਬੱਡੀ ਖਿਡਾਰੀ ਦਾ ਮਸ਼ਹੂਰ ਕਬੱਡੀ ਖਿਡਾਰੀ ਦਾ ਪ੍ਰਸਿੱਧ ਕਬੱਡੀ ਖਿਡਾਰੀ ਦਾ ਸਟਾਰ ਕਬੱਡੀ ਖਿਡਾਰੀ ਦਾ ਪਿੰਡੂ ਲਾ ਕੇ ਤਕੜਾ ਜੱਫਾ ਹਮੀਦੀ ਦਾ ਲੱਖੀ ਇੱਕ ਹੋਰ ਪੁਆਇੰਟ ਦਾ ਵਾਧਾ ਸਹੌਰ ਦੀ ਟੀਮ ਦੇ ਹਿੱਸੇ ਕਰ ਰਿਹਾ ਹੈ ਜਥੇਦਾਰ ਸਾਹਿਬ ਹੋਰਾਂ ਵੱਲੋਂ ਹਮੀਦੀ ਵਾਲੇ ਗਿਆਨੀ ਦੇ ਇਕੱਲੇ ਇਕੱਲੇ ਜੱਫੇ ਤੇ ਮਾਨ ਸਨਮਾਨ ਕੀਤੇ ਜਾਣੇ ਨੇ ਇੱਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਇਸ ਵੇਲੇ ਅਮਰੀਕ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਪੰਜਰੁੱਖੇ ਵਾਲਾ ਘਮੰਡਾ ਵੀ ਪੁੱਜਿਆ ਹੋਇਆ ਹੈਲੋ ਅੱਜ ਓਪਨ ਦੇ ਟੀਮ ਹੁਣੇ ਟਾਈਆਂ ਕੱਢੀਆਂ ਗਈਆਂ ਬਾਬਾ ਬੁੰਗਾ ਸਾਹਿਬ ਮਲਕ ਬਰਜਸ ਰਾਮਾ ਬਾਬਾ ਰੋਡੂ ਸਾਹ ਕਲੱਬ ਕੌਂਕੇ ਬਰਜਸ ਬੁਰਜ ਹਰੀ ਤਾਰੀ ਕਲੱਬ ਬੀਲਾ ਬਰਜਸ ਬਾਬਾ ਸਾਧੂ ਰਾਮ ਕਲੱਬ ਰਸੂਲਪੁਰ ਤੇਜ ਕਲੱਬ ਜਗਰਾਓ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੁਰਜ ਹਰੀ ਸਿੰਘ ਇਹ ਚਾਰ ਜੋ ਮੈਚ ਹੋਣੇ ਆ ਇਹ ਓਪਨ ਵਾਲਿਆਂ ਦੇ ਖਿਡਾਰੀ ਵੀਰ ਆਪਦਾ ਨੋਟ ਕਰ ਰਹਿਣ ਕੱਪੜੇ ਤਾਰ ਕੇ ਪਹਿਲੀ ਟੀਮ ਗਰਾਊਂਡ 'ਚ ਆ ਜਾਓ ਬਾਬਾ
ਬੁੰਗਾ ਸਾਹਿਬ ਮਾਲਕ ਬਾਰਜਸ ਰਾਮਾ ਹੁਣ ਇਸ ਤੋਂ ਮੈਚ ਤੋਂ ਬਾਅਦ ਹੋਊਗਾ। ਕਮਲ ਠੂਰ ਜੀ ਗਰਾਊਂਡ ਦੇ ਵਿੱਚ ਆ ਜਾਣ, ਸਾਡੀ ਬੇਨਤੀ ਹੈ। ਉਧਰ ਕਬੱਡੀ ਓਪਨ ਦਾ ਪਹਿਲਾ ਮੈਚ ਬਾਬਾ ਬੁੰਗਾ ਸਾਹਿਬ ਕਲੱਬ ਮਾਲਕ ਤੇ ਰਾਮੇ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ। ਉਹ ਦੋਨੋਂ ਟੀਮਾਂ ਜਿਹੜੀਆਂ ਅਗਲੇ ਮੈਚ ਦੇ ਲਈ ਤਿਆਰ ਰਹਿਣਗੀਆਂ, ਮੇਰੀ ਬੇਨਤੀ ਹੈ। ਬਾਬਾ ਬੁੰਗਾ ਸਾਹਿਬ ਕਲੱਬ ਮਾਲਕ ਤੇ ਰਾਮਾ ਕਬੱਡੀ ਓਪਨ ਦਾ ਪਹਿਲਾ ਮੈਚ ਹੋਵੇਗਾ। ਇੱਧਰ ਸ਼ਨੀ ਬਹੁਤ ਤਕੜਾ ਪਾਣ ਲੈ ਕੇ ਆਪਣੀ ਟੀਮ ਨੱਥੋਵਾਲ ਦੇ ਵੱਲ ਵਧਿਆ ਹੋਇਆ। ਅਮਰੀਕ ਸਿੰਘ ਪੰਜਰੁੱਖੇ ਦਾ ਅਗਲੀ ਕਬੱਡੀ ਪਾਉਂਦਾ ਹੋਇਆ, ਚਾਰ ਜਾਫੀ ਨੱਥੋਵਾਲ ਦੇ, ਮਿੰਨਾ ਨੌਜਨ ਟਰਾਈ ਕਰਦਾ ਹੋਇਆ ਇਸ ਵੇਲੇ, ਪਰ ਪੁਆਇੰਟ ਧਾਬੀ ਨੂੰ ਮਿਲਿਆ। ਅੱਜ ਕਬੱਡੀ ਉਧਰ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਗਿਆਨੀ ਜੀ ਉਚੇਚੇ ਤੌਰ ਤੇ ਪੁੱਜੇ ਨੇ, ਹੈਡ ਗ੍ਰੰਥੀ ਸਾਹਿਬ ਦਾ ਇੱਥੇ ਪੁੱਜਣ ਤੇ ਅਸੀਂ ਧੰਨਵਾਦ ਕਰਦੇ ਹਾਂ। ਇੱਧਰ ਮਹਿਲ ਕਲਾਂ ਦਾ ਦੱਖਣ ਫਿਰ ਇੱਕ ਪਾਣ ਦਾ ਹੋਰ ਵੱਧ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ। ਬਾਬਾ ਬੁੰਗਾ ਸਾਹਿਬ ਮਾਲਕ ਵਰਸੀ ਰਾਮੇ ਦੀਆਂ ਟੀਮਾਂ ਕਬੱਡੀ ਓਪਨ ਦੇ ਪਹਿਲੇ ਮੈਚ ਦੀਆਂ ਟੀਮਾਂ ਹੋਣਗੀਆਂ। ਬੁਰਜਰੀ ਸਿੰਘ ਤੇ ਬਾਬਾ ਰੋਡੂ ਕਲੱਬ ਕੌਂਕੇ ਦੂਸਰਾ ਮੈਚ ਹੈ। ਤਾਰੀ ਕਲੱਬ ਬੀਲਾ ਤੇ ਬਾਬਾ ਸਾਧੂ ਰਾਮ ਰਸੂਲਪੁਰ ਤੀਸਰਾ ਮੈਚ ਹੈ। ਤੇਜ ਕਲੱਬ ਜਗਰਾਉਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੁਰਜਰੀ ਸਿੰਘ ਵਾਲਾ ਇਹ ਚੌਥਾ ਮੈਚ ਹੈ। ਇੱਧਰ ਗਗਨ ਉਧਰ ਗੋਪੀ, ਦੋਨੋਂ ਖਿਡਾਰੀ ਬਹੁਤ ਤਕੜੇ ਖੇਡ ਕਬੱਡੀ ਦੇ। ਇੱਧਰ ਹਰਜੀਤ ਸਿੰਘ ਕੈਨੇਡਾ ਵੱਲੋਂ 100 ਰੁਪਏ ਇਸ ਧਾਬੀ ਦੇ ਲਈ ਮਾਨ ਸਨਮਾਨ ਦਿੱਤੇ ਜਾ ਰਹੇ ਨੇ, ਇਸ ਨੌਜਵਾਨ ਧਾਬੀ ਦੇ ਲਈ ਵੱਡੇ ਮਾਇਆ ਦੇ ਗੱਫੇ। ਉਧਰ ਸਰਦਾਰ ਚਮਕੌਰ ਸਿੰਘ ਜੀ ਪੰਚ ਸਾਹਿਬ ਨਾਲ ਦੀ ਨਾਲ ਖਿਡਾਰੀਆਂ ਨੂੰ ਜਿਹੜੀ ਮਾਇਆ ਪੁੱਜਦੀ ਕੀਤੀ ਜਾ ਰਹੀ ਹੈ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਨੌਜਵਾਨ ਲੱਖੀ ਫਿਰ ਟਰਾਈ ਕਰਦਾ, ਪਰ ਸ਼ਨੀ ਨੱਥੋ ਵਾਲੀ ਆ ਇੱਕ ਹੋਰ ਪਾਣ ਦਾ ਵਾਧਾ ਕਰਦਾ ਹੋਇਆ। ਇਸ ਧਾਬੀ ਦੇ ਲਈ ਸਰਦਾਰ ਚਮਕੌਰ ਸਿੰਘ ਜੀ ਗਰਾਊਂਡ ਦੇ ਵਿੱਚ 100 ਰੁਪਇਆ ਹੋਰ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ ਪੰਚ ਸਾਹਿਬ ਦਾ। ਅਮਰੀਕ ਪੰਜਰੁੱਖੇ ਦਾ ਕਬੱਡੀ ਪਾਉਂਦਾ ਹੋਇਆ, ਉਧਰ ਸਿੱਖ ਸਰਦਾਰ ਗੱਭਰੂ ਟਰਾਈ ਕਰ ਰਿਹਾ, ਪਰ ਅਮਰੀਕ ਜਿਸ ਧਰਤੀ ਦਾ ਕਹਿੰਦੇ ਘਮੰਡਾ, ਕੈਨੇਡਾ ਦੀ ਧਰਤੀ ਤੇ 70 ਕਿਲੋ ਵਜਨ ਵਰਗ ਦੇ ਵਿੱਚ ਖੇਡਣ ਵਾਲਾ ਨੌਜਵਾਨ, ਉਸ ਪਿੰਡ ਦਾ ਗੱਭਰੂ ਆਪਣੀ ਟੀਮ ਸਹੌਰ ਦੇ ਲਈ ਪੁਆਇੰਟ ਦਾ ਵਾਧਾ ਕਰ ਰਿਹਾ। ਅਗਲੀ ਕਬੱਡੀ ਇੱਧਰ ਫਿਰ ਮਹਿਲ ਕਲਾਂ ਦਾ ਦੱਖਣ ਪਾਉਂਦਾ ਹੋਇਆ, ਇੱਧਰ ਖੈਰੇ ਨੇ ਟਰਾਈ ਕੀਤੀ, ਪਹਿਲਾਂ 2 ਜਫੇ ਲਾਏ ਇਸ ਜਾਫੀ ਨੇ, ਪਰ ਆ ਕਬੱਡੀ ਤੇ ਧਾਬੀ ਦੇ ਹਿੱਸੇ ਪੁਆਇੰਟ ਜੁੜਿਆ। ਅਗਲੀ ਕਬੱਡੀ ਅਮਰੀਕ ਸਿੰਘ ਪਾਉਂਦਾ ਹੋਇਆ ਕਿ ਇੰਟਰਨੈਟ ਨੇ ਬਦਲ ਦਿੱਤੀ ਤਸਵੀਰ ਕਬੱਡੀ ਦੀ, ਯੂਟਿਊਬ ਤੇ ਪੈਂਦੀ ਹੁਣ ਧੁੰਮ ਖੇਡ ਕਬੱਡੀ ਦੀ, ਕਿ ਚਾਰੇ ਪਾਸੇ ਨਾ ਚੱਲਦੇ ਹੁਣ ਤਾਂ ਯਾਰਾਂ ਦੀ, ਫੇਸਬੁੱਕ ਤੇ ਚੱਕ ਵਾਲਿਆ ਫੋਟੋ ਹੁਣ ਸ਼ੇਅਰ ਸਟਾਰਾਂ ਦੀ, ਕਿ ਫੇਸਬੁੱਕ ਤੇ ਚੱਕ ਵਾਲਿਆ ਫੋਟੋ ਹੁਣ ਸ਼ੇਅਰ ਸਟਾਰਾਂ ਦੀ, ਸਟਾਰਾਂ ਦੇ ਫੋਟੋ ਲਾਈਕ ਕੀਤੇ ਜਾਂਦੇ ਨੇ, ਕਮੈਂਟ ਕੀਤੇ ਜਾਂਦੇ ਨੇ, ਸ਼ੇਅਰ ਕੀਤੇ ਜਾਂਦੇ ਨੇ। ਇੰਟਰਨੈਟ ਨੇ ਖੇਡ ਕਬੱਡੀ ਦੀ ਦੁਨੀਆ ਬਦਲ ਕੇ ਰੱਖ ਦਿੱਤੀ ਹੈ। ਉਧਰ ਕਬੱਡੀ ਦੇ ਵੱਖੋ ਵੱਖਰੇ ਪੇਜਾਂ ਦੇ ਜ਼ਰੀਏ ਕਬੱਡੀ ਮੇਰੀ ਜਿੰਦ ਜਾਨ, ਕਬੱਡੀ ਵਾਈ ਫਾਈ, ਕਬੱਡੀ ਸ਼ਾਨ ਪੰਜਾਬੀਆਂ ਦੀ, ਕਬੱਡੀ ਆਨਲਾਈਨ ਪੇਜਾਂ ਦੇ ਜ਼ਰੀਏ ਅੱਜ ਦੇ ਟੂਰਨਾਮੈਂਟ ਦਾ ਲਾਈਵ ਅਪਡੇਟ ਕੀਤਾ ਜਾ ਰਿਹਾ ਹੈ। ਇੱਧਰ ਲੱਖੀ ਹਮੀਦੀ ਦਾ ਲਾਉਂਦਾ ਤਕੜਾ ਜੱਫਾ ਮਹਿਲ ਕਲਾਂ ਦੇ ਦੱਖਣ ਨੂੰ ਨੌਜਵਾਨ, ਉਧਰ ਹਰਜੀਤ ਸਿੰਘ ਕੈਨੇਡਾ ਜਥੇਦਾਰ ਹਰਚਰਨ ਸਿੰਘ ਹੋਰਾਂ ਵੱਲੋਂ ਇਸ ਖਿਡਾਰੀ ਦੇ ਲਈ ਮਾਨ ਸਨਮਾਨ ਦਿੱਤੇ ਜਾ ਰਹੇ ਨੇ। ਸਹੌਰ ਦੀ ਟੀਮ ਦੇ ਪੁਆਇੰਟ ਨੇ 19.5 ਤੇ ਦੂਸਰੇ ਪਾਸੇ ਨੱਥੋਵਾਲ ਦੇ 11 ਪੁਆਇੰਟ ਨੇ। ਜੰਡਸਰ ਸਹੌਰ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਜੀ। ਅਗਲਾ ਮੈਚ ਕਬੱਡੀ ਓਪਨ ਦਾ ਪਹਿਲਾ ਮੈਚ ਖੇਡਿਆ ਜਾਣਾ, ਸਿੱਖ ਸਰਦਾਰ ਖਿਡਾਰੀ ਗਿਆਨੀ ਦੇ ਲਈ ਕਿਹਦੇ ਵੱਲੋਂ ਨੀ, ਗੋਰਾ ਕੈਨੇਡਾ, ਉਹਨਾਂ ਵੱਲੋਂ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣੇ ਨੇ। ਲੈ ਵੀ ਲੱਖੀ ਗਰਾਊਂਡ ਦੇ ਵਿੱਚੋਂ ਆਪਣੇ ਸਨਮਾਨ ਪ੍ਰਾਪਤ ਕਰ ਲਾ ਨੌਜਵਾਨਾਂ। ਉਧਰ ਬਾਬਾ ਬੁੰਗਾ ਕਲੱਬ ਮਾਲਕ ਤੇ ਰਾਮਾ ਕਬੱਡੀ ਓਪਨ ਦਾ ਪਹਿਲਾ ਮੈਚ ਹੈ, ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਦੂਜਾ ਮੈਚ ਬਾਬਾ ਰੋਡੂ ਕਲੱਬ ਕੌਂਕੇ ਵਰਸੇ ਬੁਰਜਰੀ ਸਿੰਘ, ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ, ਚੌਥਾ ਮੈਚ ਤੇਜ ਕਲੱਬ ਜਗਰਾਉਂ ਵਰਸੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੁਰਜਰੀ ਸਿੰਘ ਵਾਲਾ। ਇਹ ਜਿਹੜੀਆਂ ਪਹਿਲੀਆਂ 8 ਟੀਮਾਂ ਦੇ ਮੈਚ ਅਸੀਂ ਟਾਈਆਂ ਪਾਈਆਂ ਨੇ, ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਟੀਮਾਂ ਐਂਟਰ ਹੋਈਆਂ ਨੇ ਉਹਨਾਂ ਦੀਆਂ ਟਾਈਆਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ। ਹੈਲੋ, ਕਮਲ ਠੂਰ ਜੀ ਕਿਰਪਾ ਕਰਕੇ ਸਟੇਜ ਤੇ ਜਲਦੀ ਨਾਲ ਆ ਜਾਣ, ਸਾਡੀ ਬੇਨਤੀ ਹੈ। ਕਬੱਡੀ ਓਪਨ ਦੇ ਪਹਿਲੇ ਮੈਚ ਲਈ ਬਾਬਾ ਬੁੰਗਾ ਕਲੱਬ ਮਾਲਕ ਵਰਸੀ ਰਾਮਾ, ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ, ਸਾਡੀ ਬੇਨਤੀ ਹੈ।
हेलो उधर एक बार कबड्डी ओपन दी टीम मैं सारिया फिर अनाउंस कर रहे हैं। किसी भी टीम की दो मिनट तो बाद उड़ीक नहीं की जाएगी। पहला मैच बाबा बोंगा साहब क्लब मलिक वर्सी रामा, दूजा मैच बाबा रूडू क्लब कौंकी वर्सी बुरजरी सिंह, तीजा मैच तारी क्लब बिला वर्सी बाबा साधु राम रसूलपुर, चौथा मैच तेज क्लब जगराऊं वर्सी साहबजादा जीत सिंह क्लब बुरजरी सिंह वाला। पहले मैच दिया दोनों टीम ग्राउंड च आ जाने जी। माइक ओवर टू स्टेज कमल ठूर जी। हाँ जी, जिन्हें दानी सजना ने जिन्हें दानी सजना ने इस खेड मेले माया के सहयोग दिते ने उन्हों का पूरी टूरनामेंट कमेटी ग्राम पंचायत वालों मान सम्मान किया जाना असी ना अनाउंस कर लगे हैं। कृपा करके लागे रहन सारे दानी सजन जी। और साढ़े दरम्यान साढ़ा भीर रेंका कुतबा जनरल सकत्तर श्रोमणी अकाली दल बादल दे उन्हों का इतने भोजन से जी आया आख्या जाता रेंका कुतबा जी, बहुत बहुत धन्यवाद जी। साढ़ा भीर बलविंदर सिंह लाइव देख रहे ने यूएई दुबई वाले उन्होंने वालों इस खेड मेले माया के सहयोग ने बहुत बहुत धन्यवाद। हरविंदर सिंह जी यूएई वाले इस खेड मेले लाइव देख रहे ने माया के सहयोग ने साबका खजानची इस खेड मेले दे उन्होंने धन्यवाद। सरदार अजमेर सिंह जी भोलू उन्होंने वालों इस खेड मेले 1300 रुपया दिता गया उन्होंने मान सम्मान लैन जी। अपना करमजीत सिंह जी बाबा वह भी अपना मान सम्मान लैन बिंजल वाले 1300 रुपया दिता गया इस खेड मेले। रघबीर सिंह जी गिल एग्रो वाले 3100 रुपया उन्हों का भी मान सम्मान करना वह भी स्टेज पर पहुंच जाना। प्रधान जी आयो साडे कोले। नादर सिंह जी कनेडा वाले उन्हों का भी मान सम्मान किया जाना 5000 रुपया दिता जाना दिता गया इस खेड मेले। हेलो, पहले मैच दिया दोनों टीम बाबा बोंगा क्लब मलिक ते रामे नू 5 मिनट का समा दे रहे हैं जी, जल्दी ग्राउंड च आ जाण। बाबा बोंगा क्लब मलिक वर्सज रामा कबड्डी ओपन का पहला मैच खेडिया जाएगा। बाबा रूडू क्लब कौंके वर्सी बुरजरी सिंह, तारी क्लब बीला वर्सी बाबा साधु राम रसूलपुर, तेज क्लब जगराओं वर्सज साहबजादा अजीत सिंह क्लब बुरजरी सिंह वाला। इन टीमों के खिलाड़ी प्लीज जल्दी ना ग्राउंड के आ जाए, मेरी बेनती है। पहले मैच दिया दोनों टीम मलिक ते रामा जल्दी तो जल्दी कबड्डी के मैदान च पहुंच जाएगियां। एक मिनट जी, किन्ना दा सीगा अजमेर सिंह जी उन्हां दा मान सम्मान कीता पूरी टूरनामेंट कमेटी वालों और सरपंच साहिबान बहाल सिंह जी और गुरचरण सिंह जी साबका सरपंच। बहुत जथेदार जगतार सिंह जी राय वह अपना मान सम्मान ले लैन। जथेदार जगतार सिंह जी राय साड़ी बेनती है जी, मलिक ते रामा दोनों टीमां जल्दी ग्राउंड च आ जाण। मलिक ते रामा नाजर सिंह जी संधु उन्हां दा सन्मान बिंदर सिंह जी लै रहे ने, बहुत बहुत धन्यवाद इन्हां दानी सजणां दा। हाँ जी, करमजीत बाबा जी। हेलो, करमजीत बाबा वो अपना मान सम्मान लै लवे। हाँ जी, हाँ जी कमल जी एक मिनट। हाँ जी, साड़ी प्रबंधकी कमेटी ने फैसला किया जी, सारिया टीमां ध्यान नाल सुन लैण। जिहड़ी टीम एक पिंड की जान बुझ के दो दो टीम एंटर करवाएगी, जेकर एक टीम ग्राउंड दे विच नहीं आउंदी तां अगली टीम भी नहीं खेडण दित्ती जाएगी। उस पिंड की जिहड़े खिडारी जान बुझ के दो दो टीम एंटर करवाउणगी। करमजीत सिंह जी बाबा नाल अजीत सिंह जी वह भी पुजन जी स्टेज ते। अजीत सिंह जी जगतार सिंह जी वह भी अपना मान सम्मान लैण जी। जगतार सिंह जी सरदार अजीत सिंह जी माया दे सहयोग ने इस खेड मेले लई उन्हां दा साढ़े साबका सरपंच सरदार गुरचरण सिंह जी, जथेदार हरचरण सिंह जी, उत्थे ही सरदार बहाल सिंह जी मान सम्मान दे रहे ने। निर्मल सिंह जी निम्मा हेलो बाबा बोंगा क्लब मलिक ते रामे दीआं दोनों टीमां जल्दी नाल ग्राउंड दे विच पहुंच जाण जी, साडी बेनती है। मलिक वर्सी रामा दो मिनट का आखिरी समा इन टीमों के खिलाड़ियों को है, प्लीज जल्दी नाल ग्राउंड दे विच आ जाण क्योंकि समा बहुत कीमती है। ठीक है जी, एक मिनट भी जी।
जथेदार जगतार सिंह जी वह भी अपना मान सम्मान ले लैन। जथेदार जगतार सिंह जी हरविंदर सिंह जी बैनीपाल वह भी अपना मान सम्मान ले लैन। हरविंदर सिंह जी बैनीपाल अगलिया टीम खेडनिया जल्दी आ जाओ ग्राउंड दे विच। मालक बाबा दर्शन एक मिनट जी बाबा दर्शन सिंह जी मालक दी टीम दे बाकी रहिंदे खिलाड़ी जल्दी पहुंच जाण। रामे दी टीम दे खिलाड़ी आ जाण। साडी बेनती है मालक दी टीम आ गई है। रामे दी टीम नूं आखिरी एक मिनट का समा जी। बिल्लू मिस्त्री जी बाबा रोडू क्लब कौंके वरसी बोरजरी सिंह जिहड़ियां एक पिंड दीआं दो दो टीमां आउणगीआं। एक कमेटी ने फैसला लै लिया कि दूसरी टीम भी जिहड़ी उह नहीं खेडण दित्ती जावेगी। ये साडीआं सारीआं टीमां ध्यान देण कृपा करके मेरी बेनती है जल्दी दे नाल जिहड़ीआं एक पिंड दीआं दो टीमां आउणगीआं सिर्फ एक टीम ही खेडण दित्ती जावेगी। जेकर जानबुझ के दूसरी टीम एंटर करवाई होवेगी तां अजमेर सिंह जी सैकटरी उहनां दा मान सम्मान उहनां नूं दित्ता जा रिहा। अमेरिका अजमेर सिंह जी सैकटरी यूएसए वाले उन्होंने सम्मान किया गया। बहुत बहुत धन्यवाद। हाँ जी मालक की टीम आ गई है जी। रामे की टीम साड़ी एक बार फिर बेनती है टीम के खिलाड़ी ग्राउंड च पहुंच जान। जथेदार जगतार सिंह जी उन्होंने मान सम्मान निम्मा जी ले रहे हैं। बहुत बहुत धन्यवाद जथेदार जगतार सिंह जी उन्होंने सम्मान निम्मे वीर जी ले रहे हैं। लो जी रामे की टीम प्लीज जल्दी ग्राउंड आवे जी। मालक की टीम पहुंच चुकी है। साड़ी बार बार बेनती है रामे की टीम के खिलाड़ियों। उधर रोडू क्लब कौके ते बोरजरी सिंह दोनों टीम जल्दी ग्राउंड च पहुंच जान। हाँ जी गोपी टेलीकॉम जी। हाँ जी जथेदार जगतार सिंह जी का सम्मान निम्मे वीर जी ले रहे हैं। बहुत बहुत धन्यवाद जी। गोपी टेलीकॉम वाले असी सवेर तो आवाजा दे रहे हैं। नछत्र सिंह जी राय नछत्र सिंह जी राय वह भी अपना मान सम्मान लैण। नछत्र सिंह जी राय स्वर्गवासी प्रीतम सिंह जी गिल उन्होंने कोई परिवारक मैंबर अपना मान सम्मान लवे। स्वर्गवासी प्रीतम सिंह जी गिल उन्होंने कोई नजदीकी अपना लाओ जोरदार ताड़ी मारो। दुनिया का सुपरस्टार निक्का खाड़े वाला खेड कबड्डी के ग्राउंड पुज चुका है। उधर राहुवाल दे शेरे वर्गे हिंदे वर्गे हैप्पी वर्गे गगनोनी मशहूर कबड्डी खिलाड़ी खेड कबड्डी के मैदानों वाल आ चुके ने। रामे की टीम की आखिरी जी दो मिनट उड़ीक की जाएगी। वो टीम जेकर दो मिनट के नहीं आती तो वह टीम कट्टी गई। बुरजरी सिंह वर्स बाबा रोडू क्लब कौंके इन्हां टीमां नूं आखिरी पांच मिनट का समा जी। बाबा साधु राम रसूलपुर वर्ष तारी क्लब बेला तेज क्लब जगराऊं ते साहिबजादा जीत सिंह क्लब बुरजरी सिंह ये टीमां भी जल्दी ग्राउंड च पहुंच जाण। करमजीत सिंह जी दोता बिंजल वाले वह भी अपना मान सम्मान लैण जी। तेजी गिल जी सन फटैल सिंह जी वह अपना मान सम्मान लैण। तेजी गिल सन फटैल सिंह जी वह अपना मान सम्मान लैण जी। आ जाओ भीर जी तेजी गिल जी आओ। करमजीत बाबा जी करमजीत सिंह वह भी अपना मान सम्मान लैण। करमजीत सिंह बिंजल वाले वह भी अपना मान सम्मान लैण। करमजीत सिंह जी बिंजल वाले गोपी टेलीकॉम जी कमल ठूर जी। हाँ जी भीर जी बाबा रोडू क्लब कौंके ते बुरजरी सिंह का अगला मैच है। वो दोनों टीमां जल्दी ना ग्राउंड दे विच आ जाण। इधर बहुत तकड़ा मैच जड़ा शुरू होने जा रहा है। रामा वर्सिज बाबा बोंगा क्लब मालक दीआं टीमां दा दोनों टीमां पुज चुकियां ने। ठीक है हरविंदर गिल साडा वीर हरविंदर सिंह गिल वह भी अपना मान सम्मान लवे नाल इंद्रजीत पखोवाल जी। इस तो अगला मैच बुरजरी सिंह वर्सिज बाबा रोडू क्लब कौंके दोनों टीमां ग्राउंड दे विच आ जाण जी। बिट्टू एक मिनट भी जी बाबा साधु राम रसूलपुर के तारी क्लब बीला तेजी गिल जी उन्होंने सम्मान दे रही है। ग्राम पंचायत टूरनामेंट कमेटी बहुत बहुत धन्यवाद। बुरजरी सिंह साहिबजादा जीत सिंह क्लब वर्सिज तेज क्लब जगराऊ ये टीमां भी ग्राउंड दे विच पहुंच जाण जी। किसी भी टीम की जिहड़ी लंबा समा उड़ीक नहीं की जाएगी। उधर जेकर कोई होर भी टीम एंटर होना चाहती है तो जल्दी ना एंट्री करवा देन। असीं अगलियां टाइयां पाउण जा रहे हां। गुरदेव सिंह जी हेहर उन्हां दा लड़का
सेवक मेरा वीर आवे वीर अपना मान सम्मान लो जी सेवक सिंह आओ जी सेवक वीर जिथे आवाज सुनता गुरदेव सिंह जी दे बेटा ने मुंडे ने कृपा करके बेनती हाँ बिटू आई बिटू आई दूजी कलाव बाबा रोडू साहब क्लब कौके बुरज हरी आ हरी सिंह नहीं है बुरज हरी गुरमुख सिंह हेर हेहर सनफ जथेदार मेहर सिंह ओ अपना मान सम्मान लैन जी कृपा करके आके इधर मैच शुरू हो चुके है जी मलक दी टीम सड़क वाले पासे स्टेज दे सजे हाथ है ते दूसरे पासे रामे दी टीम है पहली कबड्डी शेरा राउवाल पिंड दा रसूलपुर जंडी दे लागे करके बेट एरिए दा पिंड है राउवाल जगराऊं दे मेरी वीर सिद्धमा बेट एरिए दा उसे पिंड दा शेरा पहली कबड्डी पा रहा है मलक दी टीम दी तरफ तो खेड कबड्डी दे मैदान दे विच उधर बिल्ला गुजर वाली है मशहूर कबड्डी खिलाड़ी इधर मनजीत झनेर जी रूपा ठूर गुरमीत सद्दोवाल सारे ऑफिशियल वीरां दा रुपिंदर संदौड़ होरां दा बहुत बड़ा धन्नवाद है मलक दा हिंदा खेड कबड्डी दे मैदान दे विच वध के ट्राई कर रहा है इस नौजवान धावी नूं जफा लाउण दी पूरी जोरदार कोशिश है लो ला के तकड़ा जफा नछत्तर सिंह जी राय ओ मान सम्मान लैण जी नछत्तर सिंह जी राय नाल ही सनफ कुंडा सिंह जी नछत्तर सिंह जी राय राऊ वाली आ शेरा विजेंद्र जिन्निया भी कबड्डियां पाके पॉइंट हासिल करेगा सरपंच सरदार गुरचरण सिंह जी जथेदार साहब नाल राजा साडा वीर आरे वाला हर एक पॉइंट ते 100-100 रुपए का मान सम्मान करनगे नाल ही दास दे लई भी माया दे गफ्फे पूजदे कर रहे ने सरपंच गुरचरण सिंह जी होरां दा बहुत बड़ा धन्नवाद बाबा रोडूसा क्लब कौके बुरज हरी उस तो अगला मैच होगा तारी क्लब बीला बाबा साधु राम क्लब रसूलपुर उस तो अगला मैच होगा तेज क्लब जगराओं साहबजादा अजीत सिंह क्लब बुरज हरी सिंह नछत्र सिंह जी सनफ कुंडा सिंह जी उन्होंने वालों माया के सहयोग ने उन्होंने मान सम्मान पूरी प्रबंधकी कमेटी ते ग्राम पंचायत वालों किया जा रहा राउ वाली शेरे की हर एक कबड्डी ते हर एक पॉइंट ते सरपंच गुरचरण सिंह जी ते नाल राजा साडा वीर 100-100 रुपए देंगे उधर मानजोग सरदार सुरेंद्र सिंह जी सद्दोवाल सारे रेफरियां दे लई 500 रुपए का मान सम्मान भेज रहे ने बहुत बहुत धन्यवाद सरपंच सरदार सुरेंद्र सिंह जी सद्दोवाल का ठीक है चमकौर सिंह जी गोपा राय सरपंच साहबान इस खेड मेले ते पुजे ने उन्होंने जीओ आया आख्या जाता है पूरी टूरनामेंट कमेटी वालों साडी ग्राम पंचायत वालों सरपंच बहाल सिंह जी उन्होंने जी आखते हैं इस तो अगला मैच बाबा रोडू क्लब कौके वर्सी बुरजरी दोनों टीम ग्राउंड दे विच पुजन उधर सुरेंद्रपाल महाली जी का बहुत बड़ा धन्नवाद है वह दास दे लई माया दे गफ्फे भेज रहे ने बहुत बहुत धन्नवाद सुरेंद्रपाल महाली जी का उधर हीपा साडा वीर फेरू राइम वाला कबड्डी 365.com के जरिए जर्मनी के जुड़िया बैठा बहुत बहुत धन्यवाद हैप्पी मलक वाला इस पई हुई कबड्डी से वध के जफा लाने की पूरी जोरदार ट्राई कर रहा है खेड कबड्डी के मैदान के मेरी वीरियो दोनों खिलाड़ियों के दरमियान तकड़ा मुकाबला खेडिया जा रहा है इस वे आप देखिए सामने पॉइंट इस वे हैप्पी मलक वाला अपनी टीम के हिस्से जोड़ता होया राउवाल का विजेंद्र सिंह शेरा अगली कबड्डी पा रहा है कि गुरुआ सानू दिता है वरदान कबड्डी का देश विदेश में वाधा जाए मान कबड्डी का कि गुरुआ सानू दिता है वरदान कबड्डी का गुरु महाराज की बख्शिश पार कृपा पूरी दुनिया भर के खेड कबड्डी की पूरी बल्ले बल्ले इधर राउवाल का शेरा पा कबड्डी अमनोरां का पेंडू एक होर पॉइंट का वाधा करता होया अगली कबड्डी नौजन रामा पिंड कहते लाडी होर पिंड है लवली वर्गी काके वर्गी मशहूर कबड्डी खिलाड़ी उस पिंड ने पैदा किए उसे पिंड का धावी कबड्डी पाँदा होया उधर साड़ी जिंदगी का बहुत सत्कारयोग वीर बूटा सद्दोवालिया अपने साथियों समेत विशेष तौर पर पुजा होया उस वीर का भी बहुत बड़ा धन्यवाद है बूटा सद्दोवाल विशेष तौर पर पहुंचा होया उस वीर का बहुत बहुत धन्यवाद तो जोड़ा अगला मैच है वह बुरज हरी वर्स बाबा रोडू क्लब
ਕਿਉਂਕਿ ਦੋਨੇ ਟੀਮਾਂ ਦੇ ਖਿਡਾਰੀ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਵੁਰਜਰੀ ਵਰਸੇ ਬਾਬਾ ਰੁੱਡੂ ਕਲੱਬ ਕਿਉਂਕਿ, ਇੱਧਰ ਗਗਨ ਨੌਜਵਾਨ ਅੰਕ ਲੈ ਕੇ ਵਾਪਸ ਆਪਣੀ ਟੀਮ ਵੱਲ ਵਧਿਆ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਫਿਰ ਰਾਮੇ ਪਿੰਡ ਦਾ ਧਾਵੀ ਖੇਡ ਦੇ ਮੈਦਾਨ ਦੇ ਵਿੱਚ ਬੋਲਦਾ ਹੋਇਆ ਧਾਵਾ ਮੇਰੀ ਵੀਰਿਓ। ਉੱਧਰ ਕਬੱਡੀ 365.com ਦੇ ਜ਼ਰੀਏ ਜੁੜੇ ਬੈਠੇ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਇੱਧਰ ਪਈ ਹੋਈ ਕਬੱਡੀ ਤੇ ਮਲਕ ਪਿੰਡ ਦਾ ਗੱਭਰੂ ਲਾਉਂਦਾ ਹੋਇਆ ਤਕੜਾ ਜੱਫਾ ਖੇਡ ਦੇ ਮੈਦਾਨ ਦੇ ਵਿੱਚ। ਰਾਉਵਾਲ ਦਾ ਵਜਿੰਦਰ ਸ਼ੇਰਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ। ਜਿਹੜੀਆਂ ਟੀਮਾਂ ਓਪਨ ਵਾਲੀਆਂ ਪਹੁੰਚੀਆਂ ਟੀਮਾਂ ਭਾਈ ਆ ਕੇ ਐਂਟਰ ਕਰਵਾ ਦਿਓ। ਜਿਹੜੀਆਂ ਟੀਮਾਂ ਪਹੁੰਚੀਆਂ ਓਪਨ ਵਾਲੀਆਂ ਆ ਕੇ ਐਂਟਰ ਕਰਵਾ ਸਕਦੇ। ਇਸ ਤੋਂ ਅਗਲਾ ਮੈਚ ਬੁਰਜਰੀ ਵਰਸੇ ਬਾਬਾ ਰੁੱਡੂ ਕਲੱਬ ਕਿਉਂਕਿ। ਬੁਰਜਰੀ ਦੀ ਜਿਹੜੀ ਟੀਮ ਪਹੁੰਚ ਚੁੱਕੀ ਹੈ, ਬਾਬਾ ਰੁੱਡੂ ਕਲੱਬ ਕਿਉਂਕਿ ਦੇ ਖਿਡਾਰੀ ਆ ਜਾਣ। ਗੱਗਾ ਸਾਡਾ ਵੀਰ ਬੁਰਜ ਵਾਲਾ ਉਹ ਆਪਣੀ ਟੀਮ ਲੈ ਕੇ ਪੁੱਜ ਚੁੱਕਿਆ। ਬਾਬਾ ਰੋਡੂ ਕਲੱਬ ਕਿਉਂਕਿ ਦੀ ਟੀਮ ਜਲਦੀ ਪੁੱਜ ਜਾਵੇ। ਗੱਗੇ ਵੀਰ ਜਿਹੜੀਆਂ ਅਗਲੀਆਂ ਟੀਮਾਂ ਆ ਰਹੀਆਂ, ਪਲੀਜ਼ ਤੁਸੀਂ ਨਮਸਕਾਰ ਕਰਕੇ ਜਾਂ ਤਾਂ ਬੈਠ ਜਿਓ ਜਾਂ ਥੋੜਾ ਥੋੜਾ ਸਾਈਡ ਤੇ ਰੋ ਜਿਓ ਤਾਂ ਜੋ ਚੱਲਦੇ ਹੋਏ ਮੈਚਾਂ ਦਾ ਦਰਸ਼ਕ ਪੂਰਾ ਆਨੰਦ ਲੈ ਸਕਣ, ਸਾਡੀ ਬੇਨਤੀ ਹੈ। ਇੱਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਗਗਨ ਮਲਕ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ। ਇਸ ਵੇਲੇ ਪਹਿਲਵਾਨੀ ਜਾਂ ਸਰੀਰ ਇਸ ਨੌਜਵਾਨ ਧਾਵੀ ਦਾ ਕਿ ਵੇਖ ਲਓ ਸਰੀਰ ਯਾਰ ਭੁੱਖ ਲੈਂਦੀ ਪੂਰੀ, ਲੱਗਦਾ ਜ਼ਰੂਰ ਇਹਨੇ ਚੁੰਗੀ ਹੋਣੀ ਬੁਰੀ ਕਿ ਦੌੜ ਲਾਈ ਹੋ ਨਹਿਰ ਦੇ ਕਿਨਾਰੇ ਤੇ ਨਾਲੇ ਡੰਡ ਕੱਢੇ ਹੋਣਗੇ। ਖੇਡ ਖੇਡ ਕੇ ਕਬੱਡੀ ਪਿੰਡ ਪਿੰਡ ਝੰਡੇ ਗੱਡੇ ਹੋਣਗੇ। ਖੇਡ ਖੇਡ ਕੇ ਕਬੱਡੀ ਪਿੰਡ ਪਿੰਡ ਝੰਡੇ ਗੱਡੇ ਹੋਣਗੇ। ਬਿੱਲਾ ਗੁੱਜਰਵਾਲੀਆ ਇਸ ਕਬੱਡੀ ਦਾ ਫੈਸਲਾ ਕਰ ਰਿਹਾ ਕਿ ਪੁਆਇੰਟ ਗਗਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਉਧਰ ਬੁਰਜਰੀ ਵਰਸੇ ਬਾਬਾ ਰੋਡੂ ਕਲੱਬ ਕਿਉਂਕਿ ਦੀਆਂ ਟੀਮਾਂ ਦਾ ਅਗਲਾ ਮੈਚ ਬਹੁਤ ਤਕੜਾ ਮੈਚ ਸਮਾਪਤ ਹੈ। ਮਲਕ ਦੀ ਟੀਮ ਇਸ ਪਹਿਲੇ ਮੈਚ ਦੀ ਇੰਦਰਜੀਤ ਟੀਮ ਜੇਤੂ ਹੈ। ਬਾਬਾ ਬੁੰਗਾ ਸਾਹਿਬ ਕਲੱਬ ਮਲਕ ਜੋ ਟੀਮ ਸੜਕ ਵਾਲੇ ਪਾਸੇ ਸਟੇਜ ਦੇ ਸੱਜੇ ਹੱਥ ਖੇਡ ਰਹੀ ਸੀ ਉਹ ਜੇਤੂ ਹੈ। ਇੱਧਰ ਬੁਰਜਹਰੀ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚੀ ਹੋਈ ਹੈ। ਸਾਡੀ ਬੇਨਤੀ ਹੈ ਇੱਕ ਮਿੰਟ ਦੇ ਅੰਦਰ ਅੰਦਰ ਬਾਬਾ ਰੋਡੂ ਕਲੱਬ ਕਿਉਂਕਿ ਦੀ ਟੀਮ ਪਹੁੰਚ ਜਾਵੇ ਜਲਦੀ ਨਾਲ। ਬੁਰਜਰੀ ਦੀ ਟੀਮ ਜਿਹੜੀ ਉਹ ਪਹੁੰਚੀ ਹੋਈ ਹੈ। ਬਾਬਾ ਰੋਡੂ ਕਲੱਬ ਕਿਉਂਕਿ ਦੀ ਟੀਮ ਪਹੁੰਚ ਜਾਵੇ। ਉਧਰ ਸਰਪੰਚ ਸਰਦਾਰ ਗੁਰਚਰਨ ਸਿੰਘ ਜੀ ਤੇ ਰਾਜੇ ਦਾ ਬਹੁਤ ਵੱਡਾ ਧੰਨਵਾਦ ਹੈ। ਰਾਓ ਵਾਲੀਏ ਸ਼ੇਰੇ ਦੇ ਲਈ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਭੇਜ ਰਹੇ ਨੇ। ਹੈਲੋ ਜੀ, ਨਾਲ ਇਸ ਖੇਡ ਮੇਲੇ ਤੇ ਬੂਟਾ ਸਦੋਵਾਲ, ਰੈਂਪੀ ਕੁਤਬਾ, ਪੰਮਾ ਤਾਜਪੁਰ, ਮੂਲਾ, ਰਾਏਕੋਟ, ਬੰਟੀ, ਧੂਲਕੋਟ, ਬੂਟਾ ਤਾਜਪੁਰ ਅਤੇ ਸਾਥੀ ਪੁੱਜੇ ਨੇ, ਉਹਨਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਕੀਤਾ ਜਾਂਦਾ। ਉਧਰ ਸੱਦੋ ਵਾਲੀਏ ਬੂਟੇ ਹੋਰਾਂ ਦਾ, ਰਿੰਪੀ ਹੋਰਾਂ ਦਾ, ਤਾਜਪੁਰੀਆਂ ਦਾ ਬਹੁਤ ਵੱਡਾ ਧੰਨਵਾਦ ਹੈ। ਸਾਡੇ ਦਰਮਿਆਨ ਅੱਜ ਦੇ ਇਸ ਟੂਰਨਾਮੈਂਟ ਤੇ ਆਪਣੇ ਸਮੁੱਚੇ ਸਾਥੀਆਂ ਸਮੇਤ ਪੁੱਜੇ ਹੋਏ ਨੇ। ਪ੍ਰਬੰਧਕੀ ਕਮੇਟੀ ਵੱਲੋਂ ਬਹੁਤ ਵੱਡਾ ਧੰਨਵਾਦ। ਬਾਬਾ ਰੋਡੂ ਕਲੱਬ ਕਿਉਂਕਿ ਦੀ ਟੀਮ ਪਲੀਜ਼ ਜਲਦੀ ਮੈਦਾਨ ਦੇ ਵਿੱਚ ਪਹੁੰਚੇ ਜੀ ਤਾਂ ਜੋ ਅਗਲਾ ਮੈਚ ਆਪਾਂ ਸ਼ੁਰੂ ਕਰਵਾ ਸਕੀਏ, ਸਾਡੀ ਬੇਨਤੀ ਹੈ। ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ, ਇਹ ਦੋਨੇ ਟੀਮਾਂ ਗਰਾਊਂਡ 'ਚ ਆ ਜਾਣ। ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ, ਤੇਜ ਕਲੱਬ ਜਗਰਾਓ ਵਰਸੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੋਰਜਰੀ ਸਿੰਘ ਵਾਲਾ, ਉਹ ਵੀ ਦੋਨੋਂ ਟੀਮਾਂ ਜਲਦੀ ਨਾਲ ਤਿਆਰੀ ਕਰਕੇ ਗਰਾਊਂਡ ਦੇ ਵਿੱਚ ਆ ਜਾਣ। ਹਾਂਜੀ, ਬਾਬਾ ਰੋਡੂ ਕਲੱਬ ਕਿਉਂਕਿ ਦੀ ਟੀਮ ਨੂੰ ਆਖਰੀ 2 ਮਿੰਟ ਦਾ ਸਮਾਂ ਮਨਜੀਤ ਵੀਰ ਨੋਟ ਕਰ ਲਿਆ ਜਾਵੇ, 2 ਮਿੰਟ ਬਾਅਦ ਉਹ ਟੀਮ ਜਿਹੜੀ ਕੱਢ ਦਿੱਤੀ ਜਾਣੀ ਹੈ। ਜੇਕਰ ਬਾਬਾ ਰੋਡੂ ਕਲੱਬ ਕਿਉਂਕਿ ਦੀ ਟੀਮ 2 ਮਿੰਟ ਦੇ ਅੰਦਰ ਅੰਦਰ ਗਰਾਊਂਡ ਦੇ ਵਿੱਚ ਨਹੀਂ ਆਵੇਗੀ ਤਾਂ ਉਹ ਟੀਮ ਜਿਹੜੀ ਅਸੀਂ ਕੱਟਣ ਦੇ ਲਈ ਮਜਬੂਰ ਹੋਵਾਂਗੇ। ਪਲੀਜ਼ ਖਿਡਾਰੀ ਵੀਰ ਸਹਿਯੋਗ ਦੇਣ। ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ ਦੀਆਂ ਟੀਮਾਂ 5 ਮਿੰਟ ਦੇ ਅੰਦਰ ਅੰਦਰ ਗਰਾਊਂਡ 'ਚ ਆ ਜਾਣ। ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ, ਤੇਜ ਕਲੱਬ ਜਗਰਾਓ ਵਰਸੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੋਰਜਰੀ ਸਿੰਘ ਵਾਲਾ, ਇਹ ਟੀਮਾਂ ਵੀ ਅਗਲੇ ਮੈਚਾਂ ਦੇ ਲਈ ਖੇਡਣਗੀਆਂ। ਉਧਰ ਜੇਕਰ ਕੋਈ ਕਬੱਡੀ ਓਪਨ ਦੀ ਹੋਰ ਟੀਮ ਐਂਟਰ ਹੋਣਾ ਚਾਹੁੰਦੀ ਹੈ ਤਾਂ ਉਹ 5-4 ਮਿੰਟ ਦੇ ਅੰਦਰ ਅੰਦਰ ਆਪਣੀ ਐਂਟਰੀ ਕਰਵਾ ਦੇਣ। ਅਸੀਂ ਅਗਲੀਆਂ ਐਂਟਰ ਹੋਈਆਂ ਟੀਮਾਂ ਦੀਆਂ ਟਾਈਆਂ ਪਾਉਣ ਜਾ ਰਹੇ ਹਾਂ। ਸਾਡੀ ਬੇਨਤੀ ਹੈ ਪ੍ਰਬੰਧਕ ਵੀਰਾਂ ਵੱਲੋਂ, ਜੇਕਰ ਕੋਈ ਹੋਰ ਵੀ ਟੀਮ ਐਂਟਰ ਹੋਣਾ ਚਾਹੁੰਦੀ ਹੈ ਤਾਂ ਉਹ ਜਲਦੀ ਨਾਲ ਆਪਣੀ ਐਂਟਰੀ ਕਰਵਾ ਦੇਣ। ਉਧਰ ਬਾਬਾ ਰੋਡੂ ਕਲੱਬ ਕਿਉਂਕਿ ਉਸ ਟੀਮ ਦੇ ਖਿਡਾਰੀਆਂ ਨੂੰ ਵਾਰ ਵਾਰ ਬੇਨਤੀ ਹੈ ਉਹ ਪਲੇਅਰ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਉਧਰ ਰਿੰਕਾ ਸਾਡਾ ਵੀਰ ਕੁਤਬਾ ਬਾਹਮਣੀਆਂ ਵਾਲਾ, ਨਾਲ ਸੁਖਚੈਨ ਸਿੰਘ ਚੈਨੀ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ। ਮਾਰੋ ਜ਼ੋਰਦਾਰ ਤਾੜੀ
ਗੁਰਜਰੀ ਸਿੰਘ ਦੀ ਟੀਮ ਦੇ ਨਾਲ ਜਿਹੜਾ ਮੈਚ ਬਾਬਾ ਰੋਡੂ ਕਲੱਬ ਕੌਂਕੇ ਦਾ, ਇਧਰ ਕੌਂਕਿਆਂ ਦੇ ਮਨਜਿੰਦਰ ਮੋਟੇ ਹੋਣੀ, ਸਲੀਮ ਹੋਣੀ, ਖੇਡ ਕਬੱਡੀ ਦੇ ਮਸ਼ਹੂਰ ਕਬੱਡੀ ਖਿਡਾਰੀ, ਝੋਲੜਾਂ ਦੇ ਸੋਨੀ ਵਰਗੀ, ਮੇਰੀ ਵੀਰੋ ਨਾਲ ਖਰਾਜੀ ਵਰਗੀ ਅੱਜ ਇਸ ਧਰਤੀ ਤੇ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਨੇ। ਇਧਰ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦਾ ਖੇਡਿਆ ਜਾਵੇਗਾ। ਖਿਡਾਰੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਨੇ। ਅੱਜ ਦੇ ਮੋਟਰਸਾਈਕਲਾਂ ਦੇ ਜੇਤੂ ਕਿਹੜੇ ਖਿਡਾਰੀ ਹੋਣਗੇ ਗੱਲ ਸਮੇਂ ਦੀ ਹੋਵੇਗੀ। ਉਧਰ ਕਬੱਡੀ 365.com ਦੇ ਜ਼ਰੀਏ ਬਾਬਾ ਸਾਧੂ ਰਾਮ ਰਸੂਲਪੁਰ ਵਰਸੇ ਤਾਰੀ ਕਲੱਬ ਬੀਲਾ, ਇਸ ਤੋਂ ਅਗਲਾ ਮੈਚ ਹੈ। ਉਹ ਜਿਹੜੀਆਂ ਦੋਨੋਂ ਟੀਮਾਂ ਜਲਦੀ ਨਾਲ ਤਿਆਰੀ ਕਰਕੇ ਕਬੱਡੀ ਦੇ ਗਰਾਊਂਡ ਦੇ ਵਿੱਚ ਆ ਜਾਣ। ਬਾਬਾ ਹੈਲੋ, ਔਰ ਨਾਲ ਹੀ ਅਸੀਂ ਉਸ ਮਹਾਨ ਸਵਰਗਵਾਸੀ ਸਰਦਾਰ ਮੇਜਰ ਸਿੰਘ ਜੀ ਕੈਨੇਡੀਅਨ, ਸਾਡਾ ਵੀਰ ਸਨੀ ਕੈਨੇਡੀਅਨ, ਉਸ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਇਸ ਖੇਡ ਨੂੰ ਲਈ ਧੰਨਵਾਦ ਕਰਦੇ ਹਾਂ। ਕਲੱਬ ਬਿੱਲਾ ਬਾਬਾ ਸਾਧੂ ਰਾਮ ਕਲੱਬ ਰਸੂਲਪੁਰ, ਉਹ ਵੀ ਟੀਮਾਂ ਤਿਆਰ ਹੋ ਕੇ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਔਰ ਨਾਲ ਹੀ ਹਰਜੀਤ ਸਿੰਘ ਜੀ ਰਾਏ ਕੈਨੇਡੀਅਨ, ਉਹਨਾਂ ਦਾ ਵੀ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ, ਜਿੱਥੇ ਜਥੇਦਾਰ ਹਰਚਰਨ ਸਿੰਘ ਜੀ ਰਾਏ ਪੰਚ, ਹਰਜੀਤ ਸਿੰਘ ਜੀ ਰਾਏ ਕੈਨੇਡੀਅਨ ਪਰਿਵਾਰ ਵੱਲੋਂ 71,000 ਰੁਪਇਆ ਇਸ ਖੇਡ ਮੇਲੇ ਲਈ। ਉੱਥੇ ਹੀ ਸਰਦਾਰ ਮੇਜਰ ਸਿੰਘ ਜੀ ਕੈਨੇਡੀਅਨ, ਸਾਡਾ ਵੀਰ ਸਨੀ ਕੈਨੇਡਾ ਦੇ ਵਿੱਚ ਵੱਸਦਾ, 25,000 ਰੁਪਇਆ ਇਸ ਖੇਡ ਮੇਲੇ ਲਈ। ਚਰਨਜੀਤ ਸਿੰਘ ਜੀ ਧਾਲੀਵਾਲ ਪ੍ਰਧਾਨ ਸਾਹਿਬਾਨ ਕਾਲਾ ਅੰਮ੍ਰਿਤਸਰੀਆ ਯੂਕੇ ਵਾਲੇ, 61,000 ਰੁਪਇਆ ਇਸ ਖੇਡ ਮੇਲੇ ਨੂੰ। ਨਾਲ ਸੁਰਿੰਦਰਪਾਲ ਮੋਹਾਲੀ ਜੀ, ਬਹਾਲ ਸਿੰਘ ਜੀ ਸਰਪੰਚ, ਇਹਨਾਂ ਵੱਲੋਂ 13,000 ਰੁਪਇਆ ਇਸ ਖੇਡ ਮੇਲੇ। ਔਰ ਨਾਲ ਸਰਪੰਚ ਗੁਰਚਰਨ ਸਿੰਘ ਜੀ ਰਾਏ 13,000 ਰੁਪਏ ਇਸ ਖੇਡ ਮੇਲੇ। ਗੁਰਜੀਤ ਸਿੰਘ ਜੀ ਰਾਏ 11,000 ਰੁਪਏ। ਨਰਿੰਦਰ ਬੈਨੀਪਾਲ ਮੇਰਾ ਵੀਰ ਗੋਰਾ ਕੈਨੇਡਾ ਵਾਲਾ ਕਮਿਕਰ, ਕੈਪਟਨ ਕਮਿਕਰ ਸਿੰਘ ਜੀ 11,000 ਰੁਪਏ। ਚਮਕੌਰ ਸਿੰਘ ਜੀ ਪੰਚ 10,000 ਰੁਪਏ। ਦਰਸ਼ਨ ਕੈਨੇਡਾ ਜੀ ਇਧਰ ਮੈਚ ਸ਼ੁਰੂ ਹੋ ਚੁੱਕਿਆ ਹੈ। ਜਿਹੜੀ ਟੀਮ ਬੁਰਜਰੀ ਦੀ ਹੈ ਉਹ ਸੜਕ ਵਾਲੇ ਪਾਸੇ ਹੈ, ਤੇ ਦੂਸਰੇ ਪਾਸੇ ਜਿਹੜੀ ਟੀਮ ਹੈ ਉਹ ਮੇਰੀ ਵੀਰੋ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਆਪਾਂ ਵੇਖੀਏ, ਕੌਂਕੇ ਕਲਾਂ ਦੀ ਟੀਮ ਹੈ। ਪਹਿਲੀ ਕਬੱਡੀ ਸੋਨੀ ਝੋਲੜਾਂ ਵਾਲੇ ਨੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਈ, ਤੇ ਪਹਿਲੀ ਟਰਾਈ ਬੁਰਜਰੀ ਸਿੰਘ ਦਾ ਮਸ਼ਹੂਰ ਕਬੱਡੀ ਖਿਡਾਰੀ ਗੱਗੇ ਨੇ ਕੀਤੀ, ਪਰ ਪੁਆਇੰਟ ਝਨੇਰਾਂ ਵਾਲਾ ਮਨਜੀਤ ਫੈਸਲਾ ਦੇ ਰਿਹਾ ਕਿ ਧਾਬੀ ਦਾ। ਇਧਰ ਬਚੀ ਕਹਿੰਦੇ ਨੇ ਇਸ ਧਾਬੀ ਨੂੰ ਜਿਸ ਨੇ ਕਬੱਡੀ ਪਾਈ, ਆਹ ਕਬੱਡੀ ਦਾ ਕਹਿੰਦੇ ਬਹੁਤ ਤਕੜਾ ਜਾਫੀ ਹੈ। ਆਹ ਸੀਜ਼ਨ ਦੇ ਵਿੱਚ ਨੌਜਵਾਨ ਨੇ ਮੋਟਰਸਾਈਕਲਾਂ ਦੀ ਲਾਈਨ ਲਾ ਦਿੱਤੀ, ਕੌਂਕਿਆਂ ਦਾ ਮਨਜਿੰਦਰ ਮੋਟਾ ਪਹਿਲਾ ਜੱਫਾ ਲਾ ਰਿਹਾ ਆਪਣੀ ਟੀਮ ਦੇ ਲਈ। ਬੋਪਾ ਰਾਏ ਪਿੰਡ ਕਹਿੰਦੇ ਸ਼ੀਰੇ ਦਾ ਪਿੰਡ ਹੈ, ਤਾਰੇ ਹੋਰਾਂ ਦਾ, ਕਬੱਡੀ ਦੇ ਮਸ਼ਹੂਰ ਕਬੱਡੀ ਖਿਡਾਰੀਆਂ ਦਾ, ਅਮਲੀ ਹੋਰਾਂ ਦਾ, ਜਿੰਦਰ ਹੋਰਾਂ ਦਾ, ਉਸੇ ਪਿੰਡ ਦਾ ਸ਼ਿੰਦਾ ਬੋਪਾ ਰਾਏ ਖੁਰਦ ਦਾ ਕਬੱਡੀ ਪਾਉਂਦਾ ਹੋਇਆ ਇਸ ਵੇਲੇ ਕੌਂਕਿਆਂ ਦੀ ਟੀਮ ਦੀ ਤਰਫ ਤੋਂ। ਉਧਰ ਬਹੁਤ ਸਤਿਕਾਰਯੋਗ ਵੀਰ ਗੋਰਾ ਕੈਨੇਡਾ, ਉਹਨਾਂ ਦਾ ਬਹੁਤ ਧੰਨਵਾਦ ਹੈ। 200 ਰੁਪਇਆ ਦਾਸ ਦੇ ਲਈ ਮਾਇਆ ਦੇ ਗੱਫੇ ਭੇਜ ਰਹੇ ਨੇ ਗੋਰਾ ਕੈਨੇਡੀਅਨ ਦਾ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਨੌਜਵਾਨ ਧਾਬੀ ਇਸ ਵੇਲੇ ਸੁੱਖਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਕੌਂਕੇ ਪਿੰਡ ਦਾ ਮਨਜਿੰਦਰ ਮੋਟਾ ਅਗਲਾ ਜੱਫਾ ਲਾਉਣ ਦੀ ਟਰਾਈ ਕਰ ਰਿਹਾ, ਫੜਦਾ ਗੁੱਟ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੀ ਵੀਰੋ। ਇਸ ਵੇਲੇ ਦੋਨੋਂ ਖਿਡਾਰੀਆਂ ਦੇ ਦਰਮਿਆਨ ਜਿਹੜਾ ਸੰਘਰਸ਼ ਜਾਰੀ ਹੈ, ਕਹਿੰਦੇ ਪੰਜਾਬ ਦੇ ਬਹੁਤ ਸਾਰੇ ਕਬੱਡੀ ਟੂਰਨਾਮੈਂਟਾਂ ਤੋਂ ਇਸ ਨੌਜਵਾਨ ਨੇ ਬੁਲਟ ਜਿੱਤੇ ਨੇ, ਪਲਟੀਨੇ ਜਿੱਤੇ ਨੇ, ਸਪਲੈਂਡਰ ਜਿੱਤੇ ਨੇ, ਸਿਟੀ ਡਿਲਕਸ ਜਿੱਤੇ ਨੇ। ਹਰਜੀਤ ਸਿੰਘ ਰਾਏ ਕੈਨੇਡੀਅਨ, ਉਹਨਾਂ ਵੱਲੋਂ 100 ਰੁਪਏ ਦਿੱਤਾ ਜਾ ਰਿਹਾ ਇਸ ਨੌਜਵਾਨ ਕੌਂਕਿਆਂ ਵਾਲੀ ਮਨਜਿੰਦਰ ਮੋਟੇ ਦੇ ਲਈ। ਅਗਲੀ ਕਬੱਡੀ ਇੱਧਰ ਕੌਂਕਿਆਂ ਦੀ ਟੀਮ ਦੀ ਤਰਫ ਤੋਂ ਹਰਦੀਪ ਸਿੰਘ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ। ਉਧਰ ਜਾਫੀ ਦੀ ਜ਼ੋਰਦਾਰ ਟਰਾਈ ਹੈ, ਪਰ ਆਪਾਂ ਵੇਖੀਏ ਵੀ ਪੁਆਇੰਟ ਜਿਹੜਾ ਧਾਬੀ ਦੇ ਹਿੱਸੇ ਹੈ। ਅਗਲੀ ਕਬੱਡੀ ਨੌਜਵਾਨ ਧਾਬੀ ਇਸ ਵੇਲੇ ਲੱਖੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਟੇਕ ਧਰਤੀ ਮਾਂ ਨੂੰ ਮੱਥਾ ਪਾਉਣ ਦੇ ਲਈ ਵਧਿਆ ਹੋਇਆ ਕਿ ਗੋਲ ਜਿਹਾ ਦਾਇਰਾ ਵਿੱਚ ਹੰਦੇ ਤੋਂ ਦਿਸਦੇ ਚੜ ਜਾਂਦਾ ਚਾਅ ਜਦੋਂ ਖਿਡਾਰੀ ਵਿੱਚ ਦਿਸਦੇ ਕਿ ਜਾਈਏ ਬੱਲੇ ਹਾਰੇ ਜਿਹਨੇ ਕਾੜੇ ਦੀ ਕੱਢੀ। ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਕਿ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ। ਉਧਰ ਗੁਜਰਵਾਲ ਦਾ ਬੀਲਾ ਇਸ ਕਬੱਡੀ ਦਾ ਫੈਸਲਾ ਕਰ ਰਿਹਾ ਹੈ ਕਿ ਸਲੀਮ ਹੋਰੀ ਬਹੁਤ ਤਕੜੇ ਜਾਫੀ ਨੇ, ਕੌਂਕੇ ਪਿੰਡ ਦੇ ਲਾਕੇ ਗੱਭਰੂ ਨੇ ਜੱਫਾ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ।
इधर कबड्डी के मैदान अगली कबड्डी इस वे अपनी टीम की तरफ तो फिर गभरू खेड कबड्डी के मैदान खराजी कहते ने इस नौजवान धाबी वध्या होया। उधर बुरजरी सिंह का गग्गा वेखो इस वे पूरी जोरदार ट्राई कर रहा है खेड के मैदान मेरी वीरू पर पॉइंट खराजी कौंकियां वाला तलवार का बाज का पेंडू अपनी टीम के हिस्से जोड़ता होया क्योंकि पिंड कहते कबड्डी की नर्सरी के तौर पर जाने जाते हैं। हेलो अगला जड़ा मैच है उतारी क्लब बीला वर्सी बाबा साधु राम रसूलपुर टीमों का। उधर यूथ अकाली दल का जिला जनरल सकत्तर रिंका साडा वीर कुतबे बामणिया वाला उन्होंने वालों मेरी वीरियो जिथे आप सब नू एक ते दो तरीक नू सदे दिते जा रहे ने। दो तरीक कुतबे दे कबड्डी कप की है जिथे कबड्डी के महान प्लेयर का विशेष तौर पर मशहूर कबड्डी खिलाड़ियों का मान सम्मान किया जाएगा। उधर साड़ी जिंदगी की बहुत सत्कारयोग शख्सियत है कबड्डी के खेड प्रमोटर का बहुत बड़ा नाम है कहिंदे रायकोट एरिए दे कबड्डी खिलाड़ियों कनेडा की धरती से सदे देने वाली शख्सियत शिंदा गिल अचरवाल खेड कबड्डी प्रमोटर कबड्डी 365.com के जरिए जुड़े बैठे ने। बहुत बड़ा धन्यवाद है नाल साडा वीर जिथे विशेष तौर पर भोला मशहूर कबड्डी खिलाड़ी राय कनेडियन चरमप्रीत होरी इस टूरनामेंट के लिए बहुत बड़े योगदान ने उन्हों का बहुत बहुत धन्यवाद। भोले होर शिंदे गिल का गह गढ़ मत धन्यवाद है प्रबंधकी कमेटी वालों। इधर शिंदा खेड कबड्डी के मैदान बोपा राय पिंड का शीरे का वीर कबड्डी पा रहा है। गुरजरी सिंह का गग्गा करता हुआ ट्राई उस नौजवान धाबी ला पाएगा जफा जा नहीं ये गल समय की होगी। उधर बहुत बड़ा धन्यवाद है गगन पठल जी होर झोलड़ा वाले कबड्डी 365.com के जरिए मेरी वीरो इस टूरनामेंट के नाल जुड़े बैठे ने। पावी नौजवाना अगली कबड्डी कि कबड्डी के मैदान खिच दी लकीर अज पता लगू कि तकड़ा शरीर फिडू सबे वांग पाओ कौडियां जे कप च बनाउणा तुसी टौर मित्रो कि आओ पिया कप की ने जितना लाके डौलिया पट्टां दा पूरा जोर मित्रो कि आओ पिया कप की ने जितना लाके डौलिया पट्टां दा पूरा जोर मित्रो। लै भी हरदीप पावी नौजवान कबड्डी। उधर कोतवे वाला रिंका अपने साथियों नाल पुज्या होया कहिंदे गह गढ़वी जारी है चरणजीत होरां दे नाल मनदीप होरां नाल सारी सत्कारयोग वीरां वल्लों जथेदार साहिब होरां वल्लों वड्डा धन्नवाद है उस वीर दा इत्थे पुज्जन ते। दो तरीक कुतबे दे कबड्डी कप दी है चार तरीक कालसां दे कबड्डी टूरनामेंट दी है पंज तरीक सेखे दे कबड्डी कप दी है उत्थे छे तरीक जिहड़ी मांगे दे वाल दे कबड्डी टूरनामेंट दी है सत्त तरीक बुरजरी सिंह दे कबड्डी कप दी होवेगी जिथे बेस्ट रेडर जाफी नूं मोटरसाइकिल दित्ते जा रहे ने। अठ तरीक सहजड़िया के टूरनामेंट दी है बहुत तकड़े प्राइज दिते जा रहे हैं। नौ तरीक टिब्बा ते मूम दे टूरनामेंट दी। इधर कबड्डी के मैदान के नौजवान खराजी कौंकियां वाला फिर बहुत तकड़ा पॉइंट अपनी टीम के हिस्से जोड़ रहा है। पावी बची अगली कबड्डी अगला मैच तारी क्लब बीला वर्सिज बाबा साधु राम रसूलपुर टीमों का खेडिया जाएगा। तारी क्लब बीला वर्सिज बाबा साधु राम रसूलपुर कौंकियां वाला ट्राई करता हुआ पर पॉइंट धावी का अगले साल कहते गगन भट्ठल होरां वल्लों आ नौजवान धावी नूं मोटरसाइकिल दिता जाएगा। वड्डी मुबारकबाद है झोलड़ा वाले सोनी नूं कि खेड कौडी विच नामे दा बोलदा कौडी पाउण लग्या ए भोरा भी ना डोलदा हथ ला के जाफियां नूं चीते वांगू भजदा यारू खेड कबड्डी विच नाम बड़ा सोनी झोलड़ा अज दा खेड कबड्डी विच नाम बड़ा सोनी यारू अज दा बहुत तकड़ा धावी झोलड़ा दा सोनी एक तकड़ा पॉइंट अपनी टीम दे हिस्से जोड़न दे विच सफल हुंदा होया। अगली कबड्डी बुरज पिंड दा धावी पा रहा है बुरजरी सिंह पिंड कहिंदे रायकोट दे बिल्कुल लागे करके बसिया होया मशहूर पिंड है जिथे बेअंत सिंह धालीवाल होनी बुरज वाले पहला लोटरी कबड्डी कप करवाने वाली शख्सियत के तौर पर जाने जाते हैं। उत्थे कल गवांडी पिंड बुरज नकलियां की धरती से इधर बसियां दे लागे करके बहुत तकड़ा कबड्डी टूरनामेंट चन्ने औलखुनी करवाने जा रहे हैं। कल कबड्डी ओपन के मैच होने ने बुरज नकलियां की धरती से। इधर हरदीप कौंकियां का कबड्डी पाउंदा होया खेड कबड्डी के मैदान बोलता होया धाबा कि धाबी कहिंदा उड उड पाऊं मैं कबड्डियां इक्कां लत्तां बाहां विच ताकतां ने वड्डियां कि धाबी कहिंदा उड उड पाऊं मैं कबड्डियां।
ਹੈਲੋ ਤਾਰੀ ਕਲੱਬ ਬੀਲਾ ਵਰਸੀ ਬਾਬਾ ਸਾਧੂ ਰਾਮ ਰਸੂਲਪੁਰ ਦੀਆਂ ਟੀਮਾਂ ਇਸ ਤੋਂ ਅਗਲੇ ਮੈਚ ਲਈ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਤਾਰੀ ਕਲੱਬ ਬੀਲਾ ਵਰਸੀ ਬਾਬਾ ਸਾਧੂ ਰਾਮ ਰਸੂਲਪੁਰ ਇੱਧਰ ਕੌਂਕੇ ਪਿੰਡ ਦੇ ਸਲੀਮ ਹੁਣੀ ਕਹਿੰਦੇ ਜਾਫੀ ਵੀ ਬਹੁਤ ਕਮਾਲ ਦੇ ਖਿਡਾਰੀ ਨੇ ਪਰ ਇੱਧਰ ਧਾਬੀ ਇਸ ਵੇਲੇ ਬਹੁਤ ਵਧੀਆ ਪੁਆਇੰਟ ਗੁਰਜਰੀ ਸਿੰਘ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਾਪੀ ਖਰਾਜੀ ਨੌਜਵਾਨਾਂ ਅਗਲੀ ਕਬੱਡੀ ਉਧਰ ਸ਼ਿੰਦੇ ਗਿੱਲ ਹੋਰਾਂ ਦਾ ਵੱਡਾ ਧੰਨਵਾਦ ਹੈ ਅੱਚਰ ਵਾਲੀਏ ਕਬੱਡੀ 365.com ਦੇ ਜ਼ਰੀਏ ਉੱਗੇ ਖੇਡ ਪ੍ਰਮੋਟਰ ਜੁੜੇ ਬੈਠੇ ਨੇ ਨਾਲ ਭੋਲੇ ਹੋਰੀ ਸਾਰੇ ਸਤਿਕਾਰਯੋਗ ਵੀਰਾਂ ਦਾ ਵੱਡਾ ਧੰਨਵਾਦ ਹੈ। ਮੈਚ ਸਮਾਪਤ ਹੈ ਜੀ। ਬਾਬਾ ਰੋਡੂ ਕਲੱਬ ਕੌਂਕੇ ਦੀ ਟੀਮ ਜੇਤੂ ਹੈ। ਅਗਲਾ ਮੈਚ ਹੈ ਜਿਹੜਾ ਤਾਰੀ ਕਲੱਬ ਬੀਲਾ ਬਾਬਾ ਸਾਧੂ ਰਾਮ ਕਲੱਬ ਰਸੂਲਪੁਰ। ਜਲਦੀ ਆ ਜੋ ਕੱਪੜੇ ਉਤਾਰ ਕੇ ਗਰਾਊਂਡ ਦੇ ਵਿੱਚ ਖਿਡਾਰੀਓ ਕਿਰਪਾ ਕਰਕੇ 2 ਮਿੰਟ ਦੇ ਅੰਦਰ ਅੰਦਰ ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਸਾਡੀ ਬੇਨਤੀ ਹੈ। ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ ਇਸ ਤੋਂ ਅਗਲਾ ਮੈਚ ਹੈ। ਨਾਲ ਹੀ ਤੇਜ ਕਲੱਬ ਜਗਰਾਓ ਤੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੁਰਜਰੀ ਸਿੰਘ ਵਾਲਾ ਇਹ ਟੀਮਾਂ ਵੀ ਜਿਹੜੀਆਂ ਜਲਦੀ ਨਾਲ ਅਗਲੇ ਮੈਚਾਂ ਲਈ ਖੇਡ ਦੇ ਮੈਦਾਨ ਦੇ ਵਿੱਚ ਆ ਜਾਣਗੀਆਂ। ਮੇਰੀ ਇਹਨਾਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਤਾਂ ਜੋ ਆਪਾਂ ਗਰਾਊਂਡ ਨੂੰ ਜ਼ਿਆਦਾ ਦੇਰ ਖਾਲੀ ਨਾ ਹੋਣ ਦੇਈਏ, ਟੀਮਾਂ ਸਾਨੂੰ ਸਹਿਯੋਗ ਦੇਣ। ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਸਾਡੀ ਵਾਰ ਵਾਰ ਬੇਨਤੀ ਹੈ। ਅਗਲਾ ਮੈਚ ਤਾਰੀ ਕਲੱਬ ਬੀਲਾ ਵਰਸੇ ਬਾਬਾ ਸਾਧੂ ਰਾਮ ਰਸੂਲਪੁਰ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ। ਉਹ ਟੀਮਾਂ ਜਿਹੜੀਆਂ ਜਲਦੀ ਨਾਲ ਪੁੱਜ ਜਾਣ ਕਬੱਡੀ ਦੇ ਮੈਦਾਨ ਦੇ ਵਿੱਚ। ਇਹਨਾਂ ਟੀਮਾਂ ਦੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਤਾਰੀ ਕਲੱਬ ਬੀਲਾ ਬਾਬਾ ਸਾਧੂ ਰਾਮ ਕਲੱਬ ਰਸੂਲਪੁਰ ਖਿਡਾਰੀ ਵੀਰ ਜਲਦੀ ਆ ਜਾਓ ਮੇਰੇ ਵੀਰੋ, ਗਰਾਊਂਡ ਖਾਲੀ ਪਈ ਆ, ਗਰਾਊਂਡ ਖਾਲੀ ਨਹੀਂ ਹੋਣ ਦੇਣਾ। ਗਰਾਊਂਡ ਤੋਂ ਅੱਗੇ ਵਾਲੀ ਟੀਮ ਹੈ ਤੇਜ ਕਲੱਬ ਜਗਰਾਓ, ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਬੁਰਜ ਹਰੀ ਸਿੰਘ, ਇਹ ਵੀ ਟੀਮ ਜਲਦੀ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜੇ। ਬਾਬਾ ਸਾਧੂ ਰਾਮ ਰਸੂਲਪੁਰ ਵਰਸੇ ਤਾਰੀ ਕਲੱਬ ਬੀਲੇ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ। ਇੱਧਰ ਜਿਹੜੀ ਰਸੂਲਪੁਰ ਦੀ ਟੀਮ ਪੁੱਜ ਚੁੱਕੀ ਹੈ, ਮਾਰੋ ਜ਼ੋਰਦਾਰ ਤਾੜੀ, ਕਬੱਡੀ ਦਾ ਮਸਤ ਮੌਲਾ ਰਸੂਲਪੁਰੀਆ ਕਾਹਨੂੰ ਪੁੱਜਿਆ ਮੇਰੇ ਵੀਰਿਓ। ਨਾਲ ਕਹਿੰਦੇ ਬੱਸੀਆਂ ਦਾ ਜੱਟ ਜਾਫੀ ਦਾ ਖਿਤਾਬ ਮਿਲਿਆ ਸੰਦੀਪ, ਉਹ ਵੀ ਨੌਜਵਾਨ ਵਿਸ਼ੇਸ਼ ਤੌਰ ਤੇ ਪੁੱਜਿਆ। ਵਾਲਿਆਂ ਨੂੰ ਖਿਡਾਰੀ ਬੇਨਤੀ ਆ ਵੀ ਜਿਹੜੀ ਕੋਈ ਨਵੀਂ ਟੀਮ ਪਹੁੰਚੀ ਆ ਕੇ ਜਲਦੀ ਐਂਟਰ ਕਰਵਾ ਦਿਓ, ਫਿਰ ਅਸੀਂ ਟਾਣੀਆਂ ਪਾਉਣੀਆਂ। ਅਗਲਾ ਮੈਚ ਤਾਰੀ ਕਲੱਬ ਬੀਲਾ ਵਰਸਜ ਬਾਬਾ ਸਾਧੂ ਰਾਮ ਰਸੂਲਪੁਰ ਦਾ ਬਹੁਤ ਤਕੜਾ ਮੈਚ ਹੋਵੇਗਾ। ਲੈ ਵੀ ਬੀਲੇ ਵਾਲਿਓ ਆ ਜਾਓ ਨੌਜਵਾਨੋ, ਕੰਤਾ ਰਸੂਲਪੁਰੀਆ ਰਾਮਗੜ੍ਹ ਦਾ